ਬਾਦਸ਼ਾਹ ਚਿੜੀਆਂ ਦਾ ਮੈਚ ਵੇਖਣ ਡਿਆ। ਮੈਂ ਕਿਹਾ ਜਮਾਲ ਬਾਊ ਜ਼ਿਆਦਾ ਸੱਟਾਂ ਤੇ ਨਹੀਂ ਲੱਗੀਆਂ? ਆ ਨਹੀਂ ਯਾਰ, ਕੋਈ ਖਾਸ ਸੱਟਾਂ ਨਹੀਂ ਵੱਜੀਆਂ। ਚਲੋ ਵੱਜੀਆਂ ਵੀ ਹੁੰਦੀਆਂ, ਮੈਂ ਕੀ ਕਰ ਲੈਣਾ ਸੀ। ਸਹੀ ਗੱਲ ਹੈ ਯਾਰ, ਤੂੰ ਆਪਣਾ ਸਿਰ ਦਾ ਕੁਛ ਨਹੀਂ ਕੀਤਾ। ਨਹੀਂ ਬਾਊ ਜਮਾਲ, ਅਗਰ ਤੈਨੂੰ ਸੱਟਾਂ ਵੱਜੀਆਂ ਮੇਰੀ ਜਾਨ, ਮੈਂ ਤੈਨੂੰ ਛੱਡਾਂ ਵਾ। ਔਰ ਨਹੀਂ ਕਿੱਥੇ? ਹਸਪਤਾਲ। ਔਰ ਨਹੀਂ ਯਾਰ, ਇਹਨਾਂ ਸੱਟਾਂ ਨਾਲ ਅਸੀਂ ਹਸਪਤਾਲ ਜਾਈਏ ਤੇ ਫਿਰ ਹੋ ਚੁੱਕਿਆ ਚੌਧਰੀ ਕਰਾਮਤ ਦੇ ਨਾਲ ਸਾਡਾ ਮੁਕਾਬਲਾ। ਸਮਝ ਆਈ ਨਾ? ਐਸੇ ਬਾਊ ਜੀ, ਹਾਂ ਇੱਕ ਗੱਲ ਦੀ ਸਮਝ ਨਹੀਂ ਆਈ, ਅਕਲ ਦੀ ਕਮੀ ਹੈ ਮੇਰੀ ਜਾਨ। ਉਹ ਤੇ ਬਿਲਕੁਲ ਠੀਕ ਹੈ, ਅਕਲ ਦੀ ਕਮੀ ਹੈ ਸਾਡੇ ਵਿੱਚ, ਪਰ ਇੱਕ ਗੱਲ ਦੀ ਸਮਝ ਇਹ ਨਹੀਂ ਆਈ ਕਿ ਜਦੋਂ ਵੀ ਖੁਫੀਆ ਹਮਲਾ ਹੁੰਦਾ ਹੈ ਤੁਸੀਂ ਕਿਉਂ ਨਿਸ਼ਾਨਾ ਦਾ ਨਿਸ਼ਾਨਾ ਬਣਦੇ? ਔਰ ਮੈਂ ਵੀਆਈਪੀ ਬੰਦਾ ਵਾ ਮੇਰੀ ਜਾਨ। ਉਹ ਕਿਹੜਾ ਪੀਆਈ ਹੁੰਦਾ? ਔਰ ਵੀਆਈਪੀ ਨਹੀਂ ਸਮਝਦਾ? ਕੀ ਹੁੰਦਾ? ਵੇਲਾ ਪਰਸਨ। ਵੇਲਾ ਪਰਸਨ ਆ ਸਿਰਫ ਚੀਫ ਚੀਫ ਗੈਸਟ ਬਣਦਾ ਫਿਰ ਆਪਣੇ ਘਰ ਨਿਕਲ ਜਾਂਦਾ ਬਸ। ਉਹ ਕੀ ਹੁੰਦਾ? ਔਰ ਯਾਰ ਖਾਸ ਬੰਦਾ। ਇਹ ਮੈਂ ਦੱਸਣਾ ਤੈਨੂੰ ਕੀ ਹੁੰਦਾ ਏ। ਸਲਾਮ ਅਲੈਕੁਮ ਅੱਬਾ ਪੁੱਤਰ। ਖਬਰ ਬਕਵਾਸ ਨਾ ਕਰੀ, ਮੈਂ ਤੈਨੂੰ ਦੱਸ ਦਿਆ। ਇਹ ਕੀ ਗੱਲ? ਗਰੀਬ ਆਦਮੀ ਐਵੇਂ ਚੌਂਕ ਚ ਖਲੋ ਕੇ ਅੱਬਾ ਕਹਿ ਦਿੰਦਾ ਨਾਮ ਰਾਤ। ਤੁਸੀਂ ਮੇਰੇ ਪਿਓ? ਠੀਕ ਹੈ ਤੇਰਾ ਪਿਓ ਆ, ਮਗਰ ਤੂੰ ਗਰੀਬ ਆਦਮੀ ਹੈ, ਕਦੀ ਕਦੀ ਅੱਬਾ ਕਿਹਾ ਕਰੋ। ਉਹ ਤੂੰ ਜ਼ਰੂਰ ਅੱਬਾ ਕਹਿਣਾ, ਪਾਗਲ ਜਿਹਾ ਨਾ ਹੋਵੇ ਤੇ ਸਿੱਧਾ ਕਿਹਾ ਕਰ ਖੱਤਰੀਆਂ ਦਾ ਖੋਤਾ। ਕਦੀ ਕਦੀ ਅੱਬਾ ਕਿਹਾ ਕਰੋ। ਏ ਮੈਂ ਕਿਸ ਤਰ੍ਹਾਂ ਇਸ ਜਮੇ ਹੋਗਾ? ਇਹ ਕੀ ਹੋਇਆ? ਮੇਰੇ ਕੋਲ ਛਿੱਤਰ ਨਾ ਖਾਲ ਵੀ ਬੇਟਾ, ਮੈਂ ਇਹੋ ਇਹਨਾਂ ਤੇਰੀਆਂ ਹਰਕਤਾਂ ਤੋਂ ਸੋਚਣ ਡੀ ਆ, ਤੈਨੂੰ ਆਖ ਕਰ ਛੱਡਾ। ਉਹ ਚਾਚਾ ਜੀ, ਉਹਨੂੰ ਵਿਚਾਰੇ ਨੂੰ ਸੱਟਾਂ ਲੱਗੀਆਂ, ਤੁਸੀਂ ਤੁਹਾਨੂੰ ਆਖਦੀ ਪਈ? ਅੱਲਾ ਮਾਫੀ ਦੇ, ਇੱਕ ਬਿਲਕੁਲ ਹੀ ਗਰੀਬ ਬੰਦੇ ਨੇ ਮੈਨੂੰ ਚਾਚਾ ਕਹਿਤਾ। ਓਹੋ, ਮਾਫੀ ਚਾਹੁੰਦਾ ਮੈਂ ਆਪਣਾ ਤਾਇਆ ਜੀ। ਖਬਰਦਾਰ, ਤਾਇਆ ਨਾ ਕਹੀਂ, ਮੇਰੇ ਕਿਸੇ ਨਿੱਕੇ ਭਰਾ ਨੇ ਇੰਨਾ ਗੰਦ ਨਹੀਂ ਪਾਇਆ। ਅੱਛਾ, ਮਾਫੀ ਚਾਹੁੰਦਾ ਫੁੱਫੜ ਜੀ। ਫੁੱਫੜ ਕਹਿਣ ਡੀ ਆ, ਘਰੋਂ ਫੁੱਫੀ ਕੋਲੋਂ ਪੁੱਛ ਲਈ ਜੋ। ਮੈਂ ਪਾਗਲ ਨਹੀਂ ਹੈਗਾ, ਮੇਰੀ ਫੁੱਫੀ ਹੈ ਹੀ ਕੋਈ ਨਹੀਂ। ਤੇ ਫੁੱਫੜ ਅਪਲਾਈਡ ਫਾਰ ਰੱਖਣਾ ਜੀ? ਆਹੋ, ਸਾਨੂੰ ਇੱਕ ਚਾਹੀਦਾ ਸੀ, ਗੋਹੇ ਲੱਗਣੇ ਨੇ। ਏਡਾ ਲਾਂਤੀ ਹੈ, ਬਿਸਤੀ ਕਰਕੇ ਬਾਅਦ ਚ ਵੋ ਹੋ ਜਾਂਦਾ। ਮਿੱਟੀ ਚ ਖੇਡ ਖੇਡ ਕੇ ਜਵਾਨ ਹੋਇਆ, ਮਿੱਟੀ ਚ ਖੇਡਦੇ ਰਹੇ ਹੋ ਤੇ ਸਿਰਾਂ ਦੇ ਹਾਲ ਹੋਏ। ਚਾਚਾ ਕਹੇਗਾ ਤੁਸੀਂ ਗਰਮੀ ਨਹੀਂ ਖਾਓ? ਨਹੀਂ ਕਹੇਗਾ, ਮੈਨੂੰ ਚਾਚਾ ਕਹੇਗਾ, ਮੈਂ ਇਹਦੇ ਹੱਥ ਕਈ ਜਦੋਂ ਦਾਵਾ ਦਾਇਰ ਕਰ ਦੇਵਾਂਗਾ, ਕਿਉਂਕਿ ਕਾਨੂੰਨ ਮੇਰੇ ਨਾਲ, ਬਦਮਾਸ਼ ਮੇਰੇ ਨਾਲ, ਪੁਲਿਸ ਮੇਰੇ ਨਾਲ, ਕਚਹਿਰੀ ਦੀ ਕੰਧ ਮੇਰੀ ਕੰਧ ਦੇ ਨਾਲ। ਅੱਜ ਸਾਡੀ ਕੰਧ ਦੇ ਪਿੱਛੇ ਕਮਾ ਦੇ ਆ। ਆ ਗਿਆ ਕੀ ਚਾਹੀ ਗਈ ਕਿ ਤੈਨੂੰ ਉੱਥੇ ਵੱਢ ਕੇ ਸੱਜਣਾ? ਖਬਰਦਾਰ, ਮੈਂ ਤੈਨੂੰ ਦੱਸ ਦਿਆਂ ਮੇਰੇ ਨਾਲ ਬਦਤਮੀਜ਼ੀ ਕੀਤੀ। ਖਬਰ ਦੂਰ, ਮੇਰੀ ਬੇਇੱਜ਼ਤੀ ਹੋਈ ਹੈ। ਕੋਈ ਗੱਲ ਨਹੀਂ, ਕੀ ਕਰਨ ਦੇ? ਮਹਿੰਗੀ ਕਰਕੇ ਲਿਖਣਾ। ਖਬਰਦਾਰ, ਮੇਰੇ ਨਾਲ ਕਿਸੇ ਬਦਤਮੀਜ਼ੀ ਕੀਤੀ। ਮੇਰੀ ਗੱਲ ਸੁਣੋ, ਤੁਸੀਂ ਇਹ ਸੂਦ ਲੈਂਦੇ ਹੋ ਤਾਂ ਬੁਰੀ ਗੱਲ ਹੈ। ਡਰਾਮਾ ਸੂਦ, ਮੈਂ ਤੁਹਾਨੂੰ ਕੀ ਤਕਲੀਫ ਹੈ? ਮੈਨੂੰ ਗੁੱਸਾ ਚੜਦਾ ਹੈ ਤੁਸੀਂ ਸੂਦ ਲੈਂਦੇ? ਭਾਵੇਂ ਗੁੱਸਾ ਚੜੇ, ਭਾਵੇਂ ਤੈਨੂੰ ਕੀੜੀਆਂ ਚੜਨ, ਮੈਂ ਹੀ ਕਰਾਂ। ਖਬਰਦਾਰ, ਮੇਰੇ ਨਾਲ ਬਦਤਮੀਜ਼ੀ ਨਾ ਕਰੀ, ਮੈਂ ਚੋਰੀ ਕਰਾਮਤ ਨਾਲ ਚੱਲਿਆ, ਹੱਡੀ ਦਾ ਧਿਆਨ ਰੱਖੀ। ਕਿਸ ਤਰ੍ਹਾਂ ਜਾਓਗੇ? ਪੈਦਲ। ਪੈਦਲ ਕਿਉਂ ਟੁਰ ਰਹੇ ਹੋ? ਕਿਉਂ? ਇਹਦੇ ਤੇ ਬਹਿ ਕੇ ਨਹਿਰੋਂ ਨਹਿਰ ਨਿਕਲ ਜਾਓ। ਲਾਨਤ ਤੇਰੇ ਤੇ, ਨਹਿਰ ਸੁੱਕੀ ਹੋਈ ਤੇ ਕਨਵੈਂਸ ਤੇ ਉੱਥੇ ਹੀ ਅੜ ਗਈ ਨਾ। ਤੂੰ ਕੁੜੀ ਨੂੰ ਕਹਿਣ ਡਿਆ ਜੁੱਤੀਆਂ ਮਾਰ? ਸਾਨੂੰ ਹੁਕਮ ਕਰ। ਨਾ ਮੁਰਾਦੋ, ਨਸ ਨਸ ਕੇ ਮੈਨੂੰ ਜੁੱਤੀਆਂ ਮਾਰਨ ਡਏ ਹੋ, ਜਿੱਥੇ ਥਾਂ ਬਣੀ ਉੱਥੇ ਨਹੀਂ ਮਾਰਦੇ। ਕੁੜੀ ਜਿਹੜੀ ਬਿਲਕੁਲ ਪਰਸੋਂ ਜਿਹੜਾ ਬਿਸਕੁਟ ਲੈ ਕੇ ਦਿੱਤਾ ਸੀ ਉਹ ਕੰਨ ਚ ਪਾ ਲਈ। ਨਾਲੇ ਚੌਧਰੀ ਗ੍ਰਾਮਤ ਨੂੰ ਕਹਿ ਨਹੀਂ ਜਾ ਕੇ ਕਿ ਇਹ ਬਸਤੀ ਹਕੂਮਤ ਵੱਲੋਂ ਕੱਚੀ ਆਬਾਦੀ ਅਨਾਉਂਸ ਹੋ ਗਈ ਹੈ ਤੇ ਉਹ ਆਪਣੀ ਕਾਰਵਾਈ ਬੰਦ ਕਰ ਦੇ। ਮੈਂ ਕਿਉਂ ਕਵਾਂ ਚੌਰੀ ਨੂੰ ਜਾ ਕੇ? ਇਹ ਸੁਣਿਆ ਕੋਈ ਹੋਰ ਦਿੰਦਾ ਤੇ ਮੈਂ ਕਹਿ ਦਿੰਦਾ, ਮੈਂ ਕੁੜੀਆਂ ਦੇ ਸੁਣੇ ਨਹੀਂ ਪਹੁੰਚਾਉਂਦਾ ਹੁੰਦਾ। ਮੈਂ ਤੈਨੂੰ ਦੱਸਦੀ, ਇਹ ਕੰਮ ਇਹ ਗੰਜਾ ਕਰਦਾ ਹੀ ਇਹਨੂੰ ਕਹਿ ਸਕਦਾ।
ਆਹੋ ਇਹਨਾਂ ਦਾ ਸਾਰਾ ਘਰ ਮੈਂ ਵਿਆਹ। ਓ ਯਾਰ ਦੋ ਵਿਆਹ ਮੇਰੇ ਵੀ ਕਰਾ ਦੇ, ਪਸੰਦ ਆਏਗਾ ਤੇ ਗੌਰ ਕਰ ਲਿਆਂਗਾ। ਖਬਰਦਾਰ ਮੈਂ ਚੱਲਿਆ ਚੌਰੀ ਤਰਾਮ ਤਲ, ਆ ਹੱਟੀ ਦਾ ਧਿਆਨ ਰੱਖੀਆਂ। ਅੱਬਾ ਜੀ ਤੁਸੀਂ ਬਾਹਰ ਨਿਕਲੋਗੇ? ਅੱਛਾ ਇਹ ਲੰਮੀ ਜੀ ਬੱਸ ਆਏਗੀ। ਅੱਛਾ ਉਹ ਇਧਰੋਂ ਆਏਗੀ। ਅੱਛਾ ਤੁਸੀਂ ਇਧਰੋਂ, ਬੜੀ ਮਿਹਰਬਾਨੀ ਤੁਹਾਡੀ ਜੀ। ਜੇ ਬੰਦਾ ਮੇਰਾ ਭਾਵੀ ਸਮਝ ਨੌਕਰੀ ਲੱਭੀ ਏ ਡਾਕਖਾਨੇ ਚ, ਮਹੀਨੇ ਦੇ 2000 ਮਿਲਣਗੇ ਤੈਨੂੰ। ਕੀ ਕੰਮ? ਕੁਛ ਨੀ, ਉਹ ਤੈਨੂੰ ਪੁੱਠਾ ਕਰਨਗੇ ਤੇ ਮੋਹਰਾ ਲਾਣਗੇ। ਬੱਠਾ ਸਾਰਿਆਂ ਸਾਡੀ ਦੁਕਾਨ ਤੇ ਚਾਹ ਪਾਣੀ ਆਈ ਏ। ਕੀ ਸੁਣਾ ਬੂਟੀਆ, ਕੀ ਹਾਲ ਏ ਤੇਰਾ? ਅੱਜ ਪੁੱਤਰ ਮੈਂ ਤੁਹਾਡੀ ਸਾਰੀ ਚਾਹ ਚ ਪਾਣੀ ਪਾ ਦੇਣਾ। ਆਪਣੀ ਜ਼ਿੰਦਗੀ ਨੂੰ ਪਾਵੇ ਜਾਨ ਜੋਖੋ ਮੇ। ਇੱਧਰ ਆ ਕੇ ਬਹਿ ਜਾਓ। ਇੱਧਰ ਕਿੱਥੇ? ਉਹ ਨਹੀਂ ਬਹਿਣਾ ਪੂਰਾ, ਕੋਈ ਨੀ, ਮੈਂ ਇੱਧਰ ਆ ਜਰਾ। ਇੱਧਰ ਆ, ਮੇਰੀ ਗੱਲ ਸੁਣ। ਮੈਂ ਤੈਨੂੰ ਦੱਸਾਂ, ਮੈਂ ਇਹਲੇ ਡਿਊਟੀ ਤੇ। ਅੱਛਾ, ਮੈਂ ਨਹੀਂ ਬਹਿੰਦਾ, ਮੈਂ ਬੰਦਾ ਲਿਜਾਣਾ ਫੜ ਕੇ। ਤੇਰੇ ਪਿਓ ਨੇ ਕਰਜ਼ਾ ਦਿੱਤਾ ਆ ਭਾਈ ਉਹਨੂੰ। ਤੇਰਾ ਪਿਓ, ਤੇਰੀ ਪਿਓ ਦੀ ਬਾਕਫੀਤ ਬੜੀ ਆ, ਉਹ ਇਸ ਵਜ੍ਹਾ ਦੇ ਨਾਲ ਮੈਂ ਇੱਥੇ ਆਇਆ। ਉਹ ਕਿੱਥੇ ਆ? ਓ ਮੈਨੂੰ ਸਮਝ ਨਹੀਂ ਆਉਂਦੀ, ਤੂੰ ਕੱਚੀ ਦਰਖਾਸਤ ਹੀ ਫੜਨ ਆ ਗਿਆ ਹੂੰ। ਐ ਤੂੰ ਕੱਚੀ ਕਹਿਣ ਦਿਆ ਆ? ਅਸੀਂ ਤੇ ਇੰਨੇ ਐਫੀਸ਼ੀਐਂਟ ਆ, ਅਜੇ ਦਰਖਾਸਤ ਲਿਖੀ ਨਹੀਂ ਹੁੰਦੀ, ਅਸੀਂ ਫੰਡ ਤੁਰ ਪੈਂਦੇ ਆ। ਇਹ ਕਿਹੜੀ ਗੱਲ ਆ? ਅੱਲਾ ਦੀ ਮਿਹਰਬਾਨੀ ਦੇ ਨਾਲ। ਹਾਂਜੀ, ਓ ਖਾਣਾ ਕੋ ਮਜ਼ੇਦਾਰ ਜਿਹਾ ਖਾਣਾ। ਖਾਣਾ ਮਜ਼ੇਦਾਰ ਖਾਣਾ ਹੈ? ਹਾਂ, ਪੱਲਿਓ ਖਾਓ, ਬੜਾ ਮਜ਼ਾ ਆਏਗਾ। ਕਦੀ ਖਾ ਲਿਆ ਕਰੋ, ਕੋਈ ਗੱਲ ਨਹੀਂ। ਜਿਹੜੀ ਗੜਵੀ ਵਾਲੀ ਰਹਿੰਦੀ ਆ, ਉਹ ਕਿਸੇ ਤੇ ਰਹਿੰਦੀ ਨਹੀਂ, ਰਹਿੰਦੀ ਹੈ। ਉਹ ਕਾਰ ਤੇ ਖੈਰ ਨਹੀਂ ਰਹਿੰਦੀ ਵਿਚਾਰੀ, ਉਹ ਗੜਵੀ ਵਾਲੀ ਜਿਹੜੀ ਆ ਇਹ ਜਮਾਲਿਆ। ਤੁਹਾਡੇ ਮੁਹੱਲੇ 'ਚ ਜਿਹੜੀ ਗੜਵੀ ਵਾਲੀ ਰਹਿੰਦੀ ਆ, ਮੈਂ ਰਹਿ ਗਿਆ ਹੋਏ ਤੇ। ਲੱਗਦਾ ਹੈ ਕਿ ਕਾਨੂੰਨ 'ਚ ਕੋਈ ਲਚਕ ਆ ਗਈ ਹੈ ਥੋੜੀ। ਨਹੀਂ ਨਹੀਂ, ਇਹ ਲਚਕ ਆਈ ਹੈ ਨਾ? ਮੈਂ ਰਜਾਕਾਰ ਆ ਭਾਈ, ਮੈਂ ਵੱਡੀ ਡਿਊਟੀ ਨਹੀਂ ਦਿੰਦਾ। ਅੱਛਾ, ਇਹ ਬੜੀ ਸੋਹਣੀ ਲੱਗਦੀ ਹੈ। ਓ ਯਾਰ, ਉੱਥੇ ਆਏਗੀ, ਮੇਰਾ ਖਾਲ ਆਉਣ ਵਾਲੀ ਹੈ। ਓ ਜਫਾ ਨਹੀਂ ਲੱਗਦਾ ਦਿਲ ਮੇਰਾ ਸਜਣਾ। ਸਦਕੇ ਜਾਵਾਂ, ਨਾ ਤੇਰਾ ਦਿਲ ਲੱਗਦਾ, ਨਾ ਮੇਰਾ ਦਾ ਲੱਗਦਾ। ਸੋਹਣੀਏ, ਮੈਂ ਕੁੜੀਆਂ ਜ਼ਰਾ ਔਖੀ। ਉਹ ਪਹਿਲੋਂ ਸਾਰੀਆਂ ਔਖੀਆਂ ਹੁੰਦੀਆਂ, ਫਿਰ ਸੌਖੀਆਂ ਹੋ ਜਾਂਦੀਆਂ। ਇਹ ਕੋਈ ਨਵਾਂ ਫਲਸਫਾ ਨਹੀਂ, ਇਹ ਕੋਈ ਪੁਰਾਣੀ ਗੱਲ ਆ। ਸਾਰੇ ਪਹਿਲੂ ਔਖੇ ਔਖੇ ਹੁੰਦੇ ਆ, ਫਿਰ ਸੌਖੇ ਹੋ ਜਾਂਦੇ ਆ। ਤੇ ਤੂੰ ਜਿਹੜੀ ਆ ਨਾ, ਇਹ ਮੈਂ ਕਿਆ ਗੱਲ ਸੁਣ ਸੋਣੀਏ, ਇਹ ਮੈਂ ਤੇਰੇ ਤੇ ਇਹ ਦਿਲ ਆ ਗਿਆ, ਮੈਂ ਗਰੀਬ ਆਦਮੀ ਆ।
ਚੂੜੀ ਦੇ ਤਿੰਨ ਟੋਟੇ, ਚੂੜੀ ਦੇ ਤਿੰਨ ਟੋਟੇ, ਇੱਕ ਕੱਲੀ ਗੜ ਵੀ ਪਿੱਛੇ ਤੁਰੇ ਫਿਰਦੇ ਨੇ ਕਈ ਲੋਟੇ। ਮੇਰੇ ਗਾਂਵ ਮੇ ਬਿਜਲੀ ਆਈ ਹੈ, ਤੂੰ ਬਿਜਲੀ ਹੈ ਤੇ ਮੈਨੂੰ ਲਾਈਨ ਦੇ। ਮਤਲਬ ਕਹਿਣ ਦਾ ਹੈ ਕਿ ਥੋੜੀ ਦੇਰ ਪਹਿਲੇ ਮੇਰੀ ਬੱਤੀ ਗਈ ਹੈ, ਹੁਣੇ ਗਈ ਹੈ। ਬੜੀ ਹਾਸੇ ਵਾਲੀ ਗੱਲ ਕੀਤੀ ਆਪਣੇ ਵੱਲੋਂ। ਇਹ ਤੂੰ, ਤੈਨੂੰ ਕੋਈ ਅਹਿਸਾਸ ਨਹੀਂ ਹੈ ਤੇ ਹੱਸਣ ਨਹੀਂ ਹੈ ਖਲੋ ਕੇ। ਦੇਖ ਜਮਾਲ ਬਾਹੂ, ਬਾਹਰ ਕਾਬ ਜਾ ਕੇ ਚਾਰ ਪੈਸੇ ਕਮਾਉਣੇ ਹੁੰਦੇ ਨੇ ਤੇ ਪੁਲਿਸ ਵਾਲੇ ਫੇਰ ਵੀ ਤੰਗ ਕਰਦੇ ਨੇ। ਜੇ ਨਾ ਵਾਰੀ ਇੱਕ ਅੱਧੀ ਵਾਰੀ ਹੱਸ ਕੇ ਬੋਲ ਲਿੱਤਾ ਜਾਵੇ ਨਾ ਤੇ ਫਿਰ ਮੱਜਮਾਂ ਵੀ ਲਾ ਦਿੰਦੇ ਨੇ ਤੇ ਪੈਸੇ ਵੀ ਛੱਡ ਦਿੰਦੇ ਨੇ। ਨਾ ਤੂੰ ਸੁਣਾ, ਪਿਓ ਨਾਲ ਸੁਲਾ ਹੋਈ ਕਿ ਨਾ? ਪਿਓ ਨਾਲ ਕਿੱਥੇ ਸੁਲਾਉਣੀ ਏ। ਉਹ ਬੰਦਾ ਹੈ ਸੂਦਖੋਰ, ਲਾਲਚੀ ਤੇ ਬੇਹਿਸ ਬੰਦਾ ਹੈ। ਮੈਂ ਜ਼ਰਾ ਵੱਖਰਾ ਬੰਦਾ। ਬਿਲਕੁਲ ਸਹੀ। ਮਾਂ ਆਉਂਦੀ ਤੇ ਕੋਈ ਗੱਲ ਹੋਰ ਸੀ। ਮਾਂ ਦਾ ਵੀ ਨੀ ਪਤਾ ਚੱਲਿਆ? ਕਾਹਦਾ? ਇਹ ਜਮਾਲ ਬਾਬੂ, ਇੱਕ ਗੱਲ ਮੈਨੂੰ ਸੱਚੋ ਸੱਚ ਦੱਸ। ਇਹ ਤੇਰੀ ਮਾਂ ਚੁੱਲਾ ਫਟਣ ਨਾਲ ਮੋਈ ਸੀ ਕਿ ਤੇਰੇ ਪਿਓ ਨੇ ਸੱਚੀ ਮੁੱਚੀ ਮਾਰ ਛੱਡਿਆ? ਇਸ ਕੇਸ ਤੇਰਾ ਮਗਰ ਆ, ਲੇਕਿਨ ਕੋਈ ਸਿਰਾ ਨਹੀਂ ਲੱਭਣ ਡਿਆ, ਕੋਈ ਸਿਰਾ ਨਹੀਂ ਲੱਭਣ ਡਿਆ, ਸਮਝ ਨਹੀਂ। ਸਿਰਾ ਲੱਭਣਾ ਤਾਂ ਜ਼ਰੂਰੀ ਹੈ। ਇਹ ਜਮਾਲ ਬਾਬੂ, ਇਹ ਨਿਸਾਰ ਸੁਬਾ ਦਾ ਨਜ਼ਰ ਨਹੀਂ ਆ ਤੇ ਵੇਖਿਆ ਹੀ? ਮੈਂ ਤੇ ਚੌਕੀਦਾਰ ਆ, ਤੂੰ ਖੜਕਾ ਕੇ ਪਤਾ ਕਰ ਲੈ। ਤੂੰ ਤਾਂ ਬੜਾ ਹੀ ਡਾਡਾ ਹੈ। ਡਾਡਾ ਹੈ ਚਾਰ ਬਿਸਕਿਟ ਲੈ। ਇੰਗਲਿਸ਼ ਵਿੱਚ ਮੰਗਾ ਕਰ, ਇੰਗਲਿਸ਼ ਬਿਸਕਿਟ। ਅੱਛਾ, ਸ਼ਾਮੀ ਲੱਗ ਦੀ ਪੈਸੇ ਦਿੰਦੀ ਜਾਵਾਂਗੀ, ਇਹਨਾਂ ਨੇ ਕਿਉਂ ਚੀ ਲੈ ਚੱਲੀ? ਅੱਛਾ, ਪਿਓ ਨੂੰ ਨਾ ਫੜਾਈ ਪੈ। ਆਹਾ, ਬਚਾਰੀ ਕਹਿੰਦਾ ਪਿਓ ਗੱਡਾ ਲੈ ਲੈਣਾ ਹੈ। ਅੱਪਾ ਜੀ ਕਿੱਥੇ ਨੇ? ਉਹ ਚੌਧਰੀ ਕਰਾਮਤ ਦੇ ਡੇਰੇ ਤੇ ਗਏ ਨੇ। ਆ ਜਾ, ਮੈਂ ਉਹਨੂੰ ਕਹਿ ਰਿਹਾ ਤੇ ਰੋਟੀ ਬਣਾ ਤੇ ਆ, ਪਤਾ ਨਹੀਂ ਕਿੱਥੇ ਚਲੇ ਗਏ ਨੇ। ਉਹ ਆ ਜਾਣਗੇ। ਖੈਰ, ਸਾਰੇ ਓਏ ਆ ਜਾ ਬੇਟਾ, ਓਏ ਆ ਰੇੜੀ ਵਾਲੇ ਕੋਲ ਨਹੀਂ ਖੋਲਦਾ ਪੁੱਤਰ, ਅੱਗੇ ਆ ਸਿੱਧਾ ਆ ਜਾ ਮੇਰਾ ਪੁੱਤਰ, ਆ ਜਾ। ਅਸਲਾਮ ਅਲੈਕਮ ਜੀ। ਜਵਾਬ ਦਿਆਂਗਾ। ਬਿਸਮਿਲਾ। ਬਾਰਿਸ਼ਾਂ ਪਈਆਂ ਤੇ ਡੱਡੂ ਬਾਹਰ ਆਏ ਨੇ ਨਾ, ਫਸਲ ਇਸ ਵਾਸਤੇ ਉਜੜੀ ਏ, ਪੈਲੀ ਇੱਕ ਸੂਰ ਬਹੁਤੇ ਨੇ। ਚਾਚਾ ਅਮਤੁਰ ਜੀ, ਇਹ ਗੱਲਾਂ ਨੂੰ ਛੱਡੋ, ਇਹ ਬਸਤੀ ਦਾ ਕੀ ਬਣੇਗਾ? ਓਏ ਅੱਪਾ ਜੀ, ਕਹਿੰਦੇ ਨੇ ਪਿਛਲੇ ਸਾਲ ਇਸ ਆਬਾਦੀ ਨੂੰ ਗੌਰਮੈਂਟ ਨੇ ਕੱਚੀ ਆਬਾਦੀ ਡਿਕਲੇਅਰ ਕਰ ਦਿੱਤਾ ਹੈ, ਤੇ ਕਿਉਂ ਨਾ ਹੋਵੇ ਤੇ ਇਹਦੇ ਆਲੇ ਦੁਆਲੇ ਪੱਕੀ ਕੰਨ ਕਰ ਲਈਏ। ਬਹੁਤ ਅੱਛੀ ਗੱਲ ਹੈ ਬੇਟਾ, ਤਾਂ ਕਿ ਕੋਈ ਬਾਹਰ ਦਾ ਬੰਦਾ ਹੀ ਨਾ ਅੰਦਰ ਆ ਸਕੇ। ਸੱਚੇ ਜਾਵਾਂ, ਪਰ ਮੇਰੇ ਅੱਪਾ ਜੀ ਤਾਂ ਕੁਝ ਹੋਰ ਹੀ ਕਹਿ ਰਹੇ ਸਨ। ਤੇ ਤੀਰਾ ਨਹੀਂ, ਤੂੰ ਦੱਸ ਦੇ ਨਾ ਤੇਰੇ ਅੱਬਾ ਜੀ ਕੀ ਕਹਿੰਦੇ ਨੇ ਬੱਚਾ, ਉਹ ਗੱਲ ਕਰ ਲੈਣੇ। ਚਾਚਾ ਜੀ, ਅੱਬਾ ਜੀ ਕਹਿ ਰਹੇ ਸਨ ਕਿ ਚੌਧਰੀ ਕਰਾਮਤ ਨੇ ਨਾ ਹਕੂਮਤ ਕੋਲੇ ਸਾਰੀ ਜ਼ਮੀਨ ਖਰੀਦ ਲਈ ਹੈ। ਓਏ ਹੈ, ਕਿਸ ਤਰ੍ਹਾਂ ਹੋ ਸਕਦਾ ਹੈ? ਹਕੂਮਤ ਕੋਲੋਂ ਕਿਸ ਤਰ੍ਹਾਂ ਖਰੀਦ ਸਕਦਾ? ਜਿਹੜੀ ਆਬਾਦੀ ਇੱਕ ਵਾਰੀ ਕੱਚੀ ਆਬਾਦੀ ਡਿਕਲੇਅਰ ਹੋ ਜਾਵੇ ਨਾ, ਉਹਦੇ ਉੱਤੇ ਉਹਦੇ ਰਹਿਸ਼ੀਆਂ ਤੋਂ ਇਲਾਵਾ ਹੋਰ ਕਿਸੇ ਦਾ ਹੱਕ ਹੀ ਨਹੀਂ। ਪੱਕੀ ਗੱਲ ਏ, ਸ਼ਜਰੀਏ ਬਣਨ ਨੂੰ ਤੇ ਆਪਣੇ ਇਲਾਕੇ 'ਚ ਕਿਸੇ ਨੂੰ। ਇਹ ਤਾਂ ਨਹੀਂ ਕਿ ਚੌਧਰੀ ਕਰਾਮਤ ਜਿਹੜਾ ਹੈ ਉਹ ਕਾਰਪੋਰੇਸ਼ਨ ਦੇ ਅਫਸਰਾਂ ਨਾਲ ਮੇਲ ਮਿਲਾ ਕੇ ਉਹਨਾਂ ਨਾਲ ਕੋਈ ਸਾਜ਼ਿਸ਼ ਕੀਤੀ ਹੋਵੇ ਜਿਹਦਾ ਹਕੂਮਤ ਨੂੰ ਪਤਾ ਹੀ ਨਾ ਹੋਵੇ। ਹਾਏ, ਮੈਂ ਮਰ ਗਈ। ਹਾਏ, ਮੈਂ ਚੀਪਿਆ। ਪੁੱਤਰ, ਜਿਹਦੇ ਤੇ ਮਰੀ ਹੈ ਨਾ ਕੇਸ, ਉਹਨੂੰ ਡੀਲ ਕਰਨ ਦੇ। ਚਲੋ, ਮੈਂ ਵਕੀਲ ਹਾਂ, ਮੈਂ ਕੇਸ ਪੁੱਠਾ ਕਰ ਰਿਹਾ, ਮੈਂ ਤੁਹਾਨੂੰ ਦੱਸਾਂ। ਤੂੰ ਵਕੀਲ ਹੈ? ਆਓ, ਮੈਂ ਅੱਜ ਕੱਲ੍ਹ ਦਾ ਜੱਜ ਹਾਂ। ਆ, ਪਾਗਲ ਮੁੰਡਾ, ਇੱਧਰ ਆਓ ਨਾ ਜੀ ਸਰਕਾਰ, ਅੱਗੇ ਆਓ। ਤੁਸੀਂ ਇੱਧਰ ਆਓ, ਹਾਂ ਕੀ ਹੈ? ਅੱਗੇ ਜਾਵਾਂ, ਆਉਣਾ ਪੈਂਦਾ, ਸਭ ਨੂੰ ਆਉਣਾ ਪੈਂਦਾ, ਮੈਂ ਇਕੱਲਾ ਲਾਂ ਤੀ ਕੌਣ ਆ?
ਮੇਰੀ ਯਾਰ ਸੁਣੋ ਕੀ ਗੱਲ ਹੈ ਤੁਸੀਂ ਕਿਸ ਹਿਸਾਬ ਚ ਕਹਿ ਦਿੰਦੇ ਹੋ ਮੈਂ ਮਰ ਗਈ ਤੁਹਾਨੂੰ ਪਤਾ ਨਹੀਂ ਜਿਹਨਾਂ ਨੇ ਉਮਰਾਂ ਦੀਆਂ ਕਮੇਟੀਆਂ ਪਾਈਆਂ ਉਹਨਾਂ ਦਾ ਕੀ ਹਾਲ ਹੋਏਗਾ ਨਾ ਮਰਨਾ ਮੈਂ ਵੇ ਤੈਨੂੰ ਕਿਉਂ ਪੀਣ ਠੰਡੇ ਆ ਟੁੱਟ ਪੈਣਿਆ ਇਸ ਤਰ੍ਹਾਂ ਦੀ ਗੱਲ ਨਹੀਂ ਕਰਨੀ ਤੁਹਾਨੂੰ ਨਹੀਂ ਪਤਾ ਮੇਰੇ ਅੰਦਰ ਕੀ ਕੀ ਤੂਫਾਨ ਉੱਠਦੇ ਆ ਤੁਸੀਂ ਮਰ ਗਏ ਤਾਂ ਮਾਂ ਤੇ ਉੱਕਾ ਮਰ ਗਿਆ ਨਾ ਓਏ ਮੈਂ ਮਰ ਗਈ ਕਰਦਾ ਕੀ ਹੈ ਵੇਲੇ ਸਿਰ ਵਾਲਾ ਵੇਲੇ ਸਿਰ ਵਾਲਾ ਆਹੋ ਤੇ ਨਾਨਕਿਆਂ ਨੂੰ ਕਹੋ ਇੱਥੇ ਝੁੱਗੀਆਂ ਪਾ ਲੈਣ ਫਾਇਦਾ ਸਲਾਬ ਆਏਗਾ ਫਿਰ ਵੇਲਾ ਦੇ ਵੇਲਾ ਮੰਮੀ ਕਮਾ ਸ਼ਦਰੀਆ ਹਾਲੇ ਤੱਕ ਬੋਲਿਆ ਕਿਉਂ ਨਹੀਂ ਬੋਲ ਪਿਆ ਵੀ ਖਬਰਦਾਰ ਤੂੰ ਨਹੀਂ ਮਰਨਾ ਤੂੰ ਤੈਨੂੰ ਕੀ ਇਹ ਮਰਾ ਨਾ ਮਰਾ ਨਾ ਤੂੰ ਮੇਰੇ ਮਰਨ ਨੂੰ ਕਿਉਂ ਢੀਕਣ ਡਿਆ ਖਬਰਦਾਰ ਇਦਾਂ ਦੀ ਗੱਲ ਨਹੀਂ ਕਰਨੀ ਬੇਵਕੂਫੇ ਤੂੰ ਸੋਚ ਤਾਂ ਸਹੀ ਮੈਂ ਕਾਹਦੇ ਲਈ ਇੱਥੇ ਜ਼ਮੀਨ ਲਈ ਕਾਹਦੇ ਲਈ ਮਕਾਨ ਛੱਤਿਆ ਸ਼ਾਦਮਾਨ ਚੋਂ ਨਿਕਲ ਕੇ ਕੱਚੀ ਆਬਾਦੀ ਵਿੱਚ ਕਾਹਦੇ ਲਈ ਆਇਆ ਕੋ ਪਾਗਲ ਆ ਇਹੋ ਜਿਹਾ ਇਲਾਕਾ ਛੱਡ ਕੇ ਇੱਥੇ ਆਵੇ ਕਮੀਨੇ ਲੋਕਾਂ ਦਾ ਕੰਮ ਇਸ਼ਕ ਕਰਨਾ ਤੁਹਾਡਾ ਹੀ ਕੰਮ ਬਿਲਕੁਲ ਜੀ ਜਿਹੜੀ ਗੱਲ ਮੈਂ ਕਹਿਣ ਡਿਆ ਉਹ ਸਮਝ ਨਹੀਂ ਡਿਆ ਅੱਛਾ ਜੀ ਇਸ਼ਕ ਲਾਂਤੀਆਂ ਦਾ ਕੰਮ ਹੈ ਇਹ ਕੀ ਕੰਮ ਹੈ ਜਿੰਨੀ ਬੀਤੀ ਹੋਵੇ ਉਹਨਾਂ ਜ਼ੈਕਾ ਵੱਧ ਹੁੰਦਾ ਹੀ ਅੱਛਾ ਇਸ਼ਕ ਤੇਰੇ ਨਾਲ ਵੇ ਤੇਰੇ ਨਾਲ ਇਸ਼ਕ ਕਰਦੀ ਹੂੰ ਮੇਰੀ ਜੁੱਤੀ ਲੈ ਮੇਰੀ ਜੁੱਤੀ ਮੌਸਮ ਠੀਕ ਹੋ ਲੈਂਦੇ ਤੂੰ ਆਪੇ ਹੀ ਕਰੇਂਗੀ ਆ ਤੂੰ ਜਾ ਵੀ ਵਕੀਲ ਕੋ ਠੀਕ ਹੈ ਉਹਨੂੰ ਜਾ ਕੇ ਪੁੱਛੇ ਦੇ ਕਾਨੂੰਨੀ ਪਹਿਲੂਆਂ ਤੇ ਗੌਰ ਕਰਕੇ ਸਾਨੂੰ ਦੱਸੇ ਵੀ ਕਿਸ ਤਰ੍ਹਾਂ ਠੀਕ ਹੈ ਤੁਸੀਂ ਜਾਓ ਬਾਓ ਜੀ ਕਾਰਪੋਰੇਸ਼ਨ ਦੇ ਦਫ਼ਤਰ ਠੀਕ ਉੱਥੇ ਜਾ ਕੇ ਮੇਰਾ ਪੁੱਤ ਕਾਗਜ਼ਾਤ ਕਢਾ ਕੱਟਣੀ ਦੇ ਖਬਰਦਾਰ ਮੇਰਾ ਯਾਰ ਹੈ ਤੇ ਮੈਂ ਆਪ ਗੱਲ ਕਰ ਲਾਂਗਾ ਗੱਲ ਸੁਣ ਅਨਸਾਰ ਜੀ ਤੂੰ ਬਦਤਮੀਜ਼ੀ ਕੋਈ ਨਹੀਂ ਕਰਨੀ ਤੇਰਾ ਤਾਇਆ ਬਿਲਕੁਲ ਤੇਰਾ ਆਪਾ ਬਈ ਮੰਨੇ ਨਾ ਗੱਲ ਕੋਈ ਨਹੀਂ ਕਰਨੀ ਠੀਕ ਮੇਰੇ ਬਚਪਨ ਦਾ ਯਾਰ ਮੈਂ ਆਪੇ ਗੱਲ ਕਰ ਲਾਂਗਾ ਮੇਰੀ ਕੁਝ ਤੇ ਯਾਰ ਕਰੇਗਾ ਕਾਹਦਾ ਯਾਰ ਅਬੇਰੇ ਤੇਰੇ ਤੇ ਵੀ ਕੇਸ ਕਰਤਾ ਚਾਚਾ ਹਾਂ ਆ ਉਹ ਸਿਪਾਹੀ ਆਇਆ ਸੀ ਉਹ ਮੈਂ ਉਹਨੂੰ ਭੇਜਤਾ ਮੈਂ ਕਿਹਾ ਜਾ ਮੈਂ ਸਮਝਾ ਕੇ ਭੇਜਦਾ ਉਹਨੂੰ ਉਹ ਕਿਸੇ ਦਾ ਯਾਰ ਨਹੀਂ ਉਹ ਸਿਰਫ ਦੌਲਤ ਦਾ ਯਾਰ ਹੈ ਪੈਸੇ ਦਾ ਯਾਰ ਹੈ ਸਮਝ ਆਈ ਨਾ ਪੁੱਤਰੋ ਮੈਨੂੰ ਵੀ ਨਹੀਂ ਜਾਣਦਾ ਮੈਂ ਵੀ ਦੁਨੀਆ ਦਾ ਆਖਰੀ ਲਾਂਤੀ ਆ ਗੁਜਰਾਂ ਵਾਲੇ ਦੇ ਬੰਦੇ ਨੂੰ ਪੈਸੇ ਦੇ ਕੇ ਕੰਮ ਕੀ ਮਰਵਾ ਦਿਆਂਗਾ ਸਦਕੇ ਜਾਵਾਂ ਤੂੰ ਜੋ ਮਰਜ਼ੀ ਕਹੋ ਤੇਰਾ ਕੋਈ ਗੁੱਸਾ ਨਹੀਂ ਮੇਰੇ ਮਾਲਕਾ ਏਡਾ ਸਿਆਣਾ ਤੇ ਏਡਾ ਚੰਗਾ ਮੈਨੂੰ ਕਿਉਂ ਅਤਾ ਕਰ ਦਿੱਤਾ ਜੋ ਕਟੜੀ ਚ ਰਿਵਾਜ ਸੀ ਚਵਲਾਂ ਵੱਜਣ ਡਈਆਂ ਸੀ ਮੈਂ ਵੀ ਮਾਰ ਦਿੰਦਾ ਏ ਚਾਚਾ ਉਹਦੇ ਕੋਈ ਗੱਲ ਨਹੀਂ ਹੋਈ ਨਹੀਂ ਪੁੱਤਰ ਮੈਂ ਉਹਦੀ ਗੱਲ ਕਰ ਰਿਹਾ ਵੇ ਗੱਲ ਸੁਣ ਲੈ ਗੱਲ ਸੁਣ ਮੇਰੀ ਸਦਕੇ ਜਾਵਾਂ ਸੁਣਾਓ ਵੀ ਕਿਸੇ ਦਿਨ ਗੱਲ ਵੇ ਤੂੰ ਚਾਹਨਾ ਕੀ ਹੈ ਵੇ ਉਹ ਕਹਿੰਦਾ ਮੂੰਹ ਤੇਰਾ ਮੱਥਾ ਤੇ ਜਿੰਨ ਭਾੜੋ ਲੱਥਾ ਲੈ ਮੂੰਹ ਨਾ ਮੱਥਾ ਮੈਂ ਕੀ ਸਾਹ ਲੈਣ ਲਈ ਰੱਖਿਆ ਇਸੇ ਮੂੰਹ ਨਾਲ ਹਰ ਕੰਮ ਕਰਨਾ ਵਾ ਮੈਂ ਤੈਨੂੰ ਦੱਸਾਂ ਮੇਰੇ ਮੂੰਹ ਨਾਲ ਲੱਗਿਆ ਕਰ ਆਵੀ ਤੇਰੇ ਮੂੰਹ ਤੇ ਕੈਮੀਕਲ ਲੱਗਾ ਸ਼ੀਦਾ ਦਾ ਘਰ ਹੈ ਨੇੜੇ ਪਏਗਾ ਓਏ ਆਹੋ ਸ਼ੀਦਾ ਦਾ ਘਰ ਉਹਨੂੰ ਰੁਕਾ ਦੇ ਦੇ ਅੱਛਾ ਲ
ਲਾਂਤੀ ਏ ਬੇਹਯਾ ਹੈ ਤੂੰ ਕਿਉਂ ਜਿਹੜੇ ਦੋ ਰੁਕੇ ਮੈਂ ਦਿੱਤੇ ਉਹਨਾਂ ਦਾ ਰਿਜ਼ਲਟ ਤੇ ਆ ਲੈਣ ਦੇ ਤੂੰ ਕੀ ਸਮਝਣਾ ਚਾਚਾ ਤੇਰਾ ਵਿਹਲਾ ਬੈਠਾ ਹੁੰਦਾ ਤੂੰ ਕੀ ਸਮਝਦਾ ਮੇਰੀ ਜ਼ਿੰਮੇਵਾਰੀ ਕੋਈ ਨਹੀਂ ਤੇ ਪੁੱਤਰ ਕੰਮ ਉਹ ਰੁਕੇ ਦਾ ਜਵਾਬ ਆ ਗਿਆ ਮੈਨੂੰ ਨਹੀਂ ਨਾ ਦੱਸਿਆ ਤੂੰ ਮੈਂ ਲਿਖਿਆ ਰੇਜ ਤੁਹਾਡੇ ਲਈ ਲਿਖਿਆ ਸ਼ੀਦਾਂ ਨੇ ਸਦਕੇ ਜਾਵਾ ਇਹ ਲਿਖਿਆ ਦੇਖੋ ਆਹਾ ਇੱਧਰ ਵੇਖੋ ਆਹਾ ਸ਼ਰਮ ਕਰੋ ਕੁਛ ਹਯਾ ਕਰੋ ਡੀਅਰ ਰੱਬਾ ਤੇ ਪੁੱਤਰ ਇਹ ਚ ਤਕਲੀਫ ਵਾਲੀ ਕੋਈ ਗੱਲ ਨਹੀਂ ਕੁਛ ਸ਼ਰਮ ਕਰੋ ਕੁਛ ਹਯਾ ਕਰੋ ਡੀਅਰ ਇੱਥੋਂ ਤੱਕ ਠੀਕ ਹੈ ਅੱਗੋਂ ਅੱਬਾ ਮਿਟਾ ਦਿਓ ਬਸ ਬੜਾ ਹੀ ਖੋਚਲ ਹੈ ਚਾਚਾ ਤੂੰ ਤੇ ਜਿਹੜਾ 50 ਤੋਂ ਟੱਪ ਜੇ ਉਹ ਖੋਚਲ ਹੀ ਹੁੰਦਾ ਹੈ ਤੂੰ ਨਾ ਖੇਡ ਮੈਂ ਵਾਰੀ ਲੈ ਕੇ ਛੱਡਣੀ ਉਹ ਗੱਲ ਕੀ ਹੈ ਤੂੰ ਕਿਸ ਕਿਸਮ ਦਾ ਬੱਚਾ ਹੈ ਨਾ ਮਰਾਦਾ ਉਸ ਕਿਸਮ ਦਾ ਜਿਸ ਕਿਸਮ ਦਾ ਬਾ ਉਸ ਭਾਈ ਆਹੀ ਹਮਦ ਅਲੀ ਨੂੰ ਫੜਨ ਵਾਸਤੇ ਤੂੰ ਵਾਪਸ ਕਿਉਂ ਭੇਜਿਆ ਤੁਸੀਂ ਵੀ ਕਿਸ ਕਿਸਮ ਦੇ ਯਾਰ ਹੋ ਆਪਣੇ ਯਾਰ ਦੇ ਕੇਸ ਕਰਤਾ ਤੁਸੀਂ ਇਹ ਮੇਰਾ ਤੇ ਹਮਦ ਅਲੀ ਦਾ ਮਸਲਾ ਮੈਂ ਜੋ ਮਰਜ਼ੀ ਕਰਾਂ ਤੂੰ ਕੌਣ ਹੋ ਮੇਰੇ ਜਵਾਤ ਮਾਰਨ ਵਾਲਾ ਮੈਂ ਤੁਹਾਡਾ ਪੁੱਤਰ ਹਾਂ ਬਕਵਾਸ ਨਾ ਕਰ ਦੂਰ ਹੋ ਜਾ ਮੇਰੀਆਂ ਨਜ਼ਰਾਂ ਤੋਂ ਜਾ ਕੇ ਮੇਰੀ ਰੋਟੀ ਲੈ ਕੇ ਆ ਕਰੋ ਆਪਣੀ ਨਵੀਂ ਅੰਮੀ ਨੂੰ ਕਮੀ ਰੁਕਾ ਥੱਲੇ ਵਾਲੇ ਡੱਬੇ 'ਚ ਰੱਖੇ ਕਰੇ ਉੱਤੇ ਚਟਨੀ ਲੱਗ ਜਾਂਦੀ ਰੋਟੀ ਲੈ ਅੱਜ ਕੀ ਪੱਕਾ ਅੱਜ ਲੈ ਵੀ ਪੱਕੀ ਹੈ ਕਹਾਣੀ ਬਕਵਾਸ ਸਲਾਈਸ ਦੇ ਨਾਲ ਲੈ ਵੀ ਅੱਬਾ ਜੁੜ ਜਾਏਗਾ ਫਿਰ ਕੀ ਕਰੇਗਾ ਰੁੱਣਾ ਫਿਰ ਲੱਗੇ ਤਣੇ ਤੇ ਅੱਬਾ ਬਦਲ ਲਓ ਕਮੇਟੀ ਪਾਈ ਹੈ ਨਿਕਲੇ ਕਿਤੇ ਬਦਲ ਲਿਆ ਅੱਬੇ ਦੀ ਕਮੇਟੀ ਪਾਈ ਹੈ ਮਾਂ ਮਰ ਗਈ ਉਹਦੀ ਕਮੇਟੀ ਨਹੀਂ ਪਾਉਂਦੇ ਇਹ ਹਮਦ ਅਲੀ ਨੂੰ ਮੈਂ ਦੱਸਾਂਗਾ ਨਾ ਮਰਾਦ ਨੂੰ ਉਹਨੂੰ ਕਤਲ ਕਰਵਾਵਾਂ ਭਾਵੇਂ ਮੈਂ ਕਿਸ ਹੱਲੇ ਤੇ ਕੀਤਾ ਐਸਾ ਲਾਂਤੀ 2000 ਰੁਪਇਆ ਲੈ ਗਿਆ ਉੱਤੋਂ ਉਹਦਾ ਸੂਦ ਨਹੀਂ ਦੇਣ ਡਿਆ ਜਿਹੜਾ ਬੰਦਾ ਇਨਸ਼ਾਅੱਲਾ ਪੁਲਿਸ ਨੂੰ ਕੀ ਹੈ ਅਸਲਾਮ ਅਲੈਕਮ ਹਮਦ ਅਲੀ ਮੇਰਾ ਯਾਰ ਆ ਗਿਆ ਬੜਾ ਮਾਰੋ ਮੁਨਾਫਕਾ ਮਗਰੋਂ ਲੈ ਜਾ ਹਾਂ ਮਸ਼ਰਕੀ ਪਾਕਿਸਤਾਨ ਅਲੈਦਾ ਕਰਾਉਣ ਵਾਲਿਓ ਲਾਂਤੀਓ ਬਿਜਲੀ ਕਰਦੀ ਔਰ ਮੈਂ ਲਿਖ ਲਈ ਤੂੰ ਹੈ ਹੀ ਇਸ ਕਾਬਲ ਹੈ ਤੇਰੀ ਜਿੰਨੀ ਬਿਸਤੀ ਕੀਤੀ ਜਾਏ ਘੱਟ ਹੈ ਮੈਂ ਉਹ ਬੇਹਯਾਵਾ ਪੈਸੇ ਦੇ ਪੁੱਤਰਾ ਕੀ ਸਮਝਣਾ ਉਹ ਤੇ ਪੈਸੇ ਨੂੰ ਪੈਸਾ ਸਭ ਕੁਝ ਹੈ ਬੇਹਯਾਵਾ ਦੁਆਵਾਂ ਦੇ ਸਾਡੀ ਮਰਨ ਵਾਲੀ ਭਰਜਾਈ ਨੂੰ ਜਿਹੜੀ ਮਰਨ ਲੱਗਿਆ ਇੰਨੇ ਪੈਸੇ ਛੱਡ ਗਈ ਕਿ ਤੂੰ ਦੁਕਾਨ ਪਾ ਲਈ ਸਾਡੇ ਤੋਂ ਵੱਖ ਹੋ ਕੇ ਸੋਚਣਾ ਲਾਂਤੀ ਜਿਹਾ ਨਾ ਹੋਵੇ ਤੇ ਸਵੇਰ ਦੀ 7958 ਹੀ ਬੀਜਤੀ ਹੋ ਗਈ ਇਹਦੀ ਇਸ ਸਾਈਡ ਤੇ ਲਿਖ 1,07,000 ਕਿਉਂਕਿ ਸਾਰੀ ਦਿਹਾੜੀ ਮੈਂ ਇਹੋ ਕੰਮ ਕਰਨਾ ਹੀ ਇਹ ਤੂੰ ਕੋਈ ਅੱਛੀ ਗੱਲ ਨਹੀਂ ਕੀਤੀ ਦੂਜੀ ਵਾਰੀ ਬੀਜਤੀ ਕੀਤੀ ਉਹ ਲਾਂਤੀ ਆ ਤੂੰ ਲਿਖ ਲਾਂਤੀ ਲਿਖ ਇਹ ਛੋਟੀ ਮੋਟੀ ਬੀਜਤੀ ਮੈਂ ਨਹੀਂ ਲਿਖਦਾ ਹੁੰਦਾ ਹੁਣ ਲਾਂਤੀ ਲੂੰਤੀ ਵੀ ਲਿਖਣ ਲੱਗ ਪਈ ਤੇ ਘੰਟੇ ਬਾਅਦ ਨਵੀਂ ਡੈਰੀ ਲੈਣੀ ਪੈਂਦੀ ਹੈ ਜੇ ਨੋਟ ਕਰਾਉਣਾ ਹੁੰਦਾ ਤੇ ਵੱਡੀ ਬੀਜਤੀ ਕਰਿਆ ਕਰੋ ਮੈਂ ਤੁਹਾਨੂੰ ਦੱਸਦੀ ਜਾ ਕੰਮ ਕਰ ਲੈ ਜਾ ਕੇ ਆਸਤੀਨ ਦਿਆ ਸਪਾ ਮੇਰੇ ਖਿਲਾਫ ਥਾਣੇ ਦਰਖਾਸਤ ਦੇ ਦਿੱਤੀ ਹੂੰ ਉਹ ਪਰਾ ਮਰ ਸਾਦਾ ਬੁਰਾ ਲੱਗਣਾ ਉਹ ਧੋਸਣ ਲੱਗ ਪੈਂਦਾ ਹਾ 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 ਹੱਸ ਕੇ ਭੁੱਲੀ ਜਾਂਦਾ ਕਿ ਸ਼ਾਮ ਨੂੰ ਘਰ ਵੀ ਆਉਣਾ ਕਿ ਨਹੀਂ 7,959 ਦੀ ਬੀਜਤੀ ਹੋ ਗਈ ਓਏ ਬਕਵਾਸ ਨਾ ਕਰ ਓਏ ਓ ਬੇਵਕੂਫਾ ਤੇ ਮੈਂ ਮਾਹੌਲ ਕੀਤਾ ਹੀ ਜਿਹੜੀ ਦਰਖਾਸਤ ਦਿੱਤੀ ਆ ਵੈ ਯਾਰ ਤੂੰ 2000 ਰੁਪਇਆ ਤੇ ਲੈ ਆ ਜਿਹੜਾ ਸੂਦ ਬਣਦਾ ਉਹ ਤੇ ਦੇਈ ਜਾਇਆ ਕਰ ਤੂੰ ਐ ਲਾਂਤੀ ਏ ਬੇਹਯਾ ਹੈ ਤੂੰ ਪੂਰੀ ਬਸਤੀ ਨੂੰ ਆਪਣੇ ਖਿਲਾਫ ਕਰ ਲਈ ਪੂਰੇ ਬਸਤੀ ਵਾਲੇ ਤੇਰੇ ਖਿਲਾਫ ਨੇ ਓਏ ਚੌਧਰੀ ਤੇਰਾ ਕੀ ਲੱਗਦਾ ਹੈ ਚੌਰੀ ਮੇਰਾ ਯਾਰ ਹੈ ਤੇ ਇਹ ਸ਼ੇਖੂਪੁਰੇ ਜਾ ਕੇ ਯਾਰ ਹੈ ਹਾਂ ਨੇੜੇ ਯਾਰ ਨਹੀਂ ਹੋ ਸਕਦਾ ਮੈਨੂੰ ਚੌਧਰੀਆਂ 'ਚ ਫਿਰਨ ਦਿਓ ਦੂਰ ਹੋ ਜਾ ਮੇਰੀਆਂ ਨਜ਼ਰਾਂ ਤੋਂ ਗਰੀਬ ਲੋਕ ਨਾ ਮੁਰਾਦ ਕਟਿਆ ਲੋਕ ਬਦਬੂਦਾਰ ਲੋਕ ਹਾਂ ਅਸੀਂ ਬਦਬੂਦਾਰ ਤੂੰ ਚਾਰਲੀ ਵਾਲਿਆਂ ਦਾ ਮੁੰਡਾ ਮੇਰਾ ਖਿਆਲ ਹੈ ਚਾਰਲੀ ਵੀ ਬਿਜਤੀ ਹੈ ਲਿਖ ਤੇਰੇ ਕੋ ਕਿੱਥੇ ਲਿਖੀ ਜਾਣੀ ਹੈ ਪ੍ਰਾਇਮਰੀ ਫਸਟ ਡਿਵੀਜ਼ਨ ਆ ਮੈਂ ਲਿਖਾਉਣਾ ਵਾ ਲਿਖ ਸੀ ਐਚ ਲਾਮੀ ਅਲੀ ਚਾਰਲੀ ਵਾਰੇ ਵਾ ਤੂੰ ਵੀ ਮੇਰੇ ਵਾਂਗੂ ਐਵੇਂ ਕੀਤਾ ਆਇਓ ਐਵੇਂ ਕੀਤਾ ਸੀ ਉਹਦੇ 'ਚ ਬਰਕਤ ਪੈ ਗਈ ਅੱਛਾ ਚੌਰੀ ਮੇਰਾ ਯਾਰ ਮੈਂ ਤੈਨੂੰ ਗੱਲ ਦੱਸ ਆਰਾਮ ਕਰ ਚੌਧਰੀ ਤੇਰਾ ਯਾਰ ਇੱਕ ਦੀ ਪੈਸੇ ਵਾਲਾ ਵੀ ਕਿਸੇ ਦਾ ਯਾਰ ਹੋਇਆ ਗਰੀਬ ਦਾ ਯਾਰ ਪੈਸੇ ਵਾਲਾ ਹੋ ਜਾਏ ਤਾਂ ਦੁਨੀਆ ਦਾ ਨਾਮ ਨਾ ਠੀਕ ਹੋ ਜਾਏ ਜੰਮੇ ਆ ਪਲਿਆ ਤੂੰ ਇੱਥੇ ਇੱਥੇ ਬਿਸਤਰ ਨਾਲ ਤੇਰੀ ਸ਼ਾਦੀ ਹੋਈ ਇੱਥੇ ਤੇਰੇ ਬੱਚੇ ਹੋਏ ਇੱਥੇ ਨਹੀਂ ਹੋਏ ਅੰਦਰ ਕਮਰੇ 'ਚ ਹੋਏ ਸਨ ਮੇਰਾ ਵੀ ਇਹੋ ਮਤਲਬ ਹੈ ਮੈਂ ਕਦੋਂ ਕਹਿਣਾ ਵੀ ਤੂੰ ਬੱਚੇ ਚੌਂਕ 'ਚ ਦਿੰਦਾ ਚੌਂਕ 'ਚ ਤੇ ਕੁੱਤੀ ਬੱਚੇ ਦਿੰਦੀ ਬਈ ਅੱਗੇ ਤੂੰ ਸਮਝਦਾਰ ਹੈ ਉੱਤੋਂ ਕੁੱਤੀ ਦਾ ਕੱਦ ਵੇਖੋ 6 ਫੁੱਟ ਦੀ ਕੁੱਤੀ ਕੱਦ ਨਹੀਂ ਲਿਖਿਆ ਮੈਂ ਬਿਜਤੀ ਲਿਖ ਲਈ ਬਿਜਤੀ ਲਿਖੀ
ਹਯਾ ਕਰ ਜਾ। ਇਹ ਜਿੰਨੀ ਦੇਰ ਯਰਾਨਾ ਨਾ ਮੰਨਿਆ ਓਨੀ ਦੇਰ ਮੇਰੀ ਜ਼ੁਬਾਨ ਤੇ ਤਾਲੇ ਨੇ। ਮੈਨੂੰ ਮਜਬੂਰ ਨਾ ਕਰ, ਮੈਂ ਜ਼ੁਬਾਨ ਖੋਲਾਂ। ਮੈਂ ਇੱਕ ਫਿਕਰਾ ਕਵਾਂਗਾ, ਫਾਂਸੀ ਦੇ ਫੰਦੇ ਤੇ ਖਲੋਤਾ ਹੋ ਜਾ। ਉਹ ਕਹਿ ਜਿਹੜਾ ਤੂੰ ਫਿਕਰਾ ਕਹਿਣਾ ਨਾਮ ਰੱਖ। ਉਹ ਮੈਨੂੰ ਇਹ ਵੀ ਪਤਾ ਐਸੇ ਚੌਂਕ ਤੇਲ ਪਾ ਕੇ ਤੂੰ ਆਪਣੀ ਬੀਵੀ ਨੂੰ ਅੱਗ ਲਾਈ ਸੀ। ਅੱਲਾ ਮਾਫ ਕਰੀ, ਮੇਰੇ ਤੇ ਇਲਜ਼ਾਮ ਲਾ ਦਿੱਤਾ ਏਡਾ ਵੱਡਾ। ਮੈਂ ਤੇ ਉਹ ਵਿਚਾਰੀ ਕਰਮਾਂ ਵਾਲੀ ਦੇ ਸਿਰ 'ਚ ਤੇਲ ਪਾ ਕੇ ਚੱਸਣ ਡੇ ਆ ਸੀ। ਉਹਦੀ ਕਿਸਮਤ ਖਰਾਬ, ਉੱਠ ਕੇ ਅੰਦਰ ਪੁਰਚੀ ਹਨ 'ਚ ਗਈ, ਚੁੱਲ੍ਹਾ ਪਾਟ ਗਿਆ ਸੀ। ਕਰੀ ਹੋਣੇ ਥੀ ਇਹ ਪਾਕਿਸਤਾਨ 'ਚ ਚੁੱਲ੍ਹੇ ਬੜੇ ਲੂਜ਼ ਕਰੈਕਟਰ ਬਣਦੇ ਨੇ, ਔਰਤ ਨੂੰ ਵੇਖਦੇ ਹੀ ਪਾਟ ਜਾਂਦੇ ਨੇ। ਮਰਦ ਵੀ ਆਂਡੀ ਰੋਟੀ ਕਰਦੇ, ਉਹਨਾਂ ਦੀ ਚੁੱਲ੍ਹਾ ਕੋਈ ਪਾੜਦਾ ਬੱਤੀਆਂ ਥੱਲੇ ਨੂੰ ਨੇ। ਤੇ ਚੁੱਲ੍ਹਿਆਂ ਕੋਲੋਂ ਪੁੱਛੋ ਜਿਨ੍ਹਾਂ ਦੀ ਨੀਅਤ ਖਰਾਬ ਹੈ, ਅਸੀਂ ਕਰੀ ਹੋਣ। ਇਹ ਚੁੱਲ੍ਹਿਆਂ ਦੀ ਨਹੀਂ, ਬਣਾਉਣ ਵਾਲਿਆਂ ਦੀ ਨੀਅਤ ਖਰਾਬ ਹੈ। ਮੇਰੀ ਇਹ ਗੱਲ ਯਾਦ ਰੱਖਿਓ, ਮੰਨਿਆ 2000 ਬੰਦੇ ਨੂੰ ਤੰਗ ਕਰੇਗਾ। 2000 ਨਾ ਕਹਿ, 9999 ਕਹਿ। ਮੈਨੂੰ ਇਹਨਾਂ ਗੰਦੇ ਲੋਕਾਂ ਦੀ ਡਰ ਲਾ। ਓਏ ਅਕਲਕਾਰਾ, ਗੰਦੇ ਲੋਕਾਂ 'ਚ ਤੇਰਾ ਛਿਲਾ ਸਰਫ ਨਾ ਨਾਤਾ ਸੀ। ਬੇਹਯਾਵਾ, ਅਲੱਦਾ ਅਲੱਦਾ ਹੋ ਕੇ ਬਹਿਣਾ, 2000 ਬੰਦੇ ਨੂੰ ਤੰਗ ਕਰੇਗਾ, ਉਹਨਾਂ ਤੈਨੂੰ ਵਿਹਲਿਆਂ ਨੂੰ ਛੱਡਣਾ। ਔਰ ਗਰੀਬ ਨੂੰ ਮਾੜਾ ਨਹੀਂ ਸਮਝੀਦਾ, ਗਰੀਬ ਕੋ ਬੜੀ ਤਾਕਤ ਹੁੰਦੀ ਹੂ। ਗਰੀਬ ਕੋ ਡਰਿਆ ਕਰ, ਗਰੀਬ ਨੂੰ ਤੇ ਕੰਮ ਹੀ ਦੋ ਨੇ, ਜਾਂ ਬੱਚੇ ਜਾਂ ਲੜਾਈਆਂ, ਬਸ। ਅਸਲਾਮ ਵਾਲੇ ਗੱਲ ਕਰ। ਸਲਾਮ ਵਾਲੇ, ਉਹ ਵਾਲੇਕਮ ਸਲਾਮ ਗੱਲ ਕਰ। ਉਹ ਚੱਲ ਯਾਰ, ਸਲਾਮ ਵਾਲੇਕਮ। ਉਹ ਚੱਲ ਵਾਲੇਕਮ ਸਲਾਮ ਗੱਲ ਕਰ। ਹਮਦ ਲਈ ਯਾਰ, ਤੂੰ ਮੇਰਾ ਯਾਰ, ਐਵੇਂ ਨਰਾਜ਼ ਹੋਈ ਜਾਂਦੇ। ਅਗਰ ਤੂੰ ਮੇਰੇ ਨਾਲ ਰਲ ਕੇ ਚੋਰੀ ਦਾ ਸਾਥ ਦੇਵੀ ਨਾ, ਤੈਨੂੰ ਮੈਂ ਚੋਰੀ ਕੋਲੋਂ 10,000 ਰੁਪਈਆ ਦਵਾ ਸਕਦਾ। ਕਿੰਨਾ? 10,000। ਵਾਕਈ? ਤੇਰਾ ਪੁੱਤ ਵੇਲਾ ਫਿਰਦਾ ਵਿਚਾਰਾ, ਉਹਨੂੰ ਚੋਰੀ ਦੀ ਫੈਕਟਰੀ 'ਚ ਮੁਲਾਜ਼ਮ ਵੀ ਕਰਾ ਦਿਆਂਗਾ। ਉਹ ਤੇਰੇ ਸਦਕੇ ਤੈਨੂੰ 10,000 ਵੀ ਲੱਭ ਜਾਏਗਾ, ਤੇਰਾ ਪੁੱਤ ਵੀ ਮੁਲਾਜ਼ਮ ਹੋ ਜਾਏਗਾ। ਵਾਹ 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 ਵਾਹ। ਲੈ 10, 2000 ਰੁਪਈਆ ਮੈਂ ਤੇਰੇ ਕੋਲੋਂ ਲੈਣਾ ਨਾ। ਹਾਂ, ਉਹ ਵੀ ਛੱਡਿਆ, ਉਹ ਵੀ ਛੱਡਿਆ, ਸੂਦ ਵੀ ਛੱਡਿਆ, ਸੂਦ ਵੀ ਛੱਡਿਆ। ਲੈ ਯਾਰ, ਪਹਿਲੇ ਮੈਨੂੰ ਸ਼ੁਭਾਸ। ਅੱਛਾ, ਅੱਜ ਮੈਨੂੰ ਯਕੀਨ ਹੋ ਗਿਆ ਤੂੰ ਐ ਲਾਂਤੀ ਹੈ। ਤੂੰ ਤਾਂ ਕਹਿੰਦਾ ਮੈਂ ਲਾਂਤੀ ਨਹੀਂ ਲਿਖਦਾ। ਇਹ ਜਿਸ ਮੌਕੇ ਤੇ ਕਿਹਾ ਲਿਖਣਾ ਪੈਣਾ ਭਾਈ। ਇੱਕ ਗੱਲ ਮੇਰੀ ਕੰਨ ਖੋਲ ਕੇ ਸੁਣ ਲਾ ਮੰਨਿਆ, ਮੈਂ ਇਹਨਾਂ ਗਰੀਬਾਂ ਦਾ ਸਾਥ ਨਹੀਂ ਛੱਡ ਸਕਦਾ। ਇੱਕ ਗੱਲ ਮੇਰੀ ਯਾਦ ਰੱਖੀ, ਇਹਨਾਂ ਗਰੀਬ ਲੋਕਾਂ ਦਾ ਲੀਡਰ ਨਾ ਬਣੇ, ਲੀਡਰ ਨੂੰ ਫਾਇਲ ਲਵਾ ਦਿੰਦੇ ਹੁੰਦੇ। ਇਹ 1977 ਦਾ ਵਾਕਿਆ, ਹੁਣ 94 ਹੈ, ਲੋਕੀ ਸਿਆਣੇ ਹੋ ਗਏ ਨੇ। ਠੀਕ ਹੈ, ਜਾਓ, ਦੌੜ ਜਾਓ ਇੱਥੋਂ। ਉਹ ਤੂੰ ਮੀਰ ਜਾਫਰ ਮੀਰ ਸਾਦਕ ਹੈ, ਇਸ ਦੌਰ ਦਾ ਤਾਰੀਖ ਚੁੱਕ ਕੇ ਵੇਖ। ਇਹ ਮੀਰ ਜਾਫਰ ਤੇ ਮੀਰ ਸਾਦਕ ਸਨ ਜਿਹਨਾਂ ਮੁਸਲਮਾਨਾਂ ਦੀ ਬੇੜੀ ਗਰਕ ਕੀਤੀ ਸੀ। ਤੇਰੇ ਵਰਗੇ ਲੋਕ ਮਾਸ਼ਰੇ ਦੇ ਮੱਥੇ ਤੇ ਉਹ ਬਦਨਾਮ ਦਾਗ ਹੁੰਦੇ ਨੇ ਜਿਹਨੂੰ ਖੂਨ ਨਾਲ ਵੀ ਧੋਈਏ ਤਾਂ ਨਹੀਂ ਧੁੰਦਾ। ਤੇ ਕਿਉਂ ਖੂਨ ਨਾਲ ਧੋਂਦੇ ਹੋ? ਤੁਹਾਡੇ ਨਲਕੇ ਗਏ? ਮੰਨਿਆ, ਮੈਨੂੰ ਤੇ ਲੱਗਦਾ ਪਾਕਿਸਤਾਨ ਦੇ ਪਾਣੀ 'ਚ ਤਸੀਰ ਹੀ ਮੁੱਕ ਗਈ ਹੈ ਯਾਰ। ਅੱਖਾਂ ਦਾ ਪਾਣੀ ਮਰ ਗਿਆ ਤੇ ਬਾਕੀ ਪਾਣੀ ਕੀ ਮੈਨੇ ਰੱਖਦਾ ਯਾਰ? ਉਹ ਤੂੰ ਇਸ ਤਰ੍ਹਾਂ ਦਾ ਤਾਂ ਨਹੀਂ ਸੀ ਹੁੰਦਾ ਯਾਰ? ਹੋਰ ਕੀ, ਮੈਂ ਨੀਲੇ ਰੰਗ ਦਾ ਹੁੰਦਾ ਹਾਂ? ਨਹੀਂ, ਤੇਰਾ ਖੂਨ ਜ਼ਰੂਰ ਲਾਲ ਹੁੰਦਾ ਸੀ। ਜ਼ਰਾ ਕਿਸੇ ਦੀ ਤਕਲੀਫ ਹੁੰਦੀ ਸੀ, ਤੂੰ ਤੜਫ ਪੈਂਦਾ ਸੀ, ਭੱਜ ਕੇ ਆਉਂਦਾ ਸਾ ਮਦਦ ਕਰਨ ਵਾਸਤੇ। ਉਹ ਤੈਨੂੰ ਕੀ ਹੋ ਗਿਆ, ਹਰ ਗੱਲ ਨੂੰ ਪੈਸੇ ਦੇ ਤਰਾਜ਼ੂ 'ਚ ਤੋਲਣ ਲੱਗ ਪਏ? ਪਰ ਤੇਰੇ ਤੇ ਕਾਹਦਾ ਗਿਲਾ ਕਰਨਾ ਯਾਰ, ਤੂੰ ਵੀ ਤੇ ਇਸੇ ਦੁਨੀਆ ਦਾ ਵਸਨੀਕ ਹੈ, ਜਿਸ ਦੁਨੀਆ ਦਾ ਦੀਨ ਪੈਸਾ, ਇਮਾਨ ਪੈਸਾ, ਤਹਿਜ਼ੀਬ ਪੈਸਾ, ਅਹਿਸਾਸ ਪੈਸਾ, ਜਜ਼ਬਾਤ ਪੈਸਾ, ਕੁਰਾਨ ਪੈਸਾ। ਓਏ, ਜੇ ਪੈਸਾ ਸਭ ਕੁਝ ਹੈ ਤੇ ਮਰਨ ਲੱਗਿਆ ਆਪਣੇ ਕਫਨ 'ਚ ਇੰਨੇ ਪੈਸੇ ਨਾਲ ਜ਼ਰੂਰ ਲੈ ਕੇ ਜਾਈ ਕਿ ਸੋਹਣੇ ਰੱਬ ਨੂੰ ਦੇ ਕੇ ਬਖਸ਼ਿਸ਼ ਕਰਵਾ ਸਕੇ। ਫੇਰ ਮੰਨਾਂਗਾ ਪੈਸਾ ਕਿਸੇ ਕੰਮ ਆਉਂਦਾ, ਫੇਰ ਮੰਨਾਂਗਾ, ਫੇਰ ਮੰਨਾਂਗਾ ਪੈਸਾ ਕਿਸੇ ਕੰਮ ਆਉਂਦਾ। ਨਾ ਮੁਰਾਦ, ਐਵੇਂ ਪੈਸੇ ਜਾਇਆ ਕਰਾਣ ਡੇ ਆ ਮੇਰੇ। ਪੈਸੇ ਨਾਲ ਲੈ ਜਾਵਾਂ ਉੱਤੇ ਫਰਿਸ਼ਤਾ ਤੇ ਕੋਈ ਰਿਸ਼ਵਤ ਹੀ ਨਹੀਂ ਲੈਂਦਾ ਹੋਵੇ। ਉੱਤੇ ਹਲੇ ਇਸਲਾਮਾਬਾਦ ਨਹੀਂ ਨਾ ਬਣਿਆ, ਜਿੱਦਣ ਬਣ ਗਿਆ ਇਨਸ਼ਾਅੱਲਾ ਤੈਨੂੰ ਮਰੀਖ ਆ ਕੇ ਇਤਲਾਹ ਦੇਗਾ 20,000 ਦੇ ਕੇ ਲਾਹੌਰ ਆਇਆ ਵਾਂ ਮੈਂ। ਬਸ ਦੂਰ ਹੋ ਜਾ ਮੇਰੀਆਂ ਨਜ਼ਰਾਂ ਤੋਂ, ਮੈਨੂੰ ਪੂਰਾ ਹੋ ਜਾ ਮੇਰੀਆਂ, ਮੈਨੂੰ ਗਰੀਬਾਂ ਤੋਂ ਨਫ਼ਰਤ ਹੈ। ਉਹ ਤੂੰ ਮੈਨੂੰ ਆਪਣੀ ਗੁਰਬਤ ਤੇ ਮਾਰ, ਤੂੰ ਕੀ ਆ? ਉਹ ਗਰੀਬ ਆਦਮੀ ਨਾ ਮੁਰਾਦ, ਐਡਾ ਸਖਤ ਗਰੀਬ ਬੰਦਾ, ਜੇਬ 'ਚ ਹੱਥ ਮਾਰੇ ਹੱਥ 'ਚ ਪੈਸਾ ਨਹੀਂ ਆਉਂਦਾ, ਸਿਰ 'ਚ ਕੰਘੀ ਮਾਰੇ ਕੰਘੀ 'ਚ ਵਾਲ ਨਹੀਂ ਆਉਂਦਾ। ਦੂਰ ਹੋ ਜਾ ਗਰੀਬਾ। ਹਾਂ ਮੀਰਾ, ਹਾਂ ਮੀਰੋ, ਈਦ ਵਾਲੇ ਦਿਨ ਵੀ ਸੌਣ ਵਾਲੇ ਹੋ, ਲਾਹਨਤ ਤੁਹਾਡੀ ਜ਼ਿੰਦਗੀ 'ਤੇ। ਹਾਂ ਗਰੀਬੋ, ਲਾਂਦੀਓ ਪੱਤੇ ਸਣੇ ਮੂਲੀ ਖਾਣ ਵਾਲੀ ਕੌਮ। ਤੈਨੂੰ ਕੀ ਤਮੀਜ਼ ਹੋਵੇ, ਸਾਰਾ ਜ਼ਾਇਕਾ ਤੇ ਪੱਤਿਆਂ 'ਚ ਹੁੰਦਾ, ਤੁਹਾਨੂੰ ਤੇ ਮੂਲੀ ਦਾ ਪਤਾ ਹੀ ਇੱਕੋ ਏ। ਦੂਰ ਹੋ ਜਾ ਮੇਰੀਆਂ ਨਜ਼ਰਾਂ ਤੋਂ, ਤੂੰ ਦੂਰ ਹੋ ਜਾ ਮੇਰੀਆਂ ਨਜ਼ਰਾਂ ਤੋਂ, ਮਰ ਜਾ ਗਰੀਬੋ, ਮਰ ਜਾ। ਹਾਂ ਮਰ ਜਾ ਗਰੀਬੋ, ਮਰ ਜਾ, ਤੂੰ ਤੇ ਇਹੋ ਚਾਹਨਾ ਗਰੀਬ ਮਰ ਗਿਆ। ਪਰ ਜੇ ਗਰੀਬ ਮਰ ਗਿਆ ਤੇ ਗੱਲ ਸੋਚ ਕੇ ਰੱਖਣਾ, ਆਬਾਦੀ ਕਿਵੇਂ ਵਧੇਗੀ? ਤੁਹਾਨੂੰ ਤੇ ਹੋਰ ਵੀ ਕੰਮ ਨੇ, ਉਹਨੂੰ ਤੇ ਕੰਮ ਹੀ ਇੱਕੋ ਏ। ਰੱਬ ਰਾਖਾ, ਮੈਂ ਤੈਨੂੰ ਇਹ ਵੀ ਨਹੀਂ ਕਹਿ ਸਕਦਾ ਰੱਬ ਰਾਖਾ, ਇਹ ਸੱਚ ਕਿ ਰੱਬ ਤੇਰੇ ਵਰਗਿਆਂ ਦਾ ਰਾਖਾ ਨਹੀਂ ਹੁੰਦਾ ਜਿਹੜੇ ਉਹਦੀ ਮਖਲੂਕ ਤੇ ਜ਼ੁਲਮ ਕਰਦੇ ਨੇ।
तू मेरा यार है, तू मेरा दोस्त है, असीं रल के कट्ठे जम्मे पले जवान होए। मैं तो तेरे लिए दुआ कर सकना, अल्लाह तेनू फजा देवे। ओ मैनू नहीं जरूरत तेरी दुआवां दी, मेरा रब नाल डायरेक्ट वास्ता। तेरा रब नाल डायरेक्ट वास्ता है, ताँ ही परसों की बारिश नहीं रुकन दई, फिर मुँह तेरे रबते दा ना। मुरादा तेरिया दुआवां लगनियां हुण ते तेरे सिर ते वाल ना आ। वो जेड़ा हुंदा इहदे नाल फ्री हुंदा, बाकी प्लाट भी वेल है। मैं अमीर आदमी हाँ, मैनू कारनर वाला प्लाट अच्छा लगता है। बस असी गरीब हाँ, कारनर वाला देंगे नाल बेसमेंट भी देंगे। एक गल मेरी याद रखी, 2000 रुपये तेरे को लेने, वो मैनू वापस कर दी मेरा कर्जा। किहदे कोलों मिलने हैं? मेरे को पाकिस्तानी हाँ मैं, साडे जो रवाज है आलमी बैंक नहीं ला सकिया, तू मामा लगता वा। कोई गल नहीं, मैं भी पाकिस्तान का अमीर आदमी हूं, मैं 2000 लेने, मैं 2500 का बदमाश ले आवा। यार भोले बादशाह, अल्लाह बाद मैं तेनू फड़ना सी, तू मेनू फड़ी फिरन दे। वैसे दरोगा जी आयो जी, दरोगे वाला जी। मैं क्या बस बाबा तेज जा रही है। किधरे सानू डीजी खान ही ना लै जे। की ख्याल है बस दे विच आले हैदर शाह भी बैठे ने? लेकिन तू देख तेजियां बसदियां। ओ भरा हौली ओए, कादी काली जे की हो गया? खुदा दा खाओ खाओ भोले बादशाह। अल्लाह बादशाह, मैं ते इस गलो राणा कि साइंस ने की तरक्की कीती है, इको बस च बैठे हैं, अद्धिया सवारियां इधर जान दियां ने, अद्धिया इधर जान दियां। मेरी जान ड्राइवर ने बस वंड ली। बिल्कुल मैं तेनू सही कहना वा, क्योंकि बस जा रही है बहुत। ओ की हो गया मेरा वीर, क्यों तेज चलान डाए हो? कुछ ख्याल करो, पीछे जनानियां सवारियां भी बैठी। यार भोले भाई क्या, अल्लाह बादशाह, यार तुहाडे मल्ले जी के गड़वी वाली रहिंदी है। गड़वी वाली? यार ओ कमाल रहिंदी है भाई। ओए ओ ते रहिंदी है, पर खुदा दा वास्ते यार की हो गया? भैड़िया सी डंडे फड़ के खलो जाने। यार भोले भाईया, अल्लाह बादशाह, ए बस वाले ने चीज ते चंगी बनाई है, हाथ पाउण नू था ही नहीं बनाई। ओ भैड़े, ओनू बस चलान दे, तू ओदा गोडा फड़े। ए चंगा ड्राइवर है, आप अगली सीट ते बैठा, गोडा ला के पिछली सीट ते रखिया। ए मेरा ख्याल है बस कोलो गोडे गोडे तंग है कि नहीं? वैसे डंडे भी थले आगा नी। अजकल मटीरियल ही हो जाए, कोई चीज नहीं इन्होंने ठीक रखी है। बोले बादशाह, अल्लाह बादशाह मेरी जान। यार गड़वी वाली यार गोली बड़ा कमाल,
ਗਜਵੀ ਵਾਲੀ ਹਾਏ 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 ਕੀ ਗੱਲ ਸੌਂਏ ਕਿਤਨਨ ਨਾ ਜੋੜੀ ਕਿਤਨਨ ਨਾ ਜੋੜੀ ਮੇਰੇ ਜਿਉਂਦਿਆਂ ਤੋੜੀ ਮਨੀ ਵਸ ਤਾਂ ਖੁਦਾ ਦਾ ਵਾਕਾ ਉਤਨਾ ਨੂੰ ਮੋੜੀ ਕਿਤਨੇ ਨੂੰ ਜੋੜੀ ਕਿਤਨੇ ਲੱਗੀ ਵਾਲਿਆਂ ਨੂੰ ਨਹੀਂ ਵੇਖ ਸਕਦਾ ਜ਼ਮਾਨਾ ਆਹੋ ਭੱਜ ਕੇ ਖੁੱਡੇ ਚ ਜੁਆੜ ਜਾਂਦੇ ਤੁਸੀਂ ਭਾਈ ਆਪਣੇ ਖੋਡੇ ਨੂੰ ਬੂਹਾ ਲਵਾਓ ਲੱਗੀ ਵਾਲਿਆਂ ਨੂੰ ਨਹੀਂ ਵੇਖ ਸਕਦਾ ਜ਼ਮਾਨਾ ਕਿਸੇ ਗੱਲ ਲਈ ਵਿਛੋੜਾ ਐਵੇਂ ਲੱਭਦਾ ਬਹਾਨਾ ਆਖੇ ਲੱਗ ਕੇ ਕਿਸੇ ਦੇ ਆਖੇ ਲੱਗ ਕੇ ਕਿਸੇ ਦੇ ਮੇਰਾ ਮਾਣ ਨਾ ਤੋੜੀ ਮੰਨੀ ਵਾਸਤਾ ਖੁਦਾ ਦਾ ਵਾਗਾ ਵਤਨਾ ਨੂੰ ਮੋੜੀ ਕਿਤਨੇ ਨਾ ਜੋੜੀ ਯਾਰ ਬਹੁਤ ਅੱਛਾ ਤੂੰ ਗਾਨਾ ਤੂੰ ਕਿਧਰੇ ਗਜਵੀ ਵਾਲੀ ਦਾ ਭਰਾ ਤੇ ਨਹੀਂ ਭਰਾ ਕਿਵੇਂ ਹੋ ਸਕਦਾ ਉਹ ਗੜਵੇ ਵਾਲੀ ਮੈਂ ਲੋਟੇ ਵਾਲਾ ਚਲੋ ਰਿਸ਼ਤੇਦਾਰੀ ਤੇ ਹੋਈ ਨਾ ਭਾਂਡੇ ਤੇ ਸਿਲਵਰ ਦੇ ਨੇ ਨਾ ਇੱਕ ਅੱਜ ਤੈਨੂੰ ਗੱਲ ਦੱਸਾਂ ਜਿੱਥੇ ਦੋ ਸਿਲਵਰ ਦੇ ਭਾਂਡੇ ਹੋਣਗੇ ਨਾ ਉਹ ਇਨਸ਼ਾਅੱਲਾ ਕਦੀ ਨਾ ਕਦੀ ਖੜਕਣਗੇ ਜ਼ਰੂਰ ਲੇਕਿਨ ਖੜਕਣਗੇ ਤੇ ਦੋ ਮਹੀਨਿਆਂ ਬਾਅਦ ਵਿਕਣਗੇ ਵੀ ਯਾਰ ਵਿਕਣਾ ਵਿਕਾਣਾ ਤੇ ਮੁਕੱਦਰਾਂ ਦੀ ਗੱਲ ਹੈ ਤੂੰ ਇੱਕ ਵਾਰੀ ਖੜਕਣ ਦੇ ਦੇ ਯਾਰ ਚਲੋ ਖੜਕਣ ਉਹ ਭਰਾ ਹੌਲੀ ਸੋਹਣਿਆ ਕੀ ਅੱਗੇ ਉਤਾਰ ਲਈ ਲੈ ਵੀ ਮੈਨੂੰ ਤੇ ਮੇਰੀ ਬਸਤੀ ਕੀ ਲਾਗੇ ਨੀ ਮੈਂ ਤਾਂ ਹੁਣ ਜਾ ਕੇ ਬੇਬੇ ਕੋਲੋਂ ਗਾਣਾ ਖਾਵਾਂ ਯਾਰ ਖਾ ਕੇ ਤੂੰ ਸਵੇਰ ਦਾ ਕੁਛ ਨੀ ਖਾਧਾ ਯਾਰ ਮੇਰੇ ਕੋਲ ਰਹਿ ਗਏ ਨੇ 20 ਰੁਪਈਏ ਯਾਰ ਇਹ 20 ਰੁਪਈਏ ਮਹਿੰਦੇ ਦੇ ਮੈਂ ਸਵੇਰੇ ਆਪਣੇ ਬੱਚੇ ਦੀ ਫੀਸ ਦਾਖਲ ਕਰਵਾਉਣੀ ਹੈ ਚੱਲ ਲੈ ਯਾਰ ਬੱਚੇ ਸਭ ਤੇ ਸਾਂਝੇ ਹੁੰਦੇ ਨੇ ਪੈਸੇ ਰੱਖ ਲੈ ਯਾਰ ਵੀਹਾਂ ਚ ਭਾਈ ਵਾਲੀ ਮੈਨੂੰ ਪੁੱਜਦੀ ਨੀ ਹੈਗੀ ਛਾਵਾਂ ਹੀ ਬਣ ਕੇ ਬੈਠੀਆਂ ਰਹਿੰਦੀਆਂ ਸਰ ਮੈਂ ਕਿੱਡਾ ਭੈੜਾ ਵਾ ਪਰ ਮੈਂ ਕਿੱਡਾ ਵੀ ਭੈੜਾ ਹੋਵਾਂ ਤੇਰੇ ਪਿਓ ਨਾਲ ਚੋਖਾ ਭੈੜਾ ਨਹੀਂ ਮੈਂ ਉਹ ਲੋਕਾਂ ਦਾ ਖੂਨ ਚੂਸਦਾ ਖੂਨ ਚੂਸ ਚੂਸ ਕੇ ਉਠਾ ਆ
ਕੇ ਉਹਦੀ ਟੋਪੀ ਬਣ ਗਈ। ਆਹੋ ਤੂੰ ਤਾਂ ਬੜੇ ਚੰਗੇ ਕੰਮ ਕਰ ਰਿਹਾ ਨਾ, ਤੈਨੂੰ ਤਾਂ ਮੈਂ ਸਵੇਰੇ ਪੁੱਛਾਂਗੀ, ਚੱਲ ਅੰਦਰ। ਸਵੇਰੇ ਪੁੱਛਾਂਗੀ, ਸ਼ਾਮ ਨੂੰ ਗੱਲ ਨਹੀਂ ਕਰਦੀ। ਮੈਂ ਕਿ ਚੱਲ ਅੰਦਰ। ਓਏ ਅੰਦਰ ਮੇਰਾ ਬੜਾ ਸਾਫ ਹੈ, ਬਲਕਿ ਮੇਰੇ ਨਾਲ ਦੇ ਜਿੰਨੇ ਵੀ ਨੇ ਸਭ ਦੇ ਅੰਦਰ ਸਾਫ ਹੀ ਹੁੰਦੇ ਨੇ, ਪਰ ਤੇਰੇ ਪਿਓ ਨੇ ਤੈਨੂੰ ਇੱਕ ਦਿਨ ਸੂਦਖੋਰਾਂ ਨੂੰ ਦੇ ਦੇਣਾ ਤੇ ਮੈਂ ਉਹਨੂੰ ਕਤਲ ਕਰ ਦੇਣਾ। ਗਰੀਬ ਔਰਤ, ਮੇਰੀ ਧੀਆਂ ਤਾਂ ਟਗਾ ਤੇਰੇ ਕੋਲ ਨੀ, ਜਾਇਦਾਦ ਤੇ ਮੇਰੇ ਨਾਮੇ ਮੇਰਾ। ਕਦੀ ਕਦੀ ਆਪਾਂ ਕਿਹਾ ਕਰੋ, ਮੇਰੀ ਬੜੀ ਬੇਇੱਜ਼ਤੀ ਹੁੰਦੀ ਹੈ, ਮੈਂ ਤੁਹਾਨੂੰ ਦੱਸ ਛੱਡਾਂ। ਗਰੀਬ ਗਰੀਬ ਬੱਚੇ ਵੀ ਮੈਨੂੰ ਆਪਾਂ ਕਹਿੰਦੇ ਫਿਰਦੇ ਨੇ, ਦੱਸੋ ਕੀ ਇਹਨਾਂ ਲੋਕਾਂ ਦੀਆਂ ਮੋਜਾਂ ਲੱਗੀ। ਰੋਟੀ ਤਾਂ ਨਹੀਂ ਨਾ ਖਾਣੀ ਇੱਧਰ ਲਿਆ ਰੋਟੀ, ਦੱਸੋ ਤੂੰ ਡੱਬਿਆਂ ਵਾਲਾ ਟਿਫਨ ਲਿਆਂਦਾ ਕਿੰਨੀ ਵਾਰੀ ਕਿਹਾ ਟਿਫਨ ਵੱਡਾ ਲਿਆਇਆ ਕਰੋ, ਤੂੰ ਡੱਬੇ ਚ ਰੋਟੀਆਂ ਦੀ ਬਸਤੀਆਂ ਲੱਗੀ, ਸੋਚਣਗੇ ਸੇਠ ਦੀ ਰੋਟੀ ਇਹਨੇ ਕੋਈ ਡੱਬੇ ਚ ਆਉਂਦੀ, ਇਹ ਡੱਬੇ ਵਧਾਓ, ਬਲਕਿ ਮੈਂ ਤਾਂ ਕਹਿੰਦਾ ਖੈਬਰ ਮੇਲੇ ਚ ਰੋਟੀ ਲਿਆਇਆ ਕਰੋ, ਕਿਸੇ ਨੂੰ ਪਤਾ ਲੱਗੇ ਕਿਸੇ ਦੀ ਰੋਟੀ ਜਾਣ ਲਈ। ਕੀ ਪਕਾਇਆ? ਕੀਮਾ। ਫਿਰ ਕੀਮਾ ਪਕਾ ਲਿਆ, ਕਿੰਨੀ ਵਾਰੀ ਕਿਹਾ ਚਾਰ ਦਿਨ ਮਗਾ ਹੀ ਪਕਾਓ, ਮੇਰੀ ਟੋਪੀ ਢਿੱਲੀ ਹੋਈ ਜਾਂਦੀ ਹੈ, ਚਾਰ ਦਿਨ ਮਗਾ ਹੀ ਖਾਵਾਂ, ਕੋਈ ਸਿਰ ਵੱਡਾ ਹੋਵੇ ਟੋਪੀ ਤੇ ਫਿੱਟ ਹੋਵੇ, ਪੰਜ ਰੁਪਏ ਜਿਹੜੇ ਦਰਜੀ ਨੂੰ ਦੇਣੇ ਨੇ ਉਹ ਤੇ ਬਚਣ। ਬੇਟਾ ਮੁਝੇ ਇਹ ਬਤਾਓ, ਇਹ ਜੋ ਬਸਤੀ ਵਾਲੇ ਕਮੀ ਕਮੀਨ ਗਰੀਬ ਲੋਕ ਹੈ, ਇਹ ਮੀਟਿੰਗ ਕਬ ਕਰ ਰਹੇ ਹੈ? ਮੈਨੂੰ ਕੀ ਪਤਾ ਹੋਵੇ, ਮੈਂ ਤੇ ਸਾਰਾ ਦਿਨ ਘਰੋਂ ਬਾਹਰ ਹੀ ਨਹੀਂ ਨਿਕਲੀ। ਚਲੋ ਮੇਰਾ ਬੇਟਾ ਮੁਝੇ ਪਤਾ ਕਰਕੇ ਬਤਾਓ ਕਿ ਇਹ ਜੋ ਗਟਿਆ ਲੋਕ ਹੈ, ਗਰੀਬ ਲੋਕ, ਤੇਲੀ ਤੇਲੀ ਕਾ ਸੌਦਾ ਲੈਣੇ ਵਾਲੇ ਲੋਕ, ਇਹ ਮੀਟਿੰਗ ਕਬ ਕਰ ਰਹੇ ਹੈ? ਅੱਪਾ ਜੀ ਤੁਸੀਂ ਇਹਨਾਂ ਬਸਤੀ ਵਾਲਿਆਂ ਦੇ ਪਿੱਛੇ ਕਿਉਂ ਪੈ ਗਏ? ਖਬਰਦਾਰ, ਜੋ ਅੰਤੀਆਂ ਸਵਾਲ ਨਹੀਂ ਕਰਦੀਆਂ ਹੁੰਦੀਆਂ, ਸਿਰਫ ਜਸੂਸੀ ਕਰਦੀਆਂ ਹੁੰਦੀਆਂ। ਚਲੋ ਮੇਰਾ ਬੇਟਾ ਪਤਾ ਕਰਕੇ ਬਤਾਓ, ਫਿਰ ਸ਼ੇਖੂਪੁਰੇ ਰੋਡ ਪੇ ਗੁਲਫਸ਼ਾਂ ਟਾਊਨ ਮੇ ਤੁਮੇ ਪਲਾਟ ਲੈ ਕੇ ਦੂੰਗਾ, ਦੇਖਣਾ ਬੜਾ ਅੱਛਾ। ਪਤਾ ਕਰੋ ਮੇਰਾ ਪਤਾ ਹੈ, ਯਾਦ ਨਾ ਦੇਖੋ ਮੇਰੀ ਤਰਫ, ਗਰੀਬ ਔਰਤ ਅਮੀਰ ਆਦਮੀ ਕੋ ਵੇਖੀ ਜਾ ਰਹੀ ਹੈ। ਹਾਏ ਰੱਬਾ ਨਹੀਂ ਲੱਗਦਾ ਦਿਲ ਮੇਰਾ, ਇਤੋਂ ਹੱਟੀ ਤੋਂ ਆ ਕੇ ਸੌਦਾ ਲਵੋ ਤੇ ਦਿਲ ਲੱਗੇ ਨਾ ਜੀ। ਮੈਂ ਕੁੜੀ ਆ ਜ਼ਰਾ ਔਖੀ। ਤੂੰ ਕੀ ਤਕਸੀਮ ਦਾ ਸਵਾਲ ਹੈ, ਤੇਰੀ ਖੈਰ ਹੋਵੇ, ਕੀ ਤੇਰੀਆਂ ਮੌਜਾਂ ਲੱਗੀਆਂ ਨੇ, ਉਧਰ ਜਾਣੇ ਜ਼ਰਾ। ਵਾਹ ਜੀ ਵਾਹ, ਸਾਇੰਸ ਨੇ ਕੀ ਤਰੱਕੀ ਕੀਤੀ, ਖੁਸ਼ਕੀ ਤੇ ਵੀ ਕਸ਼ਤੀਆਂ ਚੱਲਣ ਡਈਆਂ। ਵਾਹ ਜੀ ਵਾਹ, ਇਹ ਕੀ ਤੇ ਕਹਿਣਾ ਹੈ, ਤੇਰੀ ਦੁਕਾਨ ਤੋਂ ਸੌਦਾ ਲਈਏ, ਇਧਰ ਆ ਮੋਇਆ, ਤੇਰਾ ਤਾਂ ਸੌਦਾ ਹੀ ਸਾਰਾ ਗਲਿਆ ਸੜਿਆ ਤੇ ਪੁਰਾਣਾ ਮਾਲ ਹੁੰਦਾ ਹੈ, ਇੰਜ ਜੰਗਲ ਬਾਹਰ ਦੁਕਾਨਾਂ ਸਾਰੀਆਂ ਬੰਦ ਖੜੀਆਂ, ਜਿਹੜੀਆਂ ਤੇਰੀ ਦੁਕਾਨ ਤੋਂ ਸੌਦਾ ਲਈਏ। ਇੱਕ ਗੱਲ ਮੈਂ ਤੈਨੂੰ ਦੱਸਦੀ ਆ, ਪੂਰੇ ਇਲਾਕੇ ਨਾਲੋਂ ਬਹੁਤੀਆਂ ਮਿੱਠੀਆਂ ਟਾਫੀਆਂ ਮੇਰੀਆਂ। ਹਾਂ ਪੂਰੇ ਇਲਾਕੇ ਤੋਂ ਵੱਡਾ ਮੂੰਹ ਤੇਰਾ, ਇੱਕੋ ਵਾਰੀ ਮੂੰਹ 'ਚ ਟੱਪ ਲਾ। ਚਲੋ ਗਰੀਬੋ, ਚਲੋ ਗਰੀਬੋ, ਗਰੀਬ ਲੋਕ ਅਮੀਰ ਤੋਂ ਦੇਖੋ ਨਾ, ਉਹ ਚਲੋ ਗਰੀਬੋ, ਵਾਹ ਵਾਹ ਦਵਾ ਹੋ ਜਾਓ, ਸਿਲਵਰ ਕੀ ਗੱਡੀ ਇਧਰ ਵੇਖ, ਤੇਲ ਲਸ਼ਤੀ ਹਮੇ ਕੇ ਟੋਪ ਨਾ ਸੱਲੇ ਦੀ ਜਾਪੀ ਨਹੀਂ। ਚਲੋ ਦੌੜੋ, ਬੰਦਾ ਕੱਲ ਦਾ ਪੁੱਛੇ 6 ਫੁੱਟ ਲੰਬਾ ਬੰਦਾ ਉਹਦੇ ਇੱਕ ਕੋਲੀ ਦੇ ਵਿੱਚ ਖਾਣਾ ਫੁੱਟੇ ਮੂੰਹ ਤੇਰਾ, ਇਹਦੇ ਹੀ ਸਾਡਾ ਕੀ ਕਸੂਰ ਹੈ, ਜਿੱਦਣ ਮੈਂ ਜੰਮਿਆ ਸਾਂ ਉਦੋਂ ਬੇਬੇ ਨੇ ਖਰੀਦਿਆ ਸੀ, ਮੈਂ ਵੱਡਾ ਹੋ ਗਿਆ ਨਹੀਂ ਵੱਡਾ ਹੋਇਆ ਸੀ ਕਰੀ, ਇਹ ਗਰੀਬ ਆਦਮੀ ਅਸੀਂ ਤੇ ਨਹੀਂ ਨਾ, ਬੁੱਢਿਆਂ ਨੂੰ ਪਤਾ ਨੀ ਕੀ ਹੋ ਜਾਂਦਾ ਹੈ, ਬੁੱਢੇ ਬਾਰੇ ਹੋਰ ਕੁਛ ਨਹੀਂ, ਨਾ ਨਮਾਜ਼, ਨਾ ਪੜ੍ਹਾਈ, ਨਾ ਛੜਾਈ, ਕੁੜੀਆਂ ਦੇ ਪਿੱਛੇ ਲੱਗ ਪੈਂਦੇ ਨੇ। ਗੌਰਮੈਂਟ ਵਾਲੇ ਤੈਨੂੰ ਅੱਜ ਕੱਲ ਮਜਮਾ ਲਾਉਣ ਦਿੰਦੇ ਨੇ? ਕਿੰਨਾ ਖੁਸ਼ ਹੋ ਰਿਹਾ, ਮਜਮਾ ਲਾਉਣ ਦਿੰਦੇ ਨੇ, ਉਹ ਜਿਹੜੇ ਮਨੂੰ ਸਾਨੂੰ ਤੂੰ ਭੇਜਿਆ ਸੀ ਨਾ, ਉਹਨਾਂ ਨੂੰ ਤਾਂ ਮੈਂ ਦਿਹਾੜੀ ਤੇ ਲਾ ਛੋੜਿਆ, ਹੁਣ ਉਹ ਆਪ ਹੀ ਮੇਰਾ ਮਜਮਾ ਲਾ ਕੇ ਦਿੰਦੇ ਨੇ, ਕਿਸ ਸਾਇ। ਅੱਛਾ ਜੀ ਬਹੁਤ ਅੱਛਾ, ਪਹਿਲੇ ਵੀ ਅੱਛਾ ਸੀ, ਹੁਣ ਵੀ ਅੱਛਾ, ਤੁਹਾਡਾ ਤੇ ਸਭ ਅੱਛਾ ਜਿਹੜਾ।
अच्छा गल सुनो, मैनू जरा आज गाना सुना जेड़ा तू कार अपने वेड़े च बैठ के गाउन डई हुन्नी। ऐ मानूस साडा ते वेड़ा काई नहीं। ओ फिर ओरे खुरा वड्डा बणवाया जे मैनू की पता। मैनू पहले ही शक सी मैं ओरे पानी तरहूं क्या खुरा ही पता नहीं लगन डे। मैं कुड़ियां जरा औखी। अल्लाह वारसे गल वधेगी ते सौखी भी हो जाएगी, फिक्र ना कर। रकमा खर्चेंगे ते आपे सौखी होके लगी फिरेंगी। ए मैं क्या मन्निया, ए जवानी किधरा दी वाला पिया खा के आंदी है। बोल सुनन दे पैसे लगदे ने। ओ गल कर किन्ने पैसे गरीब औरते, तू की समझ नहीं तू को मलमूली आदमी ने सामने खलोती है। बड़ा अमीर से देखो पूरा ड्रेस देखो और जुत्ती देखो टट्टी होई पाई है। या भवाश वालू आना से रखी करोड़ रुपया कोले पैर घुट के मार छड़ी है। एक करोड़ रुपया ना ए मुंह ते तजाब छोड़ा सठाला। इन या गल्ला ना करिया कर, मैनू गाना सुना दे पैसे दस किन्ने लेने। ए एक बोल दा 200 रुपया। 200 रुपया एक गाने दा? देखे ना अमीरी गरीबी इत्थों झलक दी है। तू ही 100 ले लो विचो तबला बाजा काट लो अपना। ए मैं क्या गरीब बंदे ये तमाश भी निकालो करना जे पे। ओया होते हुन ओ चदेने रकम हुन थोड़ी है ते तमाश भी नहीं छड़ दईए। गाना सुना 100 ले मेरे को। शदेन किस तो बोला है? ओ राम कर तू और तीनू मैं की आखां करा। गाना सुना मैडम आख्या कर। हौसला मेरे च बड़ा गाना सुनन वास्ते मैं ते जंग लगी होवे गाना सुनन टुट जाना। हाय अब्बा नहीं लगदा दिल मेरा। दिल कितों लगे जी, एक पार्टी दी अखां ही बंद ने। आज तू मैनू 200 दा सुनाया, 800 मेरा तेरे वाल चलदा रिहा, हुण मैनू कल आके फिर सुनाउणा। कल आएगी ना वेखी जाएगी। चल मैं सुनी ए ओही गाना जी जाके तू चौरी दे डेरे ते सामे चौरी तेनू 10,000 रुपया देवे। मैं कुड़ी आ जरा औखी अल्लाह सुर कुट्टे मुंह। वो चल गरीब औरत, चल गरीब लोग ना मुराद, टके टके का सौदा लेने वाले लोग, दूर हो जाओ मेरी नजरों से। टके टके का सामान रखने वाले टके टके में चल गए ना। चलो गरीबो चल सको। ओ होई तो दिया बाबा नहीं फिरदा, ओ होई कुड़ियां बनी फिरदी। ओहो ए मनुष्य नु दौलत कितनी सिर से सारी पाई तो भाई अल्लाह कब्र च लेके मरना सो। ए निसार बाऊ मैं के सुबह दी तुसी किधर गए होवे सो, लोका को पूछ के झल्ली हो गई हां। तैनु चलिया हो जाना चाहिदा। क्यों पावर खानी जी ना होए, तैनु पता है मन्ना जेड़ा कटड़ी खाली ग्रांच चौधरी दी मदद करन दी है। मैं कुड़ियां जरा औखी, मैं को चंगी तरह पता है। तेरे बावजूद उनो तो मीठे मीठे गाने सुनान दी सो, कोल कोलो छलिया पछो दिया आप ही कटिया से सारी कटरी मिलके चौधरी के खिलाफ मुकदमा करांगे ते जेदे वासे घट तो घट 50,000 चाहिदा है। पछो दिया वे किथों आएगा, वे ऐसे सारे दिहाड़ीदार रहंदे ने जो सुबह नु कमांदे हन ओ रात नु खा छड़दे हन। ओए वो ते ठीक है, 1700 तो लेके 2000 बंदा इथे रहंदा है। 100-100 रुपया एक जना पावे ना किन्ने बड़े पैसे बन जाते ने पता ही तेनू। ए निसार बाऊ तू चार जमाता पड़े आए 20,000 और किन्ना। वे शो दिया अध्यान ते विचो चौधरी ने खरीद लेना है के अधे बेचारे इस काबिल ही नहीं क्यों वकील भी हर पेशी ते 100-100 रुपया दे सकण। ओ पर हाली ते भी नहीं पता लगा के मुकदमा जेड़ा है अदालत च असी लड़ना है के हथी लड़ना है, एदा फैसला हाली कल होना है। ए निसार मैं को गल सुन इधर। हां नोट मैं चंदे दे तौर ते रखांगी। मैनू वेख के सारे शर्मो बशर्मी कुछ ना कुछ ते देणगे ना। नहीं ते बिल्कुल ठीक है, लेकिन ए बंदा मेनू चंगा नहीं लगता तेनू ए कह रिया मैं। हक हां वेड़िया विशोदिया मैं को केड़ा चंगा लगदा ई? तेनू केड़ा चंगा लगदा ई? केड़ा चंगा लगदा वा गया के इस तरह ना टुरिया कर बंदे ने घर भी जाना हुंदा।
ਤੂੰ ਇੱਥੇ ਲੈਣ ਕੀ ਆਇਆ ਬਈ ਇਸ ਵੇਲੇ? ਮੈਂ ਹੁਣ ਜ਼ਰੂਰ ਇੱਥੇ ਕੁਛ ਕੀ ਗੱਲ ਕੀ ਆ ਤੂੰ ਮੁੰਡਿਆ, ਤੈਨੂੰ ਪਤਾ ਨੀ ਇਸ ਗੱਲ ਦਾ ਵੀ ਤੇਰੇ ਪਿਓ ਨੇ ਕਰਜ਼ਾ ਲਿਆ ਮੰਨੇ ਕੋਲੋਂ, ਉਹਨੇ ਲਿਆ ਸੀ 2000 ਰੁਪਇਆ, ਹੁਣ ਹੋ ਗਿਆ ਸੂਦ ਪਾ ਕੇ 10000 ਰੁਪਇਆ, ਤੇ ਮੈਂ ਤੇਰੇ ਪਿਓ ਨੂੰ ਲੈਣ ਵਾਸਤੇ ਆਇਆ, ਉਹਨੂੰ ਆਪ ਕੱਢ ਦਿਓ ਜਾਂ ਉਸ ਤਰ੍ਹਾਂ ਕੱਢੀਏ ਜਿਵੇਂ ਅਸੀਂ ਖਿੱਚ ਕੇ ਕੱਢਦੇ ਹੁੰਦੇ ਆ। ਫੇ ਤੇਰੀ ਮਿਹਰਬਾਨੀ ਯਾਰ, ਤੂੰ ਥਾਣੇ ਜਾ, ਆਪਣੇ ਅਫਸਰ ਨੂੰ ਕਹੀਂ ਮੇਰਾ ਆਪਾ ਸਵੇਰੇ ਆ ਜਾਏਗਾ। ਬਕਵਾਸ ਨਾ ਕਰ ਤੂੰ, ਇਹ ਤੇਰਾ ਕੀ ਮਤਲਬ ਹੈ? ਤੇਰੇ ਕਹਿਣ ਤੇ ਹੁਣ ਮੈਂ ਮਤਲਬ ਆਪਣਾ ਇਰਾਦਾ ਚੇਂਜ ਕਰਨ ਲੱਗ ਪਵਾਂ, ਮੈਂ ਗ੍ਰਿਫਤਾਰੀਆਂ ਨਾ ਪਾਵਾਂ, ਮੈਂ ਤੇਰੇ ਪਿਓ ਨੂੰ ਘਸੀਟ ਕੇ ਵੀ ਜਾਣਾ। ਮੈਨੂੰ ਕਵੇ ਤੇ ਬਿਲਕੁਲ ਹੀ ਵਾਪਸ ਚਲਾ ਜਾਵਾਂ, ਤੂੰ ਮਰ ਜਾਏ ਨਾ ਮੇਰੇ ਤੇ ਸੁਖ ਦਾ ਸਹਾਈ ਆ ਜਾਏ। ਅਸੀਂ ਹੁਣ ਤੋਂ ਨੀ ਮਰਨ ਲੱਗੇ, ਅਸੀਂ ਤਾਂ ਸ਼ੁਰੂ ਤੋਂ ਮਰਦੇ ਆਉਣ ਡਏ ਆ, ਜਵਾਨ ਤੋਂ ਮਰਨੇ ਲਗੇ ਹਸੀਨੋ ਪੇ, ਜਵਾਨ ਤੋਂ ਮਰਨੇ ਲਗੇ ਹਸੀਨੋ ਪੇ, ਹਮੇ ਤੋ ਮੌਤ ਹੀ ਆਈ ਸ਼ਬਾਬ ਕੇ ਬਦਲੇ। ਅੱਛਾ ਅੱਛਾ, ਉਹ ਸ਼ਬਾਬ ਸਟੂਡੀਓ ਚ? ਉਹ ਤੂੰ ਜੋ ਮਰਜ਼ੀ ਕਰ ਲੈ, ਗੱਲ ਸੁਣ ਸੁਣੀਏ, ਅੱਲਾ ਦੀ ਕਸਮਿਆ ਮੈਂ ਤੇਰੇ ਤੇ ਕੋਈ ਕੇਸ ਪਵਾ ਦੇਣਾ, ਮੈਂ ਤੈਨੂੰ ਦੱਸ ਦਿਆਂ। ਜਕਾਤ ਨੀ ਕਰਦੇ ਹੁੰਦੇ? ਖੁਦਾ ਦਾ ਨਾਂ ਆ ਸਾਡਾ, ਗਰੀਬਾਂ ਦਾ ਭਲਾ ਹੋ ਜਾ, ਕੋਈ 4 ਪੈਸੇ ਇਕੱਠੇ ਹੋ ਜਾਣ ਬੱਚਾ, ਇਹ ਤੇਰੀ ਇੱਜ਼ਤ ਮੈਂ ਜਿਹੜੀ ਕਰਨ ਡਿਆ ਨਾ, ਸਿਰਫ ਇਹਦੀ ਵਜ੍ਹਾ ਨਾਲ ਕਰਨ ਡਿਆ, ਨਹੀਂ ਤਾਂ ਟਕੇ ਇੱਕ ਦਾ ਬੰਦਾ ਨਹੀਂ ਤੂੰ ਮੇਰੇ ਸਾਹਮਣੇ। ਮੈਂ ਸਿਰਫ ਤੇਰੀ ਵਜ੍ਹਾ ਇਹਦੀ ਵਜ੍ਹਾ ਨਾਲ ਇੱਜ਼ਤ ਕਰਨਾ, ਪਤਾ ਕੀ? ਪਾਣੀ ਪੀਂਦੇ ਨੂੰ ਛੀ ਕਰੀਏ, ਪਾਣੀ ਪੀਂਦੇ ਨੂੰ ਛੀ ਕਰੀਏ, ਜਿਸ ਘਰ ਯਾਰੀ ਲਾਈਏ, ਬੰਦੇ ਬੰਦੇ ਅੱਗੇ ਜੀ ਕਰੀਏ। ਇੱਕ ਹੋਰ ਗੱਲ ਸੁਣ ਲਾ ਮੈਂ ਤੇਰੀ, ਦਿੰਦਾ ਅੱਜ ਭੁਲੇਖਾ ਕੱਢ ਲੈ ਤੂੰ ਆਪਣਾ, ਠੀਕ ਹੈ? ਦੂਜੀ ਵੀ ਸੁਣਾ। ਕੁੜਤੇ ਨੂੰ ਲਾਟਾ ਕੀ, ਕੁੜਤੇ ਨੂੰ ਲਾਟਾ ਕੀ, ਜਿੰਨਾ ਮਰਜ਼ੀ ਢਿੱਲ ਲਾ ਲੈ, ਲੈ ਜਾਣੀ ਮੈਂ ਕਾਕੀ। ਅਰੇ ਪਿੱਛੇ ਬੈਠ ਗਈ ਮੇਰੇ। ਮੈਨੂੰ ਕਿੱਥੇ ਲਿਆਂਦਾ ਹੀ ਹੈ? ਕਿੱਥੇ ਲਿਆਂਦਾ ਹੀ? ਤੂੰ ਮੈਨੂੰ ਲਿਆਂਦਾ ਕਿੱਥੇ ਪਹਿਲੇ ਮੈਨੂੰ ਦੱਸੇ ਨਾ। ਨਜ਼ਰ ਨਹੀਂ ਆਉਣ ਦੀ ਆਨੀ ਹੈ ਤੂੰ? ਹਾਏ ਮੇਰੇ ਰੱਬਾ, ਮੇਰੀ ਤੇ ਕਿਸਮਤ ਸੜ ਗਈ ਹੈ, ਮੈਨੂੰ ਕਿੱਥੇ ਲੈ ਆਇਆ? ਉਹ ਤੇਰੀ ਕਿਸਮਤ ਸੜ ਗਈ ਤੇ ਰੌਲਾ ਪਾਉਣ ਦੀ, ਉਹਦਾ ਮੂੰਹ ਸੜਿਆ ਉਹਨੇ ਤੈਨੂੰ ਕਿਹਾ। ਨਾ ਮੇਰੀ ਗੱਲ ਸੁਣ ਨਾ, ਤੂੰ ਤੇ ਬੜਾ ਮੈਨੂੰ ਕਹਿੰਦਾ ਸੀ ਪਰ ਮੈਂ ਪੀਨੋ ਰਾਮਾ ਲੈ ਜਾਵਾਂਗਾ। ਅੰਗਰੇਜ਼ਾਂ ਨੂੰ ਤੜਕਾ ਵੀ ਲੱਗ ਜਾਂਦਾ, ਉਹ ਖਬਰਦਾਰ ਆਪਣਾ 19 ਮੇਰੇ 19 ਕੋਲ ਕੀਤਾ। ਬੇਗਮ ਮੇਰੀ ਬੇਗਮ, ਅੱਛਾ ਅੱਛਾ ਜੀ, ਹੁੰਦੀ ਰਹੇ ਜੀ, ਮੇਰੀ ਤੇ ਕਿਸਮਤ ਹੀ ਇਹੋ ਜਿਹੀ। ਰੋਟੀ ਲਿਆ ਕਹਿੰਦਾ ਪਹਿਲਾਂ ਕਲਮਾ ਸੁਣਾ,
ਕਿਹੜੇ ਪਾਸੇ ਜਾਵਾਂ ਮੈਂ ਕੀ ਕਰਾਂ ਏਅਰਪੋਰਟ ਤੇ ਗਿਆ ਮੈਂ ਕਹਿੰਦੀ ਇੱਕ ਜਹਾਜ਼ ਦੀ ਟਿਕਟ ਦਿਓ ਕਹਿੰਦੇ ਸੀਟਾਂ ਮੁੱਕ ਗਈਆਂ ਛਾਤੇ ਬਹਿ ਜਾਓ ਤੇ ਤੈਨੂੰ ਕਿਹਨੇ ਕਿਹਾ ਸੀ ਏਅਰਪੋਰਟ ਜਾ ਲਾਂਤ ਕੀਆ ਮੂੰਹ ਦੇ ਮੁਤਾਬਕ ਖੋਤੇ ਤੇ ਪੀ ਆਈ ਲਹਾ ਬਹਿ ਕੇ ਭਜਾ ਫਿਰ ਮੈਂ ਖੋਤੇ ਤੇ ਪੀ ਆਈ ਲਹਾਉਣ ਲੱਗਾ ਸਾਂ ਅੱਛਾ ਫਿਰ ਸੋਚਿਆ ਤੁਹਾਡੇ ਕੱਪੜੇ ਖਰਾਬ ਹੋਣਗੇ ਇਹ ਕੀ ਲਿਖਣ ਡਏ ਬਿਸ਼ਤੀ ਲਿਖਣ ਡਈ ਇਹ ਬਿਸ਼ਤੀ ਲਿਖਣ ਡਏ ਅੱਲਾ ਬਰਕਤ ਪਾਵੇ ਇੱਕ ਹੋਰ ਲਿਖਣੀ ਪੈ ਗਈ ਜੀ ਮੇਰੀ ਗੱਲ ਸੁਣੋ ਹਾਂਜੀ ਇਹ ਮੈਂ ਤੇ ਮੇਰੀ ਬੇਗਮ ਤੁਹਾਡੀ ਦੁਕਾਨ ਤੇ ਆਏ ਸ਼ਾਪਿੰਗ ਕਰਨ ਇਹ ਕੌਣ ਹੈ ਬੇਗਮ ਅੱਛਾ 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 ਕਦੀ ਕਦੀ ਕਿਹਾ ਕਰ ਬੱਚੀ ਦਾ ਦਿਲ ਨਾ ਖੱਟਾ ਕਰਿਆ ਕਰ ਪਰਾ ਵੇਖ ਲਓ ਪਰਾ ਵੇਖ ਲਓ ਕਿਉਂ ਮੇਰੇ ਨਾਲ ਖਲੋ ਕੇ ਮੇਰੀ ਪਰਸਨੈਲਿਟੀ ਡਾਊਨ ਕਰਨ ਡਿਆ ਤੇਰੀ ਖੈਰ ਹੋਵੀ ਚੀਜ਼ਾਂ ਖਾਓ ਕੀ ਹੈ ਲਾਂਤੀ ਜਿਹਾ ਹੱਸਦਾ ਤੇ ਪਤਾ ਲੱਗਦਾ ਕਿਸੇ ਪਾਸ ਵੀ ਚਿੱਟਾ ਨਹੀਂ ਇੱਧਰ ਆਓ ਮੈਨੂੰ ਕੁਛ ਦਿੰਦੇ ਆ ਮੌਤ ਜਾਂਦੀਆ ਹੱਥ ਨੀ ਮਾਰੀ ਦਾ ਹੁੰਦਾ ਸੌਦੇ ਐਵੇਂ ਬੇਵਕੂਫ ਸੀ ਆ ਜਾਂਦੀਆ ਜਿਹਾ ਚੰਗਾ ਭਲਾ ਫੜ ਕੇ ਲਿਆ ਖਬਰਦਾਰ ਮਤਲਬ ਆਪਣਾ ਫਟਾਣਾ ਕਿਛੜਾ ਹੈ ਕਿੱਡਾ ਲਾਂਦੀ ਹੈ ਜਨਰਲ ਸਟੋਰ ਤੇ ਖਲੋ ਕੇ ਨਹਿਰ ਚ ਨਹਾਉਣ ਵਾਲੀ ਤਬੀਅਤ ਹੋਈ ਉਹ ਮੈਨੂੰ ਦੱਸ ਤੇਰੀ ਦੁਕਾਨ ਤੇ ਕੀ ਉਹ ਸਾਰਾ ਕੁਛ ਸਾਰਾ ਕੁਛ ਕੀ ਮਤਲਬ ਸੇਪਾਲੀ ਧੋਤੀ ਨਹੀਂ ਇਹਦੇ ਕੋਲੋਂ ਤਲਾਕ ਲਵੋ ਜੀ ਲਾਂਤੀ ਏਡਾ ਡਰੇ ਆ ਧੋਤੀ ਨੂੰ ਵੀ ਸਿਪ ਨੂੰ ਆਈ ਫਿਰਦਾ ਮੇਰੀ ਤੇ ਹਰ ਪਾਸੇ ਬਿਸਤੀ ਹੁੰਦੀ ਤੇ ਰਜਿਸਟਰ ਰੱਖੋ ਇੱਕ ਕੰਮ ਚੱਲ ਚੁੱਕਿਆ ਤੇ ਉਹਦਾ ਹਿਸਾਬ ਕਿਤਾਬ ਤੇ ਰੱਖੋ ਫਿਰ ਜੋ ਬਾਅਦ ਚ ਕੈਨੇਡਾ ਜਾ ਕੇ ਐਂਜਲ ਕਰਦੇ ਮੈਂ ਕਹਿੰਦੇ ਚੀਜ਼ਾਂ ਹਾਂ ਓਏ ਮੇਰੀ ਬੁੱਢੀ ਨੂੰ ਚੰਗੀਆਂ ਚੰਗੀਆਂ ਚੀਜ਼ਾਂ ਦੇ ਚੰਗੀਆਂ ਚੰਗੀਆਂ ਤੇ ਮੈਨੂੰ ਇੱਕ ਜਿਪਸੀ ਕਰੀਮ ਦੇ ਕੀ ਜਨਾਬ ਜਿਪਸੀ ਕਰੀਮ ਆਇਓਡੈਕਸ ਮੰਗਿਆ ਕਰ ਉਹ ਹਯਾ ਕਰ ਜਿਪਸੀ ਕਰੀਮ ਵਾਲਿਆਂ ਨੂੰ ਪਤਾ ਲੱਗ ਗਿਆ ਕਿੱਥੇ ਮੱਲੀ ਜਾਣ ਦੇ ਅਗਲੇ ਡੁੱਬ ਕੇ ਮਾਰ ਜਾਣਗੇ ਵਾਹ ਮੇਰੇ ਰੱਬਾ ਮੇਰੀ ਤੇ ਕਿਸਮਤ ਇਹ ਹੋ ਗਈ ਹੈ ਘਰੋਂ ਵੀ ਬਿਸਤੀ ਹੁੰਦੀ ਸਾਰਿਆਂ ਵੱਲੋਂ ਵੀ ਬਿਸਤੀ ਹੁੰਦੀ ਤੇ ਕੀ ਲੱਭਣ ਡਿਆ ਇੱਕ ਮਿੰਟ ਖਲੋ ਜਾ ਮੈਂ ਜੁਆਈਆਂ ਵਾਲਾ ਸਫਾ ਲੱਭਣ ਡਈ ਚਲੋ ਬੇਗਮ ਚਲੀਏ ਇਹਦੇ ਕੋਲ ਕੁਛ ਨਹੀਂ ਚਲੋ ਆ ਚਲੀਏ ਅੱਜ ਕੱਲ ਹੀ ਮੱਖੀਆਂ ਬੰਨੀਆਂ ਪਈਆਂ ਭਾਈ ਇੱਥੇ ਮੱਖੀਆਂ ਬੈਣ ਦੀਆਂ ਜਿਹੜਾ ਵੱਡਾ ਮੱਖਾ ਪਿੱਛੇ ਲੱਗਾ ਉਹ ਕੋਈ ਨਹੀਂ ਇੱਕ ਬਿਸਤਰੀ ਦੀ ਸਮਝ ਲੱਗਣ ਡਈ ਉਤੋਂ ਮੇਰੀ ਦੌਲਤ ਦੀ ਸਮਝ ਲੱਗਣ ਦੀ ਕਿੱਧਰ ਜਾਣ ਡਈ ਇੱਧਰ ਆਉਣਾ ਕੀ ਹੋਇਆ ਦੌਲਤ ਦੌਲਤ ਤਾਂ ਪਤਾ ਨਹੀਂ ਲੱਗਣ ਡਿਆ ਕੀ ਬਣੀਆ 6 ਲੱਖ ਰੁਪਏ ਮੈਂ ਬੈਂਕ 'ਚ ਰੱਖਿਆ ਅੱਛਾ ਬੈਂਕ ਭੁੱਲ ਗਿਆ ਪਤਾ ਨਹੀਂ ਕਿਹੜਾ ਬੈਂਕ ਸੀ ਉਹ ਬੈਂਕ ਮੈਨੂੰ ਯਾਦ ਕਿਹੜਾ UGL ਇਹ UBL ਤਾਂ ਸੁਣਿਆ UGL ਕੀ ਯੂਨਾਈਟਿਡ ਗਟਰ ਲਿਮਿਟਿਡ ਮੇਰਾ ਬੈਂਕ ਗਟਰ ਜਾ ਫਿਰ ਆਈ ਤਾਂ ਸਾਰੀ ਦੌਲਤ ਤੇਰੀ ਕਿਹੜੀ ਦੌਲਤ ਮੇਰੇ ਨਾਮੇ ਲਵਾਤੀ ਬੀਜਤੀ ਹੈ ਨਾ ਜੀ ਕੀ ਹੈ ਤੇਰੀ ਦੁਕਾਨ ਤੇ ਵੈਸੇ ਇਹ ਚੀਜ਼ ਤੇਰੇ ਕੋਲ ਚੰਗੀ ਕਿਹੜੀ ਵਾਹ 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 ਸ਼ਾਮ ਬਨਸਪਤੀ ਬਹੁਤ ਸੁੰਦਰ ਹੋ ਲੈ ਜਾ ਇਹ ਮਿਲਦੇ ਦੇਖ ਇੰਦਾ ਕਿਉਂ ਨਹੀਂ ਤੇ ਮਿਲ ਆਪਣਾ ਪੂਰੇ ਸ਼ਹਿਰ ਚ ਅੱਛਾ ਬਾਕੀ ਇਹ ਬਹੁਤ ਅੱਛੀ ਚੀਜ਼ ਦੇ ਸ਼ਾਮ ਬਨਸਪਤੀ ਮਿੱਟੀਆ ਤੇਲ ਹੈ ਠੀਕ ਹੈ ਸਿਰ ਚ ਪਾ ਕੇ ਅੱਗ ਲਾ ਚਲਾ ਨਹੀਂ ਮੈਂ ਤਾਂ ਤੈਨੂੰ ਪਹਿਲੇ ਕਿਹਾ ਸੀ ਕਿ ਮੈਂ ਹਾਂ ਮਰ ਗਈ ਇੱਕ ਤਾਂ ਤੂੰ ਮਰਨਾ ਬੜਾ ਸ਼ੁਰੂ ਕਰਦਾ ਹੈ ਨੀ ਪਰ ਫਾਨੀ ਰਿਚ ਕਿੱਥੇ ਉਹ ਵੇ ਅਖਬਾਰ ਪੜਨ ਦੇ ਅਸੀਂ ਮਾਫ ਕਰਨਾ ਰਿਚ ਅਖਬਾਰ ਨਹੀਂ ਪੜਦੇ ਹੁੰਦੇ ਸ਼ਹਿਦ ਖਾਂਦੇ ਹੁੰਦੇ ਆ ਜਿਹੜੇ ਹੁੰਦੇ ਨੇ ਨਾ ਉਹ ਕੋਈ ਬੋਲ ਪੈਂਦੇ ਹੁੰਦੇ ਖਬਰਦਾਰ ਇਹ ਤੁਸੀਂ ਮਸ਼ਕਰੀਆਂ ਕਰਨ ਤੋਂ ਬਾਹਰ ਜਾਣਾ ਕਿ ਨਹੀਂ ਬੁਲਾਵਾਂ ਫਿਰ ਪੁਲਿਸ ਨੂੰ ਪੁਲਿਸ ਮੇਰੇ ਨਾਲ ਕਾਨੂੰਨ ਮੇਰੇ ਨਾਲ ਬਦਮਾਸ਼ ਮੇਰੇ ਨਾਲ ਕਚਹਿਰੀ ਦੀ ਕੰਧ ਮੇਰੀ ਕੰਧ ਦੇ ਨਾਲ
ਬਿਜਲੀ ਵਾਲਾ ਰਜਿਸਟਰ ਮੇਰੇ ਕੋਲ। ਲੱਗਦਾ ਹੈ ਪੁਲਿਸ ਵਾਲਿਆਂ ਨਾਲ ਕੋਈ ਪੱਕੀ ਰਿਸ਼ਤੇਦਾਰੀ ਕੱਢ ਲਈ ਸੀ। ਨਹੀਂ ਆਹੋ ਪਰਵੀਨ ਦਾ ਵਿਆਹ ਨਹੀਂ ਸੀ ਕਰਨਾ। ਖਬਰਦਾਰ ਮੇਰੀ ਬੱਚੀ ਦਾ ਨਾਂ ਇਸ ਚੌਂਕ 'ਚ ਖਲੋ ਕੇ ਲਿਆ, ਮੈਂ ਛੋਟੇ ਲਾਸ਼ ਡੰਗ ਬਣ ਗਈ। ਹਾਏ ਮੈਂ ਮਰ ਗਈ ਵੇ ਭਰਾਵਾ। ਕੀ ਮੌਜਾਂ ਲੱਗੀਆਂ ਇਹਨਾਂ ਗਰੀਬ ਔਰਤਾਂ ਦੀਆਂ, ਜਿਹੜੀ ਮੂੰਹ ਚੁੱਕਦੀ ਹੈ ਸੇਠ ਨੂੰ ਭਰਾ ਹੀ ਕਹਿ ਦਿੰਦੀ ਹੈ। ਵਾਈ ਵਾ ਭਰਾ ਨਾ ਕਹਿ, ਇਹਨੂੰ ਮਾਮਾ ਕਹਿ। ਮਾਮਾ ਨਾ ਕੀ ਕਿਹਾ ਮੈਂ, ਭਰਾ ਹੀ ਕਿਹਾ ਨਾ ਤੈਨੂੰ। ਤੇ ਜਾਓ ਫਿਰ ਘਰ, ਬਸ ਗੱਲ ਤੇ ਮੁੱਕ ਗਈ ਨਾ। ਨਹੀਂ ਵੇਖ ਤੇ ਸਹੀ ਕਰਦਾ ਕੀ ਇਹ ਚਿੱਟਾ ਬਾਂਦਰ। ਖਬਰਦਾਰ ਮੇਰੇ ਮੂੰਹ ਨਾਲ ਕੋ ਮੈਂ ਤੁਹਾਨੂੰ ਦੱਸ ਲੈ ਤਾਂ ਮੈਂ ਉੱਥੇ ਕਿੱਥੇ ਜਾ ਵੜਨਾ, ਇੱਥੇ ਆ ਕੇ ਖਲੋ, ਇੱਥੇ ਆ ਕੇ ਖਲੋ। ਉੱਥੇ ਕੀ ਆਹੋ ਬੀਤੀ ਕਰਨੀ? ਆਹੋ ਖੂਬਸੂਰਤ ਅੱਲਾ ਨੇ ਕਿਧਰੇ ਵਿਹਲੇ ਟਾਈਮ ਬਹਿ ਕੇ ਬਣਾਇਆ ਹੈ। ਇਹਦੇ ਬਾਅਦ ਚੋ ਕਿਸੇ ਸ਼ਰਾਰਤੀ ਜੇ ਫਰਿਸ਼ਤੇ ਨੇ ਉੱਤੇ ਹੱਥ ਮਾਰ ਛੱਡੇ। ਮੈਨੂੰ ਤੁਹਾਡਾ ਕੋਈ ਗੁੱਸਾ ਨਹੀਂ, ਤੁਸੀਂ ਬਿਸ਼ੱਕ ਮੈਨੂੰ ਜੁੱਤੀਆਂ ਮਾਰੋ। ਆਹ ਜਿਹੜੀ ਔਰਤ ਇਹਨਾਂ ਨਾਚ ਦਾ ਜੰਨਤ ਤੇ ਹਰਕਤਾਂ ਦੋ ਜਖ 'ਚ ਜਾਣ ਵਾਲੀਆਂ, ਇਹ ਮੈਨੂੰ ਜ਼ਹਿਰ ਲੱਗਦੀ ਨਾ ਮਰਾ। ਨਾ ਮੈਂ ਤਨ ਕਿਹੜੀ ਚੁੰਡੀ ਵੜ ਛੱਡੀ ਹੈ ਜਿਹੜਾ ਐਡਾ ਤੜਫੰਡਿਆ। ਇਹ ਹੀ ਤੇ ਮੈਨੂੰ ਗੁੱਸਾ, ਰੋਜ਼ ਇਥੋਂ ਲੰਘਦੀ ਹੈ, ਚੁੰਡੀ ਵੀ ਨਹੀਂ ਵੜਦੀ ਸਾਨੂੰ ਯਾਰ। ਓ ਹਾਏ ਵੇਖ ਤੇ ਸਹੀ ਬਾਂਦਰ ਚੜ ਬੈਠਾ ਹੀ ਪਹਾੜ ਤੇ। ਆਹ ਆ ਜਨਾ ਬੀਬੀ ਜੀ, ਤੇ ਤੁਸੀਂ ਮੈਨੂੰ ਬਾਂਦਰ ਕਿਹਾ ਨਾ? ਆਹ ਕਿਹਾ ਮੈਂ ਤੇ ਨਹੀਂ ਲਿਖਿਆ। ਤੇ ਲਿਖ ਲੈ, ਮੇਰਾ ਨੁਕਸਾਨ ਹੀ ਕੋਈ ਨਹੀਂ, ਇਹਦੇ ਹੀ ਤੁਹਾਡਾ ਹੀ ਨੁਕਸਾਨ। ਕਾਹਦਾ? ਤੁਸੀਂ ਮੈਨੂੰ ਇੱਕ ਫੋਪੇ ਕੁੱਟਣ ਔਰਤ ਦੇ ਸਾਹਮਣੇ ਬਾਂਦਰ ਕਿਹਾ, ਉਹਨੇ ਜਾ ਕੇ ਪੂਰੀ ਕਟੜੀ 'ਚ ਰੌਲਾ ਪਾ ਦੇਣਾ, ਚਾਚਾ ਬਾਂਦਰੇ ਚਾਚਾ ਬਾਂਦਰੇ। ਫਿਰ ਮੈਂ ਜਿੱਦਣ ਐਨਕ ਲਾ ਕੇ ਤੁਹਾਡੇ ਘਰ ਗਿਆ, ਲੋਕ ਕਹਿਣੇ ਬਾਂਦਰ ਸਹੁਰੇ ਜਾਣ ਦੇ। ਸਾਨੂੰ ਤੂੰ ਬਾਜ਼ ਆ ਰਿਹਾ ਕਿ ਨਹੀਂ ਮੰਨਿਆ? ਮੈਂ ਤੁਹਾਨੂੰ ਮੈਨੂੰ ਤੁਹਾਡਾ ਗੁੱਸਾ ਹੀ ਨਹੀਂ ਆ ਯਾਰ ਲੱਗਦੀ ਮੈਂ। ਵੇ ਵੇ ਕੁੱਜੇ ਦੇ ਮੂੰਹ ਵਾਲਿਆ, ਮੇਰੇ ਮੂੰਹ ਨਾ ਲੱਗੀ। ਖਬਰਦਾਰ ਮੈਂ ਤੈਨੂੰ ਦੱਸਦੀ ਹਾਂ, ਬਹੁਤੀਆਂ ਗੱਲਾਂ ਨਾ ਕਰੀ। ਤੂੰ ਵੀ ਬਹੁਤੀਆਂ ਗੱਲਾਂ ਨਾ ਕਰਿਆ। ਨਾ ਮਰਾਦ, ਐਡਾ ਕੁ ਮੂੰਹ ਹੈ, ਪੂਰਾ ਪੂਰਾ ਫਿਕਰਾ ਕਹਿ ਲਈ ਬੇਵਕੂਫ ਜੀ। ਕੋ ਲਓ ਭਾਈ, ਮੂੰਹ 'ਚ ਫਸ ਗਿਆ ਤੇ ਕੌਣ ਕੱਢੇਗਾ ਨਹੀਂ? ਸ਼ੁਦੈਣੀ ਜੀ, ਐਡਾ ਕੁ ਤੇਰਾ ਮੂੰਹ ਹੈ, ਤੂੰ ਮੂੰਹ ਦੇ ਮੁਤਾਬਕ ਬਸ ਬਸ ਤੁਹਾਡੀ ਖੈਰ ਹੋਵੇ, ਉਹਨੇ ਮੂੰਹ ਨਾਲ ਹੀ ਹੱਸਣ ਦੇ। ਇਤਿਆਤ ਕਰਿਆ ਕਰੋ, ਕਮਜ਼ੋਰ ਜੇ ਹੈ ਉਹ ਨਾ ਹੱਸਿਆ ਕਰੋ, ਕਿਤੇ ਹਾਸੇ 'ਚ ਮੂੰਹ ਉੱਥੇ ਹੀ ਰਹਿ ਗਿਆ, ਕੌਣ ਸਿੱਧਾ ਕਰੇ? ਅਗਲੇ ਬਿਜਲੀਆਂ ਕਰਨ ਦੇ ਨੇ ਸਾਡੀਆਂ। ਮੈਨੂੰ ਗੁੱਸਾ, ਔਰੇ ਕਿੱਥੇ ਵੱਡੇ ਹੁੰਦੇ ਰਹੇ ਸਾਨੂੰ ਪਤਾ ਹੀ ਨਹੀਂ ਲੱਗਾ। ਮੈਨੂੰ ਤੁਹਾਡਾ ਨਹੀਂ ਗੁੱਸਾ, ਤੁਸੀਂ ਮੈਨੂੰ ਚਿੱਤਰ ਆ ਯਾਰ ਲੱਗਦੀ ਮੈਂ। ਵੇ ਛੱਡ ਦੇ, ਛੋੜਾ ਦੇ ਮੂੰਹ ਵਾਲੇ, ਮੇਰੇ ਮੂੰਹ ਨਾ ਲੱਗੀ। ਮੈਂ ਤੈਨੂੰ ਸਵਾਲ ਪਾਵਾਂ ਤੇ ਬੁਰਾ ਤੇ ਨਹੀਂ ਮਨਾਏ? ਐਸੇ ਲੈ ਮੈਨੂੰ ਬੜੇ ਸਖਤ ਗਰੀਬ ਲੱਗੇ ਹੋ। ਕਿਉਂ? ਇੱਕ ਸੇਠ ਦੇ ਦਰ ਤੇ ਆਏ ਹੋ ਤੇ ਇੱਕੋ ਸਵਾਲ ਪਾਣ ਦੇ। 100 ਸਵਾਲ ਪਾਓ, ਮੈਂ ਫਰ ਫਰ ਜਵਾਬ ਦੇਣਾ। ਮੈਂ ਤੇ ਜਵਾਬ ਦੇਣ ਚ ਏਡਾ ਤੇਜ ਆ, ਇੱਕ ਕਰੀ ਮੈਂ ਨਿਲਾਮ ਕਰ ਗਿਆ, ਮੈਂ ਤਾਰਕ ਜੀ ਜਿੱਤ ਕੇ ਲੈ ਆਇਆ। ਹਾਏ ਤੇ ਫੇਰ ਕੀ ਕੀਤਾ? ਵਾਪਸ ਘਰ ਆਇਆ ਹਾਂ। ਨਾਮ ਰਾਤ ਰੋਟੀ ਬੜੀ ਖਾਂਦਾ ਸੀ ਅੱਲਾ ਬਾ। ਮੈਂ ਸਮਝਿਆ ਉਰਦੂ ਸ਼ੁਰਦੂ ਬੋਲਦਾ, ਸਲਾਈਸ ਖਾ ਕੇ ਸੌ ਰਹੇ ਕਰੇਗਾ, ਅੱਲਾ ਮਾਫੀ ਦੇ, ਇੰਨੀ ਨਹੀਂ ਦਾਲ ਪੀ ਜਾਂਦਾ। ਵੇ ਮੇਰਾ ਸਵਾਲ ਮੰਨੇਗਾ ਕਿ ਨਹੀਂ? ਉਹ ਜਨਾਬ ਤੁਸੀਂ 100 ਸਵਾਲ ਪਾਓ। ਮੈਂ ਤੇ ਜਦੋਂ ਸਕੂਲੇ ਪੜ੍ਹਦਾ ਹਾਂ ਐਡਾ ਲੈਕ ਬੱਚਾ ਹੁੰਦਾ ਸਾਂ, ਵੈਸੇ ਤੂੰ ਹੁਣ ਵੀ ਬੱਚਾ, ਵੈਸੇ ਜਦੋਂ ਤੁਹਾਡੇ ਜਿੱਡਾ ਹੁੰਦਾ ਹਾਂ। ਹੁਣ ਤਾਂ ਬੱਚਾ ਖੁੱਚਾ ਰਹਿ ਗਿਆ।
तेरी खैर होगी ना, इंज करे अगर बेवकूफे को पठा खिंचया गया कौन सीधा करेगा। मैं जो स्कूले पढ़ता हाँ पांच जमात मैं पढ़िया ने, पंजे दिया पंजे जमात च मेरा हिसाब च 100/100 होंगे। खबरदार मेरे अल वेख्या, मैं चाहनी मैं हुक्म तो करो और मैं भी ओही चाहता होवा। छोटी थोड़ी रखी सी बच्चियां दे सिर च मारन वास्ते ना, असी कोई बच्चे आ गया थोड़ी भी वड्डी है, फिक्र ना करो, दूर हो जाओ मेरी नजरों तो। खबरदार मेरी बच्ची दा नाम उस कमी कमीना ले आते, मैं खबर लार दे मेरे पुत्र दा नाम लूंगा। मेरा बकिया गल्ला करी मैं दिंदा दे नाम रा दे, मैं बारो इटले आके तेरे तेरा छन नहीं मैं दिंदा छ। बाजराएं मना कर ला मेरे हक, चलो चलो जाओ मेरी नजरों तो। नहीं जांदे असी इथे खलोते ले, मैनु पता मेरी कोई इज्जत नहीं, मैनु जाना पैणा। अपना घोड़ा खोल छड़दे ने, कल दुकान मूंह मारन दिया सी, अपना घोड़ा बन के रखन, देखो ना असीं कदी तुहानूं खोलिया। शाबाश, बहुत अच्छे, बड़ा अच्छा बच्चा है ना, मनिया सही गल कही सी। की होया ई, वे नु कोई नाम ही दे छड़े, सानू की नोट हो गया, सानू की आपे तनहाई चो काट लांगे, सानू की लगे। आहा जन्नत बीबी आए रे, हां जन्नत बीबी भी आई, ऐडी को जन्नत है पता नहीं, पांच छह बंदे हैं जन्नत जाना है। ये लग रही तो मत बता, वैसे हाजरा बीबी ਤੁਹਾਡੇ ਅੱਬਾ ਜੀ ਦੇ ਨਾਲ ਲਵ ਸਾਹਿਬ ਸੀ ਨਾ, ਜਿਹੜਾ ਬਹੁਤ ਹੋ ਗਏ ਨੇ, ਆਹੋ ਬੜੇ ਸ਼ਰੀਫ ਇਨਸਾਨ ਸੀ ਇਹਨਾਂ ਦੇ ਅੱਬਾ ਜੀ ਸਾਹਿਬ। ਅੱਛਾ ਜੀ, ਬਹੁਤ ਸ਼ਰੀਫ ਇਨਸਾਨ ਸੀ, ਜਦੋਂ ਫੋਤ ਹੋਏ ਨੇ ਨਾ ਆਪਣੀ ਸਾਰੀ ਜਾਇਦਾਦ ਯਤੀਮਖਾਨੇ ਨੂੰ ਦੇ ਗਏ। ਵਾਹ 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 ਵਾਹ, ਕਿੰਨੀ ਕੁ ਜਾਇਦਾਦ ਸੀ ਜੀ? 4 ਪੁੱਤਰ ਤੇ 8 ਧੀਆਂ ਸੀ, ਸਭ ਯਤੀਮਖਾਨੇ ਨੂੰ ਦੇ ਗਏ। ਆ ਭੇੜਾ ਮਰਾ ਖਾਨਾ ਖਰਾਬਾ, ਕਲਾ ਛਾ ਆਦਮੀ ਸੀ, 4 ਪੁੱਤਰ ਤੇ 8 ਧੀਆਂ ਯਤੀਮਖਾਨੇ ਨੂੰ ਦੇ ਗਿਆ, ਤਾਂ 8 ਧੀਆਂ ਹਣ ਯਤੀਮਖਾਨੇ ਨੂੰ ਦੇ ਦੇਣੇ ਆ। चलो गरीबो इट ते बह के नहाने वाली कौम, चलो लिखो 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 लिखो
ਬਾਬਾ ਬਾਬਾ ਉਸ ਨੂੰ ਦੌੜ ਕੇ ਵੇਖੋ
ਜੇ ਉਹ ਖੱਟਣ ਨਹੀਂ ਗਿਆ ਘਰ ਚ ਖੁਸ਼ ਹੋਣ ਦੇ। ਸ਼ਾਬਾਸ਼ ਬਾਰੀ ਬਰਸੀ ਖੱਟਣ ਗਿਆ ਉਹ ਜਾ ਜਾ ਤੂੰ ਤੇ ਆਪ ਚੌਦੀ ਬਰਸੀ ਹੋਇਆ ਸਨ। ਹਾਂ ਕੋਈ ਫਰਕ ਨਹੀਂ ਪੈਣਾ ਜ਼ਬਾਨੀ ਯਾਦ ਰੱਖ ਬਾਰੀ ਬਰਸੀ ਖੱਟਣ ਗਿਆ ਨਿਸ਼ਾਨ ਵੇਖੋ ਸੂਰ ਵੀ ਖੱਟਣ ਜਾਣ ਡਏ ਨੇ। ਸੂਰ ਕਿਉਂ ਨਾ ਜਾਣੇ ਇੱਥੇ ਬਾਂਦਰੀਆਂ ਜਾਣ ਡਈਆਂ ਸੂਰਨ ਮਾਂ ਪਈ ਬਾਰੀ ਬਰਸੀ ਖੱਟਣ ਗਿਆ ਖੱਟ ਕੇ ਲਿਆਂਦਾ ਸੋਡਾ ਸੋਡਾ ਐਡਾ ਮੋਟਾ ਤੇ ਖੱਟ ਕੇ ਮੈਂ ਆਂਦਾ ਪਮੈਸ਼ ਦਾ ਤੈਨੂੰ ਕਿਵੇਂ ਪਤਾ ਹੈ ਸ਼ਾਨ ਵੇਖ ਲੋ ਇੱਥੇ ਤੜਫਦੀ ਫਿਰਦੀ ਸੁੰਡੀ ਪਈ ਇਹਨੂੰ ਰਾਹ ਦੇ ਦਿਓ ਰਾਹ ਦੇ ਦਿਓ ਇਹਨੂੰ ਬੜੀ ਕਾਲੀ ਹੈ ਬਾਰੀ ਬਰਸੀ ਬਾਰੀ ਬਰਸੀ ਖੱਟਣ ਗਿਆ ਤੇ ਖੱਟ ਕੇ ਲਿਆਂਦੀ ਕੁੰਡੀ ਇੱਕ ਕੁੜੀ ਦੀ ਮੈਂ ਬਾਂਹ ਫੜੀ ਉਹ ਕੋਲ ਨਿਕਲੀ ਟੁੰਡੀ ਆਉਂਦੇ ਜਾਓ ਤੇ ਆਪਣਾ ਆਪਣਾ ਹਿੱਸਾ ਲੈਂਦੇ ਜਾਓ ਖਬਰਦਾਰ ਜੇ ਕਿਸੇ ਨੇ ਆਵਾਜ਼ ਵੀ ਕੱਢੀ ਉਹਦੀ ਨਿਕਲ ਜਾਣੀ ਹੈ ਖੈਰੂ ਖਬਰ ਮੈਂ ਆ ਭਾਈ ਫੇਰੂ ਖੈਰੂ ਇੱਥੇ ਸਾਡੀਆਂ ਔਰਤਾਂ ਵੀ ਰਹਿੰਦੀਆਂ ਨੇ ਬੇਸ਼ੱਕ ਰਹਿ ਮੈਂ ਕਿਹੜੀਆਂ ਚੁੱਕ ਕੇ ਲੈ ਜਾਣੀਆਂ ਨੇ ਅੱਜ ਸਾਡਾ ਮੂਡ ਤੋਣਾ ਲਾਂਦਾ ਹੈ ਅਯਾਸ਼ੀ ਦਾ ਨਹੀਂ ਦੇਖ ਗੱਲ ਹੋਰ ਨਾ ਸੁਣ ਲਵੋ ਇੱਕ ਇੱਕ ਕਰਕੇ ਆਪਣੇ ਆਪਣੇ ਅੰਦਰ ਵੜ ਜਾਓ ਨਹੀਂ ਤੇ ਮੈਂ ਇੱਕ ਇੱਕ ਗਰਦਨ ਮਰੋੜ ਕੇ ਰੱਖ ਦਿਆਂਗਾ ਮਰੋੜ ਕੇ ਰੱਖ ਦਿਆਂਗਾ ਓਹੋ ਮੇਰਾ ਖਿਆਲ ਹੈ ਮੁਰਗੀ ਖਾਨੇ ਚ ਕੰਮ ਕਰਦਾ ਬਈ ਜੇ ਤੂੰ ਬਾਦਸ਼ਾਹ ਵੱਲ ਵਧਿਆ ਤੇ ਅਸੀਂ ਆਪਣੀ ਜਾਨ ਦੇ ਦਿਆਂਗੇ ਨਾ ਬੋਲੋ ਨਾ ਜਾਨ ਨਿਕਲਣ ਲੱਗਿਆ ਬੜੀ ਤਕਲੀਫ ਹੁੰਦੀ ਹੈ ਬੜੀ ਤਕਲੀਫ ਹੁੰਦੀ ਹੈ ਉਹ ਤੇ ਹੈ ਤੁਹਾਡੇ ਚੋਂ
ਕਿਸੇ ਨੇ ਵੀ ਨਹੀਂ ਮੇਰੇ ਸਾਹਮਣੇ ਖਲੋਣਾ। ਭਗਵਾਨ ਜੀ ਤੁਹਾਡੀ ਮਿਹਰਬਾਨੀ, ਅਗਰ ਇਜਾਜ਼ਤ ਹੋਵੇ ਤੇ ਗੱਲ ਕਰਨਾ ਤੁਹਾਡੇ ਨਾਲ। ਚੰਗੇ ਲੱਗੇ ਹੋ, ਤੁਹਾਡੀ ਮਿਹਰਬਾਨੀ ਸਰਕਾਰ। ਦੇਖੋ ਇਹ ਕੇਸ ਹੁਣ ਅਦਾਲਤ ਚ ਚਲਾ ਗਿਆ ਜੀ। ਜਿਹੜੇ ਕੰਮ ਅਦਾਲਤ ਦੇ ਕਰਨ ਵਾਲੇ ਨੇ ਅਦਾਲਤ ਨੂੰ ਕਰਨ ਦਿਓ, ਤੁਸੀਂ ਐਵੇਂ ਇੰਜ ਕਰਨਾ, ਗੋਲੀ ਚੱਲ ਜਾਣੀ, ਬੰਦਾ ਮਰ ਜਾਣਾ, 8 ਸਾਲ ਜ਼ਮਾਨਤ ਨਹੀਂ ਹੁੰਦੀ, ਸਮਝੀ ਦਾ ਵੀ ਹੁੰਦਾ। ਸਮਝਾ ਯਾਰ। ਖੈਰ ਜੀ ਨਾ, ਬਲਵੇ ਦੇ ਵਿੱਚ ਕੋ ਬੰਦਾ ਕਤਲ ਹੋ ਜਾਏ ਤੇ ਪਰਚਾ ਕਿਸੇ ਇੱਕ ਤੇ ਬੰਦੇ ਤੇ ਨਹੀਂ ਹੁੰਦਾ। ਯਾਰ ਆਪਣੇ ਬੰਦਿਆਂ ਨੂੰ ਡੱਕ ਕੇ ਰੱਖ, ਉਹ ਵੀ ਘਰੋਂ ਤਿਆਰ ਹੋ ਕੇ ਆਇਆ। ਕੌਣ? ਇਹ ਗਰੀਬ ਗੁਰਬਾ। ਓਏ ਗਰੀਬਾਂ ਦੀ ਕਿੰਨੀ ਕੁ ਤਿਆਰੀ ਹੁੰਦੀ ਹੈ ਯਾਰ, ਇੱਕ ਮੰਜਾ ਤੇ 10 12 ਬੰਦੇ ਚੁੱਕਣ ਕੇ ਬੰਦੇ ਨਵੇਂ ਲੱਭੇ ਕਿ ਮੈਂ ਆਪਣੇ ਬੰਦੇ ਭੇਜਾਂਗਾ। ਸਾਡਾ ਤੇ ਪੁਰਾਣਾ ਅਸੂਲ ਹੈ, ਜਿਹਦੀ ਤੌਣ ਲਾਈਏ ਸ਼ਾਬਾਸ਼ੀ, ਉਹਦੇ ਜਨਾਜ਼ੇ ਨੂੰ ਮੋਢਾ ਵੀ ਆਪ ਦਿੱਤਾ ਹੈ। ਵਾਹ ਜੀ ਵਾਹ, ਕਿੰਨੇ ਪੈਸੇ ਲੈਂਦੇ ਹੋ ਜੀ? ਚੁੱਪ, ਤੇਰਾ ਜੇ ਮੈਂ ਮੂੰਹ ਹੱਥ ਕਰਾਂਗਾ ਮੂੰਹ ਹੱਥ। ਪੁੱਤਰ ਦੂਜੀ ਪਾਰਟੀ, ਇੱਕ ਪਾਸੇ ਪਿਓ ਫਾਇਦਾ ਉਠਾਉਣ ਡਿਆ ਤੇ ਦੂਜੇ ਪਾਸੇ ਪੁੱਤਰ ਮੁਲਕ ਨੂੰ ਕੰਗਾਲ ਕਰ ਰਿਹਾ, ਕੰਗਾਲ। ਭਗਵਾਨ ਜੀ ਇੱਕ ਪਾਰਟੀ ਕੱਢਤੀ 6 ਮਹੀਨੇ ਵਿੱਚ, ਫਿਰ ਦੂਜੀ ਵੀ ਰੱਖਣੀ ਪਈ। ਭਗਵਾਨ ਜੀ ਰਹਿ ਗਈ ਪੁੱਤਰ ਦੀ ਗੱਲ, ਇਹਨੂੰ ਸ਼ਾਮ ਤੱਕ ਇਨਸ਼ਾਅੱਲਾ ਕੋ 6:30 ਵਜੇ ਤੱਕ ਮੈਂ ਆਪ ਕਰ ਦੇਣੀ। ਫਿਰ ਗੱਲ ਸੁਣ ਜਨਾਬੇ ਆਲੀ, ਚੌਧਰੀ ਦੇ ਡੇਰੇ ਤੋਂ ਦੋਈ ਆਵੀ, ਜਦੋਂ ਇਹ ਪਲੰਗੜੇ ਨੂੰ ਆਪ ਕਰ ਦੇ, ਲੇਕਿਨ ਤੈਨੂੰ ਪਤਾ ਹੈ ਮੈਂ ਤੈਨੂੰ ਪਿਓ ਔਲਾਦ ਕਰਨ ਲੱਗਿਆ ਜੀ, ਸਿਰਫ 1 ਮਿੰਟ ਲਾਣਾ ਸੀ, 1 ਮਿੰਟ। ਮੈਂ ਬਾਬਾ ਤੇਰੇ ਨਾਲ ਮੈਂ ਲੋਕ ਕਹਿਰੂ ਭਲਵਾਨ ਜੀ, ਹੋਇਆ ਤੁਹਾਡੀ ਬੜੀ ਮਿਹਰਬਾਨੀ ਹੈ, ਗੱਲ ਸਾਡੇ ਆਪਸ ਦੀ ਹੋ ਗਈ ਹੈ। ਓਏ ਬਾਉ ਮੱਛਰ, ਇਹ ਗੱਲ ਆਪਸ ਦੀ ਹੋ ਗਈ ਹੈ ਜੀ, ਤੈਨੂੰ ਆਪਸ ਹੀ ਜੀ ਰੱਖਣਾ। ਠੀਕ ਹੈ ਜੀ। ਇਹ ਗੱਲ ਮੇਰੇ ਤੱਕ ਆਪਰ ਗਈ ਜੀ, ਮੈਂ ਇਹਦਾ ਨਿਤਾਰਾ ਬਹੁਤ ਬੁਰੀ ਤਰ੍ਹਾਂ ਕਰਨਾ ਵਾਂ, ਬਹੁਤ ਬੁਰੀ ਤਰ੍ਹਾਂ ਕਰਨਾ ਵਾਂ, ਬਤਾ ਯਾਰ। ਭਗਵਾਨ ਜੀ ਤੁਹਾਡੀ ਖੈਰ ਹੋਵੇ। ਚਲੋ ਅੱਲਾ, 10 12 ਸਟੂਡੈਂਟ ਤੁਹਾਨੂੰ ਵੀਰਾਨੇ ਚ ਮਿਲਣ ਕਿਤੇ। ਆ ਚਲਾ ਗਿਆ। ਓਏ ਆਹੋ ਚਲਾ ਗਿਆ ਈ, ਤੇ ਸ਼ੁਕਰ ਕਰੋ ਬੇਹਯਾ, ਮੈਂ ਸਮਝਿਆ ਪਤਾ ਨਹੀਂ ਕਿਸ ਕੰਮ ਉੱਠਿਆ। ਤੈਨੂੰ ਮੈਂ ਛੱਡਾਂ, ਤੈਨੂੰ ਨਹੀਂ ਛੱਡਾਂ, ਤੂੰ ਮੇਰਾ ਮੁੰਡਾ ਮਰਵਾਉਣ ਲੱਗਾ ਹੈ, ਮੈਂ ਤੈਨੂੰ ਜਿੰਦਾ ਨਹੀਂ ਛੱਡਣਾ। ਚਲੋ ਗਰੀਬੋ, ਹਾਂ ਮੀਰੋ, ਹੈ 5 ਕਿਲੋ ਅੰਬ ਨਹਿਰ ਦੇ ਕਿਨਾਰੇ ਬਹਿ ਕੇ ਖਾਣ ਵਾਲੇ, ਉੱਥੋਂ ਤੁਹਾਡੀ ਜ਼ਿੰਦਗੀ ਦੇ ਚਲੋ। ਖਬਰਦਾਰ ਚਲੀ ਗਈ, ਕਿਹੜਾ ਘਰ, ਇਹਨੂੰ ਮੈਂ ਕਰ ਛੱਡਿਆ। ਗਰੀਬ ਔਰਤੇ ਮਾਫੀਆਂ ਦਾ ਮੰਗ ਮੈਂ ਨਹੀਂ ਦੱਸਾਂ, ਮਾਫੀ ਨਾ ਮੰਗ ਪੈਣਾ, ਇਹ ਤੇ ਰੱਬ ਦਾ ਵੀ ਹੁਕਮ ਹੈ ਕਿ ਸੱਚਾਈ ਔਰ ਹੱਕ ਦਾ ਸਾਥ ਦਿਓ, ਭਾਵੇਂ ਜਾਨ ਚਲੀ ਜਾਏ ਬੰਦੀ। ਉਹ ਚਾਚਾ ਸੱਚ, ਤੇਰੇ ਵਰਗੇ ਸੱਚ ਜਲੂਸ ਚ ਕਤਲ ਹੁੰਦੇ ਹੁੰਦੇ ਨੇ, ਉੱਥੋਂ ਬਾਈ ਜਾਨ ਤੱਕ ਲਾਰੀ ਲਾਰੀ ਤੇ ਮਹਿੰਗੀ ਹੁੰਦੀ, ਰੇੜੇ ਥੱਲੇ ਆਉਂਦੇ ਹੁੰਦੇ ਨੇ ਤੇਰੇ ਵੇਲੇ। ਅੱਪਾ ਜੀ ਕਿਹੋ ਜਿਹੀ ਗੱਲਾਂ ਵੀ ਕਰਦੇ ਹੋ? ਉਹ ਜਿਹੋ ਜਿਹੀਆਂ ਹੁੰਦੀਆਂ ਉਹ ਜਿਹੀਆਂ ਕਰਨੀਆਂ, ਉਹਨੂੰ ਨਹੀਂ ਰੋਕਦੀ ਜਿਹੜਾ ਪਿਓ ਦੇ ਸਾਹਮਣੇ ਖਲੋ ਗਿਆ। ਭਾਜਾ ਤੁਸੀਂ ਮਾਫੀ ਮੰਗ ਲਓ ਨਾ। ਮੈਂ ਨਹੀਂ ਮਾਫੀ ਮੰਗਾਂਗਾ, ਮੈਂ ਤੈਨੂੰ ਵੀ ਨਹੀਂ ਛੱਡਾਂਗਾ ਤੇ ਮੈਂ ਇੱਥੇ ਵੀ ਨਹੀਂ ਰਵਾਂਗਾ, ਚੱਲ ਮੇਰੇ ਨਾਲ ਤੂੰ। ਖਬਰਦਾਰ ਖਬਰਦਾਰ, ਉਹ ਚੱਲ ਚੱਲ ਮੇਰੇ ਨਾਲ ਤੂੰ, ਹਾਲਾਤ ਮੇਰੀ ਹੈ, ਮਿਹਨਤਾਂ ਮੇਰੀਆਂ ਨਾਲ ਲਖੜਦੀ ਹੈ। ਚਲੋ ਦੌੜ ਜਾਓ, ਐਡੀ ਜਵਾਨ ਕੀਤੀ ਪਾਲੀ ਹੈ, ਚਲੋ ਦੌੜੋ। ਮੈਨੂੰ ਪਤਾ ਹੈ ਜ਼ਿੰਦਗੀ ਕਿਸ ਤਰ੍ਹਾਂ ਗੁਜ਼ਾਰੀ ਦੀ ਹੈ, ਮੈਂ ਬੱਚਾ ਨਹੀਂ ਹਾਂ, ਤੁਹਾਡੇ ਤੋਂ 2 ਸਾਲ ਵੱਡਾ ਵਾਂ। ਲਾਂਤੀਆ ਮੈਨੂੰ ਦੱਸੀ ਨਹੀਂ, ਉਹ ਦਾਦੀ ਹੱਲ ਜੰਮਿਆ ਹੈ। ਆਹੋ ਤੇ ਪਹਿਲੇ ਦੱਸਣਾ ਹੀ ਹੈ ਤੇ ਲਿਖਣਾ ਦੀ ਗੱਲ ਹੈ, ਲਿਖੋ। ਮੈਨੂੰ ਵੀ ਯਾਰ ਲੱਗਣਾ ਬੇਟਾ, ਮੈਂ ਤੈਨੂੰ ਦੱਸਦਾ ਕਾਹਦੇ ਲਈ ਸਹਿਤ ਲੱਗਣਾ। ਮਨੂਸ ਬੱਚਾ ਹੈ ਤੂੰ, ਮਨੂਸ ਬੱਚਾ। ਲਾਂਤੀਆ ਜਿੱਦਣ ਤੂੰ ਜੰਮਿਆ ਹੈ ਉਦੋਂ ਮੈਂ ਸਾਈਕਲ ਤੋਂ ਡਿੱਗਾ ਸੀ, ਜਿਸ ਦਿਨ ਤੁਸੀਂ ਹੋਏ ਸਭ ਕੀ ਹੋਇਆ, ਮੇਰੀ ਮਾਂ ਪਾਗਲ ਹੋ ਗਈ ਸੀ। ਆਹੋ ਜਾਓ
ਮੈਂ ਲੱਤ ਵੀ ਨਹੀਂ ਮਾਰਨੀ ਐਵੇਂ ਛੱਡ ਗੰਦੀ ਹੋ ਗਈ ਪੈਸੇ ਮੇਰੇ ਕੋਲ ਲੈਣੇ ਤੂੰ ਆਈ ਨਹੀਂ ਗਰੀਬ ਲੋਕ ਗਰੀਬ ਲੋਕ ਗਰੀਬ ਲੋਕ ਉਹ ਗਰੀਬੋ ਇਹ ਯੂਟੀਲਿਟੀ ਸਟੋਰ ਕੀ ਹੈ ਉਹ ਗਰੀਬ ਆਦਮੀ ਲੈ ਵੀ ਪੀ ਬਹਿ ਕੇ ਨਸ਼ਾ ਕਰਕੇ ਕਿਸੇ ਵੇਲੇ ਵੀ ਬਾਦਸ਼ਾਹ ਹੋਇਆ ਹੋਵੇ ਗੱਲ ਕਰਨੀ ਹੈ ਜਾਂ ਮੈਂ ਨਹੀਂ ਤੇਰੇ ਨਾਲ ਬੋਲਦੀ ਨਹੀਂ ਬੋਲਦੀ ਚੱਲ ਇਸ਼ਾਰੇ ਕਰ ਚੱਲ ਵੇ ਗੱਲ ਸਰ ਗੱਲ ਤੇ ਸੁਣ ਕੀ ਜੰਜ ਘਰ ਚ ਸੌ ਜਾਇਆ ਕਰ ਓਹੋ ਇਹ ਤੇ ਬੜਾ ਅੱਛਾ ਆਈਡੀਆ ਠੀਕ ਹੈ ਨਾ ਰੋਟੀ ਦਾ ਵੀ ਇੰਤਜ਼ਾਮ ਹੋ ਗਿਆ ਆਹੋ ਚੁੱਪ ਕੀ ਹੋਇਆ ਜੀ ਸਾਰੀਆਂ ਉਹ ਗੱਲਾਂ ਦੱਸਣ ਨਹੀਂ ਮੇਰੀ ਬਿਸਤੀਆਂ ਬਿਸਤੀਆਂ ਨੇ ਹੁਣ ਖੁਦਾ ਦਾ ਵਾਸਤਾ ਮੈਨੂੰ ਜਾਣ ਦੇ ਬਸ ਵੇ ਗੱਲ ਸੁਣ ਹਾਂ ਇਸ ਜਿੱਸੇ ਚ ਕੋਈ ਦਿਲਾਂ ਦੀ ਸ਼ੈ ਹੈਗੀ ਹੈ ਅਲਟਰਾਸਾਊਂਡ ਕਰਾਵਾਂਗਾ ਇਸ ਤੋਂ ਬਾਅਦ ਦੱਸਾਂਗਾ ਮੈਨੂੰ ਜਾਣ ਦੇ ਚੱਲ ਝੂਠਾ ਆ ਚੱਲ ਝੂਠੀ ਜਾਣ ਦੇ ਮੈਨੂੰ ਵੇ ਮੈਂ ਤੇ ਪਹਿਲੀ ਜਾਨ ਤਲੀ ਤੇ ਰੱਖ ਕੇ ਟੁਰੀ ਫਿਰਨੀ ਆ ਤੂੰ ਜਾਨ ਲੈਣ ਵਾਲਾ ਤੇ ਬਣ ਵੇ ਬੇਬੇ ਕਹਿੰਦੀ ਸੀ ਹੁਣ ਤੂੰ ਸਾਡੇ ਘਰ ਰਵੇਂਗਾ ਅੱਛਾ ਆ ਕਟੜੀ ਆ ਲੋ ਕਟੋ ਆ ਕਰਵੀ ਲਈ ਕਿੱਥੇ ਗਈ ਏ ਬੁੱਢਾ ਓਏ ਬੁੱਢਿਆ ਓਏ ਨਸ਼ਾ 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 ਓ ਪਾਇਆ ਤੈਨੂੰ ਕਿੰਨੀ ਵਾਰੀ ਸਮਝਾਇਆ ਪਰ ਤੇਰੀ ਸਮਝ ਚ ਨਹੀਂ ਆਇਆ ਉਹ ਯਾਰ ਉਹ ਮੇਰੇ ਯਾਰ ਉਹ ਨਸ਼ਾ ਛੱਡ ਦੇ ਛੱਡ ਦੇ ਛੱਡ ਦੇ ਨਹੀਂ ਤੇ ਇੱਕ ਦਿਨ ਤੂੰ ਮਰ ਜਾਏਗਾ ਯਾਰ ਯਾਰ ਮੈਂ ਇਸ ਦਿਨ ਨਸ਼ਾ ਕਰਨਾ ਯਾਰ ਇਹ ਜੋ ਜ਼ਮਾਨੇ ਚ ਹੁੰਦਾ ਨਾ ਵੇਖਣ ਦਾ ਹੌਸਲਾ ਨਹੀਂ ਹੈਗਾ ਯਾਰ ਮੈਂ ਕਹਿੰਦਾ ਅੰਨੇ ਹੋਏ ਰਹੋ ਨਾ ਕਿਸੇ ਨੂੰ ਵੇਖੋ ਨਾ ਉੱਤੇ ਜਾ ਕੇ ਸਾਡੀ ਗਵਾਹੀ ਪਵੇ ਮੇਰੇ ਨਸ਼ਾ ਕਰਨਾ ਇੱਕ ਗੱਲ ਹੋਰ ਦੱਸ ਮੈਂ ਨਸ਼ਾ ਕਰਨਾ ਤੂੰ ਲੋਕਾਂ ਦੇ ਬੰਦੇ ਮਾਰਨਾ ਕਤਲ ਕਰਨਾ ਚੋਰੀ ਦੇ ਕਹਿਣ ਦੇ ਉੱਤੇ ਤੂੰ ਇੰਨੇ ਬੰਦੇ ਮਾਰੇ ਨੇ ਕਿੰਨੇ ਪੱਲੋ ਤੂੰ ਲੋਕਾਂ ਨੂੰ ਕਤਲ ਕੀਤਾ ਹੁਣ ਚੋਰੀ ਤੇਰੇ ਵਾਸਤੇ ਵੀ ਬੰਦੇ ਮੁਕਵਾ ਲੈਣੇ ਉਹਨੇ ਕਤਲ ਕਰਨਾ ਚੌਧਰੀ ਮੈਨੂੰ ਕਤਲ ਕਰਾਉਣ ਵਾਸਤੇ ਬੰਦੇ ਬੁਲਾ ਰਹੇ ਕੋਈ ਵੀ ਬੰਦਾ ਆਪਣਾ ਸਬੂਤ ਨਹੀਂ ਛੱਡਦਾ ਆਹੋ ਤੇ ਤੂੰ ਚੋਰੀ ਦਾ ਚੱਲਦਾ ਫਿਰਦਾ ਸਬੂਤ ਯਾਰ ਬੁੱਢਿਆ ਤੂੰ ਤੇ ਮੈਨੂੰ ਬੜਾ ਸਿਆਣਾ ਲੱਗਾ ਤਦੇ ਤੇ ਮਹਿਕਮੇ ਵਾਲੇ ਨੇ ਕੱਢ ਦਿੱਤਾ ਅੱਛਾ ਇੱਥੇ ਦਾ ਰਿਵਾਜ ਇਹ ਜਿਹੜਾ ਸਿਆਣਾ ਹੋ ਜਾਏ ਉਹਨੂੰ ਫਰਕ ਕਰ ਦਿਓ ਜਾ ਕੇ ਕੋਈ ਅਕਲ ਦੀ ਗੱਲ ਨਾ ਦੱਸ ਦੇ ਅੱਛਾ ਉਹ ਗੱਲ ਤੇ ਦੱਸ ਉਹ ਚੌਧਰੀ ਮੈਨੂੰ ਮਰਵਾਉਣਾ ਚਾਹੁੰਦੇ ਇਹ ਬੰਦੇ ਕਿੱਥੋਂ ਬੁਲਾਏ ਉਹਨੇ ਬੁਲਾਏ ਨੇ ਬੰਦੇ ਜਿਮਰੋਦੋ ਉਹ ਤੇ ਕਲਾਸ਼ਿਨ ਕੋਫਾ ਨੂੰ ਤੇਲ ਵੀ ਲਾਈ ਫਿਰਨ ਦੇ ਉਹ ਗੱਲ ਸੁਣ ਬੰਦੇ ਭਾਵੇਂ ਜਮਰੋਦ ਤੋਂ ਆਣ ਭਾਵੇਂ ਅਮਰੀਕਾ ਤੋਂ ਯਹੂਦੀਆਂ ਆਣ ਉਹ ਮੇਰਾ ਨਾਂ ਖੈਰੂ ਏ ਖੈਰੂ ਉਹ ਮੇਰੇ ਕੋਲੋਂ ਤੇ ਸ਼ੈਤਾਨ ਵੀ ਖੈਰ ਮੰਗਦਾ ਹੈ ਉਹ ਮੇਰਾ ਕੁਛ ਨਹੀਂ ਵਿਗਾੜ ਸਕਦਾ ਮੇਰੇ ਕੋਲ ਬੜੀ ਨਫਰੀ ਹੈ ਬੜਾ ਅਸਲਾ ਯਾਰ ਹੋਰ ਮੁਕਾਬਲਾ ਹੋਏਗਾ ਖੈਰ ਬਾਸ਼ਾ ਜਿੰਨਾ ਮਰਜ਼ੀ ਬੰਦੇ ਕੋਲ ਅਸਲਾ ਹੋਵੇ ਬੰਦੇ ਦਾ ਆਪਣਾ ਅਸਲਾ ਠੀਕ ਹੋਣਾ ਚਾਹੀਦਾ ਅੱਛਾ ਤੂੰ ਨਸ਼ਾ ਛੱਡ ਦੇ ਮੈਂ ਬੰਦੇ ਕਤਲ ਕਰਨਾ ਛੱਡ ਦਿਆਂਗਾ ਛੱਡ ਦਿਆਂਗਾ ਯਾਰ ਇਹ ਕੌਣ ਇਹ ਆਪਣੇ ਉਹ ਮੰਨੇ ਦੀ ਧੀ ਇਹ ਪੀਨੋ ਪੌੜੀ ਓ ਮੰਨੇ ਦੀ ਧੀ ਪ੍ਰਵੀਨ ਓ ਯਾਰ ਇਹ ਤੇ ਸਾਡੀ ਹਿੱਟ ਲਿਸਟ ਤੇ ਆ ਗਈ ਹੈ ਇਹ ਗੱਲ ਦੱਸਾਂ ਮੈਂ ਤੇ ਇਹਦਾ ਬਿਆਨਾ ਵੀ ਫੜ ਲਿੱਤਾ ਹੈ ਆਹ 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 ਬੂਟਿਆ ਕਿਹੜੀ ਝੂਠਿਆ
ਔਰ ਟਾਈਮ ਕੀ ਹੋਇਆ? ਕਿਸੇ ਵੇਲੇ ਹੋਇਆ ਤਾਂ ਤੈਨੂੰ ਦੱਸਾਂਗਾ। ਬਦਤਮੀਜ਼ ਆਦਮੀ, ਖਲੋਣਾ ਵਾਂਝੇ ਇਹੋ ਜਿਹਾ ਕੰਮ ਕਿਉਂ ਕਰੀਏ? ਮੈਨੂੰ ਮਹਿਕਮੇ ਨੇ ਕੱਢ ਦਿੱਤਾ, ਮੇਰੇ ਕੋਲ ਨਸ਼ੇ ਜੁਗੇ ਪੈਸੇ ਨਹੀਂ ਸੀ, ਮੈਨੂੰ ਉਹੀ ਨੇੜੇ ਪੈਂਦਾ ਸੀ, ਮੈਂ ਉਹਦੀ ਮੁਕਬਰੀ ਕਰਕੇ ਫੜਵਾਇਆ। ਹੁਣ ਉਹਨੂੰ ਇਸ ਤਰ੍ਹਾਂ ਟੰਗਿਆ ਉੱਥੇ ਥਾਣੇ 'ਚ ਜਿਸ ਤਰ੍ਹਾਂ ਮਜ਼ੰਗ ਚੁੰਗੀ ਕਸ਼ਮੀਰ ਚੜ੍ਹੋ, ਉਸ ਕੁੱਕੜ ਨਹੀਂ ਟੰਗਿਆ। ਮੈਂ ਚਾਚਾ ਮੈਨੂੰ ਦੱਸਦੀ ਹਾਂ, ਹਾਏ ਅੱਲਾ, ਮੈਂ ਉਹਦੀ ਖੱਲ ਲਵਾ ਗਿਆ। ਹਾਏ ਵੇ ਮੇਰੇ ਜਵਾਨ ਪੁੱਤਰਾ, ਕਰੇ ਪੁਲਿਸ ਤਨ ਕਿੱਥੇ ਫੜ ਕੇ ਲੈ ਗਈ, ਹੁਣ ਮੈਂ ਕੀ ਕਰਾਂ ਰੱਬਾ? ਹਾਏ ਮੈਂ ਤਾਂ ਲੱਤੀ ਪਾਲ ਕੇ ਜਵਾਨ ਕੀਤਾ। ਹਾਏ ਹਾਏ ਹਾਏ, ਓ ਜ਼ਾਲਮੋ, ਓ ਬੇਵਾ ਤਾਂ ਨਹੀਂ ਸੁਣਾ, ਰੋਣ ਚ ਤਾਂ ਪਤਾ ਨੀ ਲੱਗਦਾ ਕੀ ਹੁੰਦਾ, ਕੀ ਬਣ ਗਈਆਂ ਜੰਨਤ? ਪੁਲਿਸ ਮੇਰੇ ਪੁੱਤਰ ਨੂੰ ਫੜ ਕੇ ਲੈ ਗਈ। ਹਾਏ, ਪੁਲਿਸ ਫੜ ਕੇ ਲੈ ਗਈ? ਫਿਕਰ ਨਾ ਕਰ, ਪੁਲਿਸ ਫੜ ਕੇ ਲੈ ਗਈ ਹੈ। ਓਕੇ, ਵੀਡੀਓ ਵਾਲਿਆਂ ਨੂੰ ਕਹਾਂਗੇ, ਉਹ ਮੂਵੀ ਕ੍ਰਾਫਟ ਵਾਲਿਆਂ ਕੋਲ ਇਹੋ ਜਿਹਾ ਕੰਮ ਕਰਾਉਣਗੇ ਤਾਂ ਸਾਰਾ ਕੰਮ ਸਿੱਧਾ ਹੋ ਜਾਏਗਾ। ਉਹ ਜਦੋਂ ਦੋਵੇਂ ਰਲ ਕੇ ਕੰਮ ਕਰਦੇ ਨੇ, ਕਿਸੇ ਦਾ ਕੰਮ ਨਹੀਂ ਹੋਣ ਦਿੰਦੇ। ਬੇਵਕੂਫ, ਤੂੰ ਜਾਣਦੀ ਨਹੀਂ ਕਿਸ ਬੰਦੇ ਨਾਲ ਤੇਰਾ ਵਾਹ ਪੈ ਗਿਆ? ਲੇਕਿਨ ਇਹ ਮੁੰਡਾ ਨਹੀਂ ਫੜਿਆ, ਲੱਗਦਾ ਕਿ ਤੂੰ ਆਪਣਾ ਸ਼ੌਕ ਪੂਰਾ ਕਰਨ ਡਈ ਆ। ਖਬਰਦਾਰ, ਮੈਂ ਤੇਰਾ ਮੁੰਡਾ ਛੁੜਾ ਲਿਆਂਗਾ। ਨਾ ਪਰੋ, ਨਾ ਮੈਨੂੰ ਰੋ, ਤੈਨੂੰ ਨੀ ਪਤਾ ਮੇਰਾ ਰੋਣਾ ਨਿਕਲ ਜਾਂਦਾ। ਇਹ ਗੱਲ ਬਣਦੀ ਅੱਲਾ ਦੇ ਕੰਮ ਜਿੱਤੇ, ਅੱਲਾ ਦੇ ਸ਼ੁਕਰ ਇੱਥੋਂ ਤੱਕ ਤੇ ਪਹੁੰਚੇ, ਅੱਲਾ ਦੇ ਕੰਮ ਜਿੱਤੇ, ਅੱਲਾ ਦੇ ਕੰਮ। ਨਾ ਰੋ ਭਰਾਵਾ। ਅੱਛਾ, ਪਾਕਿਸਤਾਨ ਨਹੀਂ ਤਰੱਕੀ ਕਰ ਸਕਦਾ, ਜੇ ਨੂੰ ਵੇਖੋ ਉੱਠਦੇ ਆ ਭਰਾਵਾ, 2 ਲੱਖ ਦੇ ਕਰਜ਼ੇ ਥੱਲੇ ਦੇ ਦੇਣਾ। ਸੜਕੇ ਤੇ ਲਾਰੀ, ਸੜਕੇ ਤੇ ਲਾਰੀ, ਦਿਲ ਤੈਨੂੰ ਮੋੜ ਰਿਹਾ ਪਰਦੇਸ ਨਾਲ ਯਾਰੀ, ਦਿਲ ਤੈਨੂੰ ਮੋੜ ਰਿਹਾ ਪਰਦੇਸ ਨਾਲ ਯਾਰੀ। ਹਾਏ ਮੁੰਗਾ, ਕਿੱਡਾ ਸੋਹਣਾ ਗਾਉਣ ਡਿਆ ਸਾਂ। ਤੇਰੀਆਂ ਝਾਂਜਰਾਂ ਨੇ ਮੇਰਾ ਖਿਆਲ ਇੱਧਰ ਇੱਧਰ ਕਰ ਦਿੱਤਾ, ਉਹ ਝਾਂਜਰਾਂ ਛੜਕੀਆਂ ਨਾ, ਮੈਂ ਸਮਝਿਆ ਕਿਸੇ ਦੀ ਬੱਕਰੀ ਖੁੱਲ ਗਈ ਏ। ਮੈਂ ਕਿਹਾ ਬੁਆ, ਮੈਂ ਤਾਂ ਬੜੇ ਦੱਬੇ ਪੈਰੀ ਆਈ ਆ। ਤੂੰ ਜਿੰਨੇ ਦੱਬੇ ਪੈਰੀ ਆ, ਮੈਂ ਤੇਰੇ ਪੈਰ ਦੱਬ ਦੇਣੇ ਨੇ ਫੜ ਕੇ ਕਿਸੇ ਨੇ। ਮੈਂ ਕੁੜੀਆਂ ਜ਼ਰਾ ਔਖੀ, ਤੇ ਮੈਂ ਵੀ ਆ ਬੰਦਾ ਜ਼ਰਾ ਚੋਖਾ। ਬੁੱਢਿਆ, ਤੂੰ ਮੈਨੂੰ ਸੱਚਾ ਸ਼ਿਕਾਰ ਨਾ ਹੀ। ਅੱਲਾ ਦੀ ਕਸਮਿਆ,
सुनिए मैं तेन दस नहीं सकता मैं किन्ना भरिया पीता फिरन दिया
ਇੱਥੇ ਕੀ ਕਰਨ ਦਈ ਐ ਟੁੱਟ ਮਰਨੀ ਐ ਵੇ ਤੂੰ ਇਹਨੂੰ ਕੀ ਕਹਿ ਰਿਹਾ ਓਹੀ ਜੀ ਜੋ ਪਿਛਲੇ ਜੁਮੇ ਤੁਹਾਨੂੰ ਕਿਹਾ ਗਿਆ ਜੀ ਇਹਨੂੰ ਤੂੰ ਵੇ ਮੰਨਿਆ ਕੁਝ ਹਯਾ ਨੂੰ ਹੱਥ ਮਾਰ ਵੇ ਮਾਰੀਦਾ ਹਯਾ ਨੂੰ ਹੱਥ ਹੋਣਾ ਹੱਥ ਕਿਤੇ ਹੋਰ ਜਾ ਵਜਦਾ ਕੀ ਕਰੀ ਹੁਣ ਨਹੀਂ ਚੱਲ ਚੱਲ ਹਯਾ ਨੂੰ ਹੱਥ ਮਾਰਨਾ ਹੋਵੇ ਹਯਾ ਨੂੰ ਹੱਥ ਜਾ ਵਜਦਾ ਦੱਸੋ ਲੜਕੀਆਂ ਮਗਰ ਲੱਗੀਆਂ ਹੀ ਹੁੰਦੀਆਂ ਇਧਰ ਆਈ ਹਾਜ਼ਰਾ ਅਗਰ ਤੂੰ ਇਸ ਬੱਚੀ ਦਾ ਹੱਥ ਮੇਰੇ ਹੱਥ ਚ ਫੜਾ ਦੇਵੀਂ ਨਾ ਇੱਕ ਮਿੰਟ ਗੁੱਸਾ ਨਾ ਕਰੀ ਮੇਰੀ ਗੱਲ ਦਾ ਗੱਲ ਪੂਰੀ ਹੋ ਲੈਂਦੇ ਗੁੱਸਾ ਨਾ ਕਰੀ ਸ਼ਰਾਂ ਚ ਕੋਈ ਸ਼ਰਮ ਸੁਣਾ ਇਸ ਬੱਚੀ ਦਾ ਹੱਥ ਮੇਰੇ ਹੱਥ ਫੜਾ ਦੇ ਤੈਨੂੰ ਮੈਂ ਇੱਕ ਨਵਾਂ ਮਕਾਨ ਦਿਆਂ ਨਵਾਂ ਮਕਾਨ ਐਡਾ ਨਵਾਂ ਲੈ ਗਤਾ ਵੀ ਨਹੀਂ ਲਾਇਆ ਉਤੋਂ ਇੱਕ ਨਵੀਂ ਦੁਕਾਨ ਹਾਏ ਮੈਂ ਮਰ ਗਈ ਇੱਕ ਨਵੀਂ ਦੁਕਾਨ 0 ਮੀਟਰ ਇੱਕ ਗਾਹਕ ਨਹੀਂ ਵੜਿਆ ਔਰ ਨਾ ਇਨਸ਼ਾਅੱਲਾ ਵੜਨਾ ਉਥੇ 1,00,000 ਰੁਪਇਆ ਨਗਦ ਲੱਖ ਰੁਪਇਆ ਨਗਦ ਰੁਪਇਏ ਵਾਲੇ ਨੋਟ 6 ਮਹੀਨੇ ਗਿਣਦੇ ਰਹੋ ਮੌਜਾਂ ਲਵੋ ਇਹ ਸਾਰਾ ਕੁਝ ਮੈਂ ਤੈਨੂੰ ਦੇ ਦਿਆਂਗਾ ਅਗਰ ਇਸ ਬੱਚੀ ਦਾ ਹੱਥ ਮੇਰੇ ਹੱਥ ਚ ਫੜਾ ਕੇ ਬੱਚੀ ਨੂੰ ਸਮਝਾ ਦੇ ਤੇ ਹੱਥ ਨਹੀਂ ਛੁਡਾਣਾ ਫੇਰ ਮੈਂ ਤੈਨੂੰ ਨਹੀਂ ਸਕਦਾ ਮੰਨਿਆ ਤੇਰਾ ਕੰਮ ਤੇ ਹੋਇਆ ਸਮਝ ਤੇਰੀ ਪਰ ਗੱਲ ਸੁਣ ਤੂੰ ਹਾਲੇ ਕਿਸੇ ਨਾਲ ਗੱਲ ਨਾ ਕਰੀ ਕੀ ਗੱਲਾਂ ਕਰਨੀਆਂ ਤੇਰੇ ਨਾਲ ਜਿਹੜੀ ਗੱਲ ਕੀਤੀ ਉਹ ਮੈਂ ਕਿਸੇ ਨਾਲ ਕੀਤੀ ਹੈ ਸਾਹੇ ਮੰਨਿਆ ਹਾਂ ਜੀ ਇਹ ਬਾਤ ਕੱਢੀ ਇਹਨਾਂ ਪੈਰਾਂ ਤੇ ਗੋਲੀ ਮਾਰ ਜਾਗਾ ਉਹ ਅੰਦਰ ਜਾਓ ਪਰਵੀਨ ਨੂੰ ਚੁੱਕ ਕੇ ਲਿਆ ਖੁਦਾ ਦਾ ਵਾਸਤਾ ਜੀ ਮੇਰੀ ਗੱਲ ਸੁਣ ਲਵੋ ਅਮਲੇ ਵਾਲਿਓ ਖੈਰੂ ਮੇਰੀ ਬੱਚੀ ਨੂੰ ਚੱਕ ਕੇ ਲੈ ਗਿਆ ਖੁਦਾ ਦਾ ਵਾਸਤਾ ਜੇ ਕੋਈ ਜਨਾ ਮੇਰੇ ਨਾਲ ਚੱਲੇ ਆਏ ਹਮਦ ਅਲੀ ਬੜਾ ਮਾਰੋ ਮੀਰਾ ਮਗਰੋਂ ਲੈ ਜਾ ਹਮਦ ਅਲੀ ਤੂੰ ਤੇ ਮੇਰਾ ਯਾਰ ਹੈ ਮੈਨੂੰ ਕਸਮ ਚੁਕਾ ਲਾ ਮੈਂ ਤੇਰਾ ਵਾਕਫ ਹੀ ਨਹੀਂ ਤੇਰੇ ਵਰਗੇ ਬੇਗਾਰਤ ਦਾ ਯਾਰ ਹੋਣ ਨਾਲੋਂ ਮੌਤ ਬਿਹਤਰ ਹੈ ਹਮਦ ਅਲੀ ਖੈਰੂ ਮੇਰੀ ਬੱਚੀ ਨੂੰ ਚੱਕ ਕੇ ਲੈ ਗਿਆ ਆ ਮੇਰੀ ਇੱਜ਼ਤ ਆਏ ਤੇਰੇ ਸਦਕੇ ਜਾਵਾਂ ਤੇਰੀ ਇੱਜ਼ਤ ਉਹ ਤੂੰ ਅਮੀਰ ਆਦਮੀ ਹੈ ਤੇਰਾ ਇੱਜ਼ਤ ਨਾਲ ਕੀ ਤਲਕ ਹੈ ਪੈਸੇ ਇਕੱਠੇ ਕਰ ਬਸ ਹਮਦ ਅਲੀ ਤੂੰ ਤੇ ਮੇਰਾ ਹਮਸਾਇਆ ਹੈ ਮੈਂ ਲਾਨਤ ਭੇਜਣਾ ਤੇਰੇ ਵਰਗੇ ਬੰਦੇ ਤੇ ਹਮਸਾਇਆ ਅੱਜ ਤੈਨੂੰ ਹਮਸਾਇਆ ਯਾਦ ਆ ਗਿਆ ਲਾਂਤੀਆਂ ਲੋਕਾਂ ਦੇ ਘਰ ਕੁੱਲੇ ਵਕਵਾ ਦਿੱਤੇ ਧੀਆਂ ਘਰਾਂ 'ਚ ਬੁੱਢੀਆਂ ਹੋ ਗਈਆਂ ਤੂੰ ਸੂਦ ਲੈਣੋਂ ਬਾਜ਼ ਨਾ ਹੋਇਆ ਅੱਜ ਤੂੰ ਹਮਸਾਇਆ ਮਗਰੋਂ ਲੱਥ ਹੋਇਆ ਅਮੀਰਾ ਹਮਦ ਅਲੀ ਤੇਰੀ ਮਿਹਰਬਾਨੀ ਇੰਜ ਇੰਜ ਨਾ ਕਰ ਤੂੰ ਤੇ ਅਮੀਰ ਆਦਮੀ ਹੈ ਅਮੀਰੋ ਹੈ 5 ਕਿਲੋ ਗਰਮਾ ਕੱਲੇ ਬਹਿ ਕੇ ਖਾਣ ਵਾਲੇ ਉੱਥੋਂ ਤੇਰੀ ਜ਼ਿੰਦਗੀ ਹਮਦ ਅਲੀ ਹੁਣ ਗਰਮਾ ਲਿਆਵਾਂਗਾ ਤੇ ਤੈਨੂੰ ਵੀ ਖਵਾਵਾਂਗਾ ਮੈਂ ਨਹੀਂ ਖਾਂਦਾ ਸਾਡੇ ਮਹਿੰਦੇ 'ਚ ਕੀਮਤੀ ਚੀਜ਼ ਜਾ ਹੀ ਨਹੀਂ ਸਕਦੀ ਹਮਦ ਅਲੀ ਮੇਰੀ ਬੱਚੀ ਪਰਵੀਨ ਓਏ ਅੱਜ ਤੂੰ ਬੱਚੀ ਦੇ ਬਾਰੇ 'ਚ ਬਹੁਤ ਕਹਿਣਾ ਹਮਦ ਅਲੀ ਓ ਤੇਰਾ ਯਾਰ ਖੈਰੂ ਤੇਰੀ ਧੀ ਨੂੰ ਚੁੱਕ ਕੇ ਇਲਾਕਾ ਗੈਰ 'ਚ ਵੇਚ ਆਇਆ ਸੀ ਦੁਆਵਾਂ ਦੇ ਭੋਲੇ ਬਾਦਸ਼ਾਹ ਨੂੰ ਜਿਹੜਾ ਆਪਣੀ ਜਾਨ ਤੇ ਖੇਡ ਕੇ ਤੇਰੀ ਧੀ ਦੀ ਇੱਜ਼ਤ ਬਚਾ ਕੇ ਲਿਆ ਅੱਲਾ ਉਹਨੂੰ ਜ਼ਿੰਦਗੀ ਦੇਵੇ ਅੱਲਾ ਸਿਰ ਤੇ ਵਾਲ ਦੇਵੇ ਸੂ ਆ ਮੇਰੀ ਬੱਚੀ ਦੀ ਸ਼ਕਲ ਬਹਾ ਦਿਓ ਮੈਨੂੰ ਤੇਰੀ ਬੱਚੀ ਮਹਿਫੂਜ਼ ਹੈ ਮੇਰੇ ਕੋਲ ਹੈ ਲੇਕਿਨ ਉਹਨੇ ਕਿਹਾ ਕਿ ਜਿੱਦਣ ਮੇਰਾ ਪਿਓ ਮੇਰੀਆਂ ਅੱਖਾਂ ਸਾਹਮਣੇ ਆਇਆ ਮੈਂ ਖੁਦਕੁਸ਼ੀ ਕਰ ਲਾਂਗੀ ਬਿਹਤਰ ਇਹੋ ਹੀ ਹੈ ਤੂੰ ਆਪਣੀ ਧੀ ਨੂੰ ਨਾ ਮਿਲ ਹਮਦ ਅਲੀ ਤੇਰੀ ਮਿਹਰਬਾਨੀ ਆ ਮੈਨੂੰ ਮੇਰੀ ਬੱਚੀ ਦੀ ਓਏ ਅੰਜ ਅੰਜ ਨਾ ਕਰ ਤੂੰ ਅਮੀਰ ਆਦਮੀ ਤੈਨੂੰ ਇਹੋ ਜੀ ਆਦਤ ਕਿੱਥੋਂ ਪੈ ਗਈ ਤੁਸੀਂ ਤੇ ਅਮੀਰ ਹੋ ਹਾਂ ਅਮੀਰ ਹੋ ਹਾਂ ਜਹਾਜ਼ ਤੇ ਬਹਿ ਕੇ ਇਕੱਲੇ ਪਿੰਡੀ ਜਾਣ ਵਾਲਿਓ ਥੂ ਤੇਰੀ ਜ਼ਿੰਦਗੀ ਤੇ ਓਏ ਹਮਦ ਅਲੀ ਹੁਣ ਮੈਂ ਲਾਰੀ ਤੇ ਜਾਵਾਂ ਕਰਾਂਗਾ ਓਏ ਖੁਦਾ ਦਾ ਵਾਸਤਾ ਮੇਰੀ ਬੱਚੀ ਬਲਬੀਰ ਨੇ ਮੈਨੂੰ ਸ਼ਕਲ ਵਹਾ ਖਬਰਦਾਰ ਜੇ ਮੇਰੀ ਨੂੰ ਆਪਣੀ ਸ਼ਕਲ ਵਹਾ ਕੇ ਡਰਾਉਣ ਦੀ ਕੋਸ਼ਿਸ਼ ਕੀਤੀ ਦੱਸੋ ਨਾ ਮੁਰਾਦ ਆਪ ਨੂੰ ਜਿੱਡੀ ਹੈ ਨੂੰ ਵੀ ਬਣਾ ਲਈ ਉਤੋਂ ਮੈਂ ਉਹਦੇ ਹੱਥ ਦੇ ਜਿਹੇ ਹੀ ਬਣਾਇਆ ਇਹ ਵਾਰ ਬਣਾਇਆ ਉਹ ਲੈ ਜਾ ਮੁੱਕ ਵੇ ਮੰਨਿਆ ਸੂਦ ਨਾਲ ਬਣਨ ਵਾਲੀ ਹਰ ਸ਼ੈ ਹਰਾਮ ਹੀ ਹੁੰਦੀ ਹੂ ਓ ਖੁਦਾ ਦਾ ਵਾਸਤਾ ਜੇ ਨਾ 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 ਕੋਈ ਸ਼ਰੀ ਲੈਣੀ ਤੇਰੀ ਮੇਰੇ ਮਾਲਕਾ ਮੈਨੂੰ ਮੌਤ ਦੇ ਦੇ ਮੌਤ ਮੰਗ ਕੇ ਮੌਤ ਦਾ ਮਜ਼ਾਕ ਨਾ ਉਡਾ ਮੈਂ ਕੀ ਮੌਤ ਨੂੰ ਕੁੱਤਕਤਾਰੀਆਂ ਕੱਢ ਬੈਠਾ ਮੌਤ ਅੱਜ ਵੀ ਕੁੱਤਕਤਾੜੇ ਦਫਾ ਕਰਨੀ ਇਹਨੂੰ ਓ ਖੁਦਾ ਦਾ ਵਾਸਤਾ ਜੇ ਮੈਨੂੰ ਲੈ ਚੱਲੋ ਕਿਉਂ ਲੈ ਚੱਲੀਏ ਓ ਮੈਂ ਤੁਹਾਡਾ ਵੈਗਨ ਦਾ ਰੁਪਇਆ ਦੇ ਦਿਆਂਗਾ ਚਾਲੀ ਚੜ੍ਹਦੀਆਂ ਅੱਧਾ ਕਿਲੋ ਨੂੰ
ਤੂੰ ਹੀ ਸਾਰੀਆਂ ਖਾਣੀਆਂ ਉਹਨੇ ਤੇ ਇੱਕੋ ਕਨੇਰੀ ਨੂੰ ਲੱਗਿਆ ਰਹਿਣਾ ਹੈ। ਚੱਲ ਨਿਕਲ ਤੂੰ ਇਕੱਲਾ ਬਹਿ ਕੇ ਇੱਥੇ ਹੀ ਟੱਪੀ। ਓ ਮੈਨੂੰ ਲੈ ਚੱਲੋ ਖੁਦਾ ਦਾ ਵਾਸਤਾ ਜੀ ਮੈਨੂੰ ਲੈ ਚੱਲੋ। ਓਏ ਬਸਤੀ ਵਾਲਿਓ ਇਹ ਜਮਾਲ ਹਲੀ ਤੇ ਕਰਨੀ ਆਇਆ। ਓਏ ਫੈਸਲੇ ਦੀ ਤਰੀਕ ਸੀ ਉਹ ਵਕੀਲ ਹਲ ਗਿਆ ਕਹਿੰਦਾ ਸੀ ਉੱਥੋਂ ਹੀ ਹਸਪਤਾਲ ਜਾਵਾਂਗੇ ਤੇ ਪ੍ਰਵੀਨ ਤੇ ਬਾਦਸ਼ਾਹ ਨੂੰ ਨਾਲ ਲੈਵਾਂਗੇ। ਇਹ ਫੈਸਲੇ ਦੀ ਤਰੀਕ ਕਦੋਂ ਹੈ? ਤੂੰ ਫੈਸਲਾ ਲੇਟ ਕਰਾਣਾ ਨਾ ਵੇ ਐਨੇ ਚੌਧਰੀ ਕਰਾਮਤ ਨੂੰ ਜਾ ਕੇ ਰਿਪੋਰਟ ਨਹੀਂ ਦੇਣੀ? ਲਾਲਚੀ ਇਨਸਾਨ ਨਾ ਹੋਵੇ ਤੇ। ਪਰ ਤੁਸੀਂ ਤੇ ਮੇਰੇ ਬੱਚਿਆਂ ਵਰਗੇ ਹੋ, ਤੁਸੀਂ ਵੀ ਮੈਨੂੰ ਤਾਨੇ ਦੇਣ ਦੇ। ਨਾ ਨਾ ਅਸੀਂ ਕਿਸੇ ਸੂਦਖੋਰ ਦੇ ਬੱਚੇ ਨਹੀਂ ਬੰਨਣਾ ਚਾਹੁੰਦੇ। ਤੂੰ ਸੂਦ ਲੈ ਸੂਦ। ਐਸਾ ਏ ਜ਼ਲੀਲ ਇਨਸਾਨ ਹੀ ਐਸਾ ਜ਼ਾਲਮ ਹੈ ਇਹਨੇ ਅੱਧੀ ਬਸਤੀ ਦੀਆਂ ਧੀਆਂ ਦੀਆਂ ਸ਼ਾਦੀਆਂ ਨਹੀਂ ਹੋਣ ਦਿੱਤੀਆਂ, ਉਹਨਾਂ ਦੇ ਘਰ ਉਜਾੜ ਦਿੱਤੇ ਨੇ। ਖੁਦਾ ਦਾ ਵਾਸਤਾ ਜੀ ਮੈਨੂੰ ਮਾਫ ਕਰ ਦਿਓ, ਮੈਨੂੰ ਲੈ ਚੱਲੋ। ਤੈਨੂੰ ਮਾਫ ਕਰ ਲਈ ਤੈਨੂੰ ਤਾਂ ਗੋਲੀ ਦਾ ਆਰਡਰ ਹੋ ਜਾਣਾ ਚਾਹੀਦਾ। ਉਹ ਗੋਲੀ ਕਿੰਨੇ ਮਾਰਨੀ ਹੈ? ਇਹਨੂੰ ਤੇ ਉਂਝ ਕਿਸੇ ਨੇ ਗੁਰਬਤ ਤੋਂ ਤੰਗ ਆ ਕੇ ਮਾਰ ਦੇਣਾ ਹੈ। ਤੂੰ ਪਤੀਲੀ ਚੋਂ ਕੋਸੇ ਸਾਰੇ ਭੁੱਖੇ ਬੈਠੇ ਹੋਣੇ ਨੇ। ਉਹ ਮੈਨੂੰ ਲੈ ਚੱਲੋ, ਮੈਂ ਰੋਟੀ ਨਹੀਂ ਖਾਵਾਂਗਾ। ਚੱਲ ਵੇ ਤੈਨੂੰ ਲੈ ਚੱਲੀਏ ਤਾਂ ਕਿ ਬਾਦਸ਼ਾਹ ਨੂੰ ਹਸਪਤਾਲੋਂ ਛੁੱਟੀ ਨਾ ਹੋ। ਮੈਂ ਛੁੱਟੀ ਕਰਵਾਵਾਂਗਾ, ਮੈਂ 3 ਸਾਲ ਸਕੂਲੇ ਲੱਗਾ ਰਿਹਾ, ਮੈਂ ਬੜੀ ਅੱਛੀ ਛੁੱਟੀ ਕਰਾਉਂਦਾ ਹੁੰਦਾ ਸੀ। ਕੀ ਚਾਹੁੰਦਾ ਤੂੰ? ਮੈਨੂੰ ਲੈ ਚੱਲੋ। ਕਿੱਥੇ? ਹਸਪਤਾਲ। ਅੱਲਾ ਲਜਾਏ। ਆ ਤੁਸੀਂ ਲੈ ਜਾਵੋ, ਅੱਲਾ ਲੈ ਜਾਏ, ਉਹ ਤੇ ਵਾਪਸ ਵੀ ਨਹੀਂ ਆਉਣ ਦਿੰਦਾ। ਵਿੱਚ ਕਿੱਥੇ ਜ਼ਰੂਰ ਪਾਈ ਤੇਰੀ ਖੈਰ ਹੋ ਗਈ। ਹਾਏ ਮੈਂ ਮਰ ਗਿਆ, ਮੈਨੂੰ ਲੈ ਚੱਲੋ। ਹਾਏ ਮੇਰੇ ਅੰਮਾ। ਓ ਚਾਚਾ। ਓ ਸਾਜੀ। ਹਾਏ ਕੌਣ ਮਰ ਗਿਆ ਤੁਹਾਡਾ? ਬੜੇ ਵਹਿਮ ਪਾ ਰਹੇ ਹੋ। ਓ ਸਾਥ ਕਿਆ, ਮੈਂ ਕੱਲਾ ਰਹਿ ਗਿਆ। ਓ ਸਾਜੀ ਫੇਰ ਕੀ ਹੋਇਆ? ਇਹ ਤੁਹਾਡਾ ਵਹਿਮ ਹੈ ਗਿਆ, ਬੰਦਾ ਜੰਮਦਾ ਵੀ ਕੱਲਾ ਤੇ ਮਰਦਾ ਵੀ ਕੱਲਾ ਜੇ। ਓ ਲਾਂਤੀਆ, ਮੈਂ ਕਦੋਂ ਕਿਹਾ ਤੁਸੀਂ ਚਾਰੇ ਭਰਾ ਇਕੱਠੇ ਜੰਮੇ ਸੋ? ਕੋਈ ਨਵੀਂ ਗੱਲ ਸੁਣਾ ਮੈਨੂੰ, ਮੈਨੂੰ ਤੇ ਹਾਏ ਮੇਰਾ ਕੋਈ ਨਹੀਂ ਰਿਹਾ। ਉਸਤਾਦ ਜੀ ਤੁਹਾਡਾ ਕੋਈ ਨਹੀਂ ਰਿਹਾ ਨਾ? ਬੰਦਿਆਂ ਨੂੰ ਖਰੀਦ ਕੇ ਆਪਣੇ ਨਾਲ ਲਾ ਲਓ, ਤੁਹਾਡੇ ਕੋਲ ਦੌਲਤ ਬਹੁਤ ਜ਼ਿਆਦਾ ਹੈਗੀ ਹੈ। ਓ ਨਾ ਮਰਾਦਾ ਤੂੰ ਵੀ। ਉਸਤਾਦ ਜੀ ਕਿਉਂ? ਮੈਂ ਬੰਦਾ ਨਹੀਂ, ਜੇ ਤੁਸੀਂ ਜਮਾਲ ਦੇ ਪੁੱਤਰ ਨੂੰ ਛੱਡ ਸਕਦੇ ਹੋ, ਪਰਿਵਾਰ ਦੀ ਧੀ ਨੂੰ ਛੱਡ ਸਕਦੇ ਹੋ, ਤੇ ਫਿਰ ਮੈਂ ਕੀ ਆ? ਉਸਤਾਦ ਕਿਆ, ਤੂੰ ਤੇ ਮੇਰਾ ਸ਼ਗੀਰ ਤੇ ਹੋਏ। ਉਸਤਾਦ ਜੀ ਮੈਂ ਤੁਹਾਡਾ ਸ਼ਗੀਰ ਜ਼ਰੂਰ ਹਾਂ, ਪਰ ਅੱਜ ਆਪਣੇ ਕਲੇਜੇ ਰੁਕ ਪਿਆ ਨਾ ਤਾਂ ਬੜੀਆਂ ਚੀਖਾਂ ਮਾਰ ਰਹੇ ਹੋ। ਉਸਤਾਦ ਕਿਆ, ਖੁਦਾ ਦਾ ਵਾਸਤੇ ਮੈਨੂੰ ਮੇਰੀ ਧੀ ਨੂੰ ਬਹਾ ਦੇ। ਉਸਤਾਦ ਜੀ ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਇਹ ਦੱਸਣ ਲਈ ਆਇਆ, ਉਹ ਤੁਹਾਡਾ ਯਾਰ ਨਾ ਚੌਧਰੀ ਕਰਾਮਤ, ਹਾਂ ਉਹ ਹਵੇਲੀ ਚੋਂ ਨਿਕਲ ਕੇ ਸਿੱਧਾ ਇੱਧਰ ਹੀ ਆ ਰਿਹਾ ਏ। ਉਹ ਨਾ ਮਰਾਦ, ਉਹਨੇ ਇੱਥੇ ਕੀ ਲੈਣ ਆਣ ਡਿਆ? ਉਹਨਾਂ ਨੂੰ ਕੀ ਕੰਮ ਪੈ ਗਿਆ ਮੇਰੇ ਨਾਲ? ਉਹ ਬੰਦਾ ਜਿਉਂਦਾ ਹੋਵੇ ਤੇ ਕੰਮ ਪੈ ਜਾਂਦਾ ਮੰਨਿਆ, ਤੇ ਮਰ ਜਾ ਨਾ ਜਿਉਂ। ਉਹ ਤੂੰ ਇਹ ਕੀ ਹਾਲ ਬਣਾਇਆ ਲਾਂਤੀਆ? ਉਹ ਖੈਰੂ ਕਲਾ ਮੇਰੀ ਬੱਚੀ ਨੂੰ ਚੁਕਵਾ ਕੇ ਮੈਨੂੰ ਪੁੱਛਣਾ ਮੈਂ ਕੀ ਹਾਲ ਬਣਾਇਆ? ਇਹ ਪ੍ਰਵੀਨ ਤੇ ਬਾਦਸ਼ਾਹ ਦਾ ਵਿਆਹ ਤੂੰ ਨਹੀਂ ਹੋਣ ਦਿੱਤਾ, ਸ਼ਹੀਦਾਂ ਤੇ ਜਮਾਲ ਦਾ ਵਿਆਹ ਤੂੰ ਨਹੀਂ ਹੋਣ ਦਿੱਤਾ, ਉਹ ਮੈਨੂੰ ਪੁੱਛਣਾ ਮੈਂ ਕੀ ਹਾਲ ਬਣਾਇਆ? ਦੂਰ ਹੋ ਜਾ ਮੇਰੀਆਂ ਨਜ਼ਰਾਂ ਤੋਂ, ਅੱਜ ਤੋਂ ਬਾਅਦ ਮੈਂ ਬਸਤੀ ਵਾਲਿਆਂ ਦੇ ਨਾਲ ਆ। ਪਰ ਬਸਤੀ ਵਾਲਾ ਤੇਰੇ ਨਾਲ ਨਹੀਂ? ਉਹ ਨਾ ਮੇਰੇ ਨਾਲ ਹੋਣ, ਮੈਂ ਨਾਲ ਨਾਲ ਹੀ ਰਹਿਣਾ। ਮੈਂ ਤੈਨੂੰ ਇੰਨਾ ਕੁ ਇਸਤੇਮਾਲ ਕੀਤਾ ਹੈ ਕਿ ਮਾਤਾ ਦਮ ਤੱਕ ਬਸਤੀ ਵਾਲੇ ਤੇਰਾ ਇਤਬਾਰ ਨਹੀਂ ਕਰਨਗੇ। ਤੇ ਰਹੀ ਗੱਲ ਪ੍ਰਵੀਨ ਦੀ, ਉਹਨੂੰ ਮੈਂ ਨਹੀਂ ਚੁਕਵਾਇਆ, ਉਹ ਖੈਰੂ ਦੀ ਮਰਜ਼ੀ ਸੀ। ਖੈਰੂ ਕੱਲਾ ਨਹੀਂ ਸੀ ਚੱਕ ਸਕਦਾ, ਤੂੰ ਹੱਥ ਪਵਾਇਆ ਤੇ ਚੱਕੀ ਗਈ ਆ। ਉਹ ਖੈਰੂ ਨੇ ਇਹ ਕੰਮ ਉਦੋਂ ਕੀਤਾ ਜਦੋਂ ਮੈਂ ਉਹਨੂੰ ਛੱਡ ਚੁੱਕਿਆ ਸਾਂ। ਉਹ ਬਾਦਸ਼ਾਹ ਨੇ ਖੈਰੂ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ, ਉਹ ਹਸਪਤਾਲ ਹੈ ਜ਼ਖਮੀ, ਉਹਨੂੰ ਫਾਂਸੀ ਹੋਵੇਗੀ। ਫਾਂਸੀ? ਆਹੋ, ਤੇਰੇ ਪੁੱਤਰ ਜਮਾਲ ਨੇ ਕੈਸਾ ਨੇ ਇਨਕਾਰ ਕੀਤਾ, ਬਿਆਨ ਤੇ ਅਦਾਲਤ ਨੂੰ ਸੁਣਾ ਦਿੱਤਾ, ਪਰ ਮੈਂ ਜ਼ਮਾਨਤ ਕਰਾ ਲਈ ਹੈ ਕਿਉਂਕਿ ਨਸ਼ੇ ਦਿੱਤੇ ਹੋਏ ਬਿਆਨ ਦੀ ਕੋਈ ਅਹਿਮੀਅਤ ਨਹੀਂ, ਤੇ ਹੋ ਸੀ ਚੰਦ ਤੋਂ ਬਾਅਦ ਉਹ ਮੇਰੇ ਖਿਲਾਫ਼ ਬਿਆਨ ਨਹੀਂ ਦੇ ਸਕੇਗਾ। ਜੇ ਉਹਨੇ ਮੇਰੇ ਖਿਲਾਫ਼ ਬਿਆਨ ਦੇਣ ਦੀ ਕੋਸ਼ਿਸ਼ ਕੀਤੀ ਤੇ ਮੇਰੇ ਬੰਦਿਆਂ ਨੂੰ ਕਤਲ ਕਰ ਦੇਣਗੇ। ਉਹ ਇਹਨਾਂ ਕੀ ਕਤਲ ਕਰਨਾ ਨਾ ਮਰਾਦਾ, ਛਰਿਆਂ ਵਾਲੀਆਂ ਬੰਦੂਕਾਂ ਚੁੱਕੀ ਫਿਰਦੇ ਆ। ਚੱਲ ਜਾ, ਦੂਰ ਹੋ ਜਾ ਮੇਰੀਆਂ ਨਜ਼ਰਾਂ ਤੋਂ, ਨਾ ਮਰਾਦ ਵੱਡਾ ਚੌਰੀ ਬਣੇ ਆ, ਮਾਚਸ ਕੋਲ ਕੋਈ ਨਹੀਂ ਸਿਗਰਟ ਲਾਉਣ ਵਾਸਤੇ ਲਾਂਤੀ ਕੋ। ਚੱਲ ਜਾ ਦੌੜ ਜਾ ਇੱਥੋਂ। ਓਏ ਉਹ ਬੰਦੇ ਦਾ ਪੁੱਤਰ ਬਾਣਾ ਤੂੰ ਵੀ? ਉਹ ਚੱਲ ਜਾ ਦੌੜ ਜਾ ਕੇ ਲਾਲੀਆਂ 'ਚ ਜੰਤਰੀਆਂ ਵੇਚ, ਚੱਲ ਦੌੜ। ਪਤਾ ਲੱਗੇਗਾ ਚੌਧਰੀ। ਓਏ ਆ ਬਈ ਚੌਧਰੀ। ਉਹ ਬਾਦਸ਼ਾਹ ਬਹਾਦਰ ਆਦਮੀ ਹੈ ਬਈ। ਕਾਹਦਾ ਬਹਾਦਰ ਆ? ਮੈਂ ਤੈਨੂੰ ਪੱਟੀਓਂ ਪੈ ਗਿਆ। ਓਏ ਖੈਰੂ ਨੂੰ ਗ੍ਰਿਫਤਾਰ ਕਰਾ ਕੇ ਇੱਕ ਵੱਡਾ ਕੰਮ ਕੀਤਾ ਤੂੰ, ਮੈਂ ਉਸ ਕੰਮ ਤੋਂ ਖੁਸ਼ ਹੋ ਗਿਆ, ਤੈਨੂੰ 5,000 ਰੁਪਏ ਦਾ ਇਨਾਮ ਦੇ ਰਿਹਾ। ਗੱਲ ਸੁਣ ਚੌਧਰੀ, ਤੈਨੂੰ ਤੇ ਪਤਾ ਹੀ ਹੈ ਕਿ ਬਾਦਸ਼ਾਹ 'ਚ ਇੱਕੋ ਹੀ ਸਿਫਤ ਹੈ ਕਿ ਉਹ ਕਦੀ ਵਿਕਿਆ ਨਹੀਂ। ਐਲਾ ਫੜ ਆਪਣੇ 5,000, ਜੇ ਕੋਈ ਇਨਾਮ ਹੀ ਦੇਣੇ ਤੇ ਇਹਨਾਂ ਗਰੀਬਾਂ ਦਾ ਕੇਸ ਵਾਪਸ ਲੈ ਤਾਂ ਕਿ ਆਪਣੇ ਆਪਣੇ ਘਰਾਂ 'ਚ ਬੈਠਣ। ਉਹ ਫੈਸਲੇ ਦੀ ਘੜੀ ਹੈ ਨੀ, ਕੱਲ ਏ ਤੇ ਕੱਲ ਆਣਾ। ਅੱਜ ਕੀ ਏ? ਚੱਲ ਜਾ ਇੱਥੋਂ ਚੌਧਰੀ ਅਜ਼ੀਜ਼ ਮੀਆਂ ਨਾ ਹੋਵੇ ਤੇ। ਉਹ ਮੈਂ ਤੁਹਾਨੂੰ ਆਖਰੀ ਆਫਰ ਦੇਣ ਆਇਆ। ਕਾਦੀ ਇਸ ਜਗ੍ਹਾ ਦੀ ਕੀਮਤ ਲੈ ਲਓ ਤੇ ਇਹਨੂੰ ਖਾਲੀ ਕਰ ਦਿਓ। ਵਜਾ ਮੈਂ ਇੱਥੇ ਕਾਰਖਾਨਾ ਲਾਣਾ। ਲੈ ਕਾਰਖਾਨਾ ਲਾਣਾ, ਸਿਗੜ ਲੱਗਦਾ ਨਹੀਂ, ਕਾਰਖਾਨਾ ਲਾਣਾ।
ਔਰ ਥਾ ਕਾਰੋ ਵੱਡਿਆ ਚੌਧਰੀਆ ਕਾਰਖਾਨਾ ਲਾਣਾ ਤੂੰ ਕੀ ਸਮਝਣਾ ਤੇਰੇ ਕਾਰਖਾਨੇ ਆਤੇ ਸੀ ਰਿਆਸ਼ੀ ਜਗਾ ਦੇ ਦਈਏ ਆਪਣੀ ਸ਼ਾਬਾਸ਼ ਚਾਚਾ ਚਾਚਾ ਪਹਿਲਾ ਪਹਿਲਾ ਓ ਯਾਰ ਉਹਨੇ ਕੀ ਕਰਨਾ ਪੈਣਾ ਇਧਰ ਵੱਡਾ ਬੁਲਡੌਗ ਛੱਡੋ ਜਾਂ ਕੰਮ ਕਰ ਜਾ ਕੇ ਆਪਣਾ ਓ ਮੇਰਾ ਨਾਂ ਚੌਧਰੀ ਕਰਾਮਤ ਹੈ ਇਹ ਪਤਾ ਨਹੀਂ ਕਿਸ ਲਾਂਤੀ ਨੇ ਰੱਖਿਆ ਮੈਨੂੰ ਕੀ ਆਣਾ ਤੁਸੀਂ ਜਗ੍ਹਾ ਨਹੀਂ ਖਾਲੀ ਕਰਨੀ ਨਹੀਂ ਕਰਦੀ ਨਹੀਂ ਕਰਨੀ ਨਹੀਂ ਨਵਾਂ ਬੰਦਾ ਲੈ ਕੇ ਆ ਜਾ ਨਾ ਬੰਦਾ ਲੈ ਕੇ ਫੈਸਲੇ ਦੀ ਤੇਰੀ ਕੱਲ ਹੈ ਅੱਜ ਨਹੀਂ ਚਲੋ ਕੁੜੀਆਂ ਸਾਡੇ ਘਰ ਚਲੋ ਚਲੋ ਕੁੜੀਆਂ ਚਲੋ ਯਾਰ ਇਕੱਠੇ ਹੋਏ ਨੇ ਚਲੋ 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 ਹਾਂ ਕੀ ਹੈ ਪਰਾ ਮਾਰ ਲਾਂਤੀ ਲਾਲ ਬਹਾਦਰ ਬੱਟ ਹੁਣ ਤੁਸੀਂ ਆਰਾਮ ਕਰੋ ਮੰਤਰੀ ਜੀ ਆਰਾਮ ਕਰੋ ਕੋਈ ਹੱਥ ਮਿਲਾ ਲਵੋ ਚਲੋ ਤੇਰੇ ਨਾਲ ਕਿਹੜਾ ਹੱਥ ਮਿਲਾਵੇ ਹਰ ਕਿਸੇ ਨੇ ਤੂੰ ਹੱਥ ਕੀਤਾ ਅੱਜ ਮੈਂ ਬੜਾ ਖੁਸ਼ ਹਾਂ ਕਿਉਂ ਸਾਰਾ ਹੀ ਸੂਤ ਇੱਕੋ ਵਾਰੀ ਲੱਭ ਪਿਆ ਹੁਣ ਅੱਜ ਮੈਂ ਆਪਣੀ ਬੱਚੀ ਦੀ ਸ਼ਕਲ ਵੇਖ ਲਈ ਆ ਸ਼ੁਕਰ ਹੈ ਜਿੰਦਾ ਔਰ ਵੋਟੀ ਬਣੀ ਬੜੀ ਸੋਹਣੀ ਲੱਗਣ ਡਈ ਸੀ ਸੋਹਣੀ ਲੱਗਦੀ ਸੀ ਬਾਦਸ਼ਾਹ ਨੂੰ ਭਾਗ ਜੀ ਸਾਨੂੰ ਕੀ ਤੂੰ ਬੜਾ ਲਾਂਤੀ ਆਦਮੀ ਪਹਿਲਾਂ ਤੂੰ ਸੋਹਣੀ ਤੇ ਅੱਖ ਰੱਖੀ ਸੀ ਹੁਣ ਤੂੰ ਉਹਦਾ ਡਰਾਈਵਰ ਹੋ ਗਿਆ ਉਹ ਨਹੀਂ ਜਨਾਬ ਅਲੀ ਪਹਿਲੋਂ ਅਸੀਂ ਨਸ਼ਾ ਧੋਤੇ ਰਹਿੰਦੇ ਸਾਂ ਸੁਰਤ ਕੋਈ ਨਹੀਂ ਹੁੰਦੀ ਇਸੇ ਵਾਸਤੇ ਤੇ ਨਸ਼ਾ ਮਨਾ ਕਿ ਬੰਦੇ ਨੂੰ ਆਪਣੀ ਸੁਰਤ ਨਹੀਂ ਰਹਿੰਦੀ ਹੁਣ ਜਦੋਂ ਦਾ ਅਸੀਂ ਲਾਂਤ ਨੂੰ ਛੱਡਿਆ ਅਸੀਂ ਇਸ਼ਕ ਵੀ ਛੱਡਿਆ ਕੰਮ ਕਰਨ ਡਿਆ ਹਾਲਾਂਕਿ ਮੈਨੂੰ ਨੌਕਰੀ ਆਫਰ ਕੀਤੀ ਆਲੇ ਹੈਦਰ ਨੇ ਆਪਣੇ ਸਖੀ ਸਰਵਰ ਵੱਟ ਨਹੀਂ ਮੁੰਡਾ ਆਪਣਾ ਉਹਨੇ ਮੈਨੂੰ ਨੌਕਰੀ ਕਿਹਾ ਜੀ ਸਾਡੇ ਕੋਲ ਆਇਆ ਇਸ਼ਤਿਆਕ ਨੇ ਕਿਹਾ ਤੇ ਹੀਰੋ ਨੇ ਸਾਰਿਆਂ ਨੇ ਸਜਾਦ ਮੈਂ ਨਹੀਂ ਕਿਸੇ ਕੋਲ ਨੌਕਰੀ ਕੀਤੀ ਆਪਣੇ ਮੈਨੂੰ ਸੱਦਾ ਆਇਆ ਆਪਣੇ ਉਹ ਮੂਵੀ ਕਰਾਫਟਰ ਨਹੀਂ ਸ਼ਾਹਿਦ ਮੂਵੀ ਕਰਾਫਟਰ ਉਹ ਦੱਸਰ ਮੁੰਡਾ ਉਹ ਕਹਿੰਦਾ ਸਾਡੇ ਕੋਲ ਨੌਕਰੀ ਕਰ ਲੈ ਮੈਂ ਕਿਹਾ ਨਾ ਜੀ ਓਕੇ ਵੀਡੀਓ ਵਾਲੇ ਮੈਂ ਕਿਹਾ ਨਾ ਬਈ ਮੈਂ ਨਹੀਂ ਨੌਕਰੀ ਕਰਨੀ ਮੈਂ ਕਿਹਾ ਹਿੱਕ ਤੇ ਮੁੰਗ ਦਲਣੀ ਆ ਨੌਕਰੀ ਕਰਨੀ ਆ ਤੇ ਸੋਹਣੀ ਨਹੀਂ ਕਰਨੀ ਆ ਬਸ ਤਨਖਾਹਾਂ ਮਿਲਣ ਦੀਆਂ ਤਨਖਾਹ ਨਾ ਮਿਲੇ ਨੌਕਰੀ ਤੇ ਕਰਨ ਡਏ ਆ ਨਾ ਲਾਂਤੀਆਂ ਲੱਗਦਾ ਚੰਗੇ ਪੈਸੇ ਮਿਲਣ ਡਏ ਆ ਸਿੱਧਾ ਲੈਦਰ ਕਲੱਬ ਪੈਨੋਰਾਮਾ ਹੀ ਤੁਰ ਕੇ ਆ ਹੋਈ ਤੇਰੇ ਸਦਕੇ ਜਾਵਾਂ ਦੂਸਰੀ ਪੌੜੀ ਉਤਰਦਿਆਂ ਸੱਜੇ ਹੱਥ ਅੱਛਾ ਮੈਂ ਕਹਿੰਦਾ ਵੈਰਾਇਟੀ ਆਈ ਆ ਮੈਨੂੰ ਤੇ ਜਿੰਨੀਆਂ ਤਨਖਾਹਾਂ ਮਿਲੀਆਂ ਮੈਂ ਤੇ ਇਹੋ ਜਿਹੀਆਂ ਜੀਆਂ ਉੱਥੋਂ ਲਈ ਆਉਣ ਡਿਆ ਅੱਗੇ ਭਾਈ ਪਾਲਾ ਆਉਣ ਡਿਆ ਮੈਂ ਕਿਹਾ ਕਿਸੇ ਤਰੀਕੇ ਨਾਲ ਕੱਢਣਾ ਹੀ ਆ ਰਵੇ ਕਰ ਸੁਣ ਸੋਹਣੀ ਅੱਗੇ ਮੇਰੀਆਂ ਤਰੀਫਾਂ ਕਰਿਆ ਕਰ ਤੈਨੂੰ ਮੈਂ ਵੀ ਲਿਆ ਕੇ ਦਿਆਂਗਾ ਇੱਕ ਜੈਕਟ ਇੱਕ ਲਿਆ ਕੇ ਦੇਵਾਂਗਾ ਦੋ ਲਿਆ ਦੇ ਦੋ ਤਰੀਫਾਂ ਕਰਾਂਗਾ ਫਿਰ ਚਲੋ ਠੀਕ ਹੈ ਠੀਕ ਆ ਤੇਰੀ ਮਿਹਰਬਾਨੀ ਮੈਂ ਇਹੋ ਜੀ ਕਰਾਂਗਾ ਤੇਰੀ ਤਰੀਫ ਵੀ ਉਹਨੇ ਤੇਰੇ ਸਿਰ ਤੇ ਕਮਾਲ ਨਹੀਂ ਰਹਿਣ ਦੇਣਾ ਪਿਆਰ ਨਾ ਪਿਆਰ ਨਾ ਤੇਰੀਆਂ ਗੱਲਾਂ ਤੇ ਕਰਦੀ ਹੋਣੀ ਆ ਕਰਦੀ ਸੀ ਕੀ ਕਹਿੰਦੀ ਭਈ ਉਹ ਕਹਿੰਦੀ ਸੀ ਭਈ ਮੈਂ ਆਪਣੀ ਮਾਂ ਨੇ ਜੋ ਮੈਨੂੰ ਕਿਹਾ ਮੈਂ ਤੇ ਉਹ ਮੰਨਣਾ ਇਹਦਾ ਮਤਲਬ ਹੈ ਹਾਜ਼ਰਾਂ ਵਾਲਾ ਤੀਰ ਨਿਸ਼ਾਨੇ ਤੇ ਵੱਜਾ ਹਾਂ ਤੀਰ ਉਹਦਾ ਜਿਹੜਾ ਢਿੱਲਾ ਜਿਹਾ ਸੀ ਮਗਰ ਬੈਠਾ ਨਿਸ਼ਾਨੇ ਤੇ ਹੀ ਆ ਵਾਹੀ ਵਾਹ ਲਾਹੌਰ ਮੈਂ ਮੇਰਾ ਖਿਆਲ ਹੈ ਸੋਹਣੀ ਮੰਨ ਜੋ ਮੇਰੇ ਪਿਆਰ ਇਹ ਸੋਹਣੀ ਮੰਨੀ ਮੰਨੀ ਮੇਰਾ ਖਿਆਲ ਆ ਵੀ ਸੋਹਣੀ ਗੱਲਾਂ ਕਰਦੀ ਸੀ ਇੱਕ ਦਿਨ ਕੀ ਆਂਦੀ ਉਹ ਕਹਿੰਦੀ ਸੀ ਦਫਾ ਕਰੋ ਉਹਦਾ ਵੀ ਕੋਈ ਨਾਂ ਲੈਣਾ ਛੱਡੋ ਸਵੇਰੇ ਸਵੇਰੇ ਕੀ ਨਾਂ ਲੈਣਾ ਉਹਦਾ ਯਾਰ ਉਹਦੇ ਨਾਲ ਮੇਰੀਆਂ ਉਹਦੇ ਸਾਹਮਣੇ ਮੇਰੀਆਂ ਤਰੀਫਾਂ ਕਰਿਆ ਕਰ ਅੱਛਾ ਤੇ ਉਹਨੂੰ ਆਖਿਆ ਕਰ ਕਿ ਛੇਤੀ ਮਰਿਆ ਕਰ ਹਾਂ ਮੈਂ ਉਹਨੂੰ ਕਿਹਾ ਕਿਹਾ ਸੀ ਤੂੰ ਯਹਾਂ ਕਿਆ ਕਰ ਰਹੀ ਹੋ ਮੈਂ ਜੀ ਇੱਥੇ ਇਕੱਲੇ ਨੇ ਕੀ ਕਰਦੇ ਸੀ ਤੂੰ ਜਾਓ ਔਰ ਮੇਰੀ ਚਿੱਟੀ ਗੱਡੀ ਕੋ ਸਰਫ ਮਾਰ ਕੇ ਚੰਗੀ ਤਰ੍ਹਾਂ ਮਾਂਜੋ ਅੱਲਾ ਤੁਹਾਡੀਆਂ ਸ਼ਾਨਾ ਹੋਰ ਵਧਾਵੇ ਜੀ ਗੱਡੀਆਂ ਦੇ ਸਰਫ ਵੱਜਣ ਡਿਆ ਆ ਕਦੀ ਇਹ ਵਕਤ ਸੀ ਸ਼ਲਵਾਰ ਕਮੀਜ਼ ਤੋਂ ਉਹਨੂੰ ਸਾਬਣ ਨਹੀਂ ਸੀ ਲੱਭਦਾ ਛਾਤੀ ਹੋ ਗਈ ਕੀ ਬਾਤ ਹੈ ਕੀ ਗੱਲ ਹੈ ਕਰੋੜਾਂ ਰੁਪਈਆ ਕੋਲੇ ਖੰਗੂਰਾ ਵੀ ਨਾ ਮਾਰੀਏ ਕਿਸੇ ਬੇਵਾ ਦਾ ਨਾ ਕਰ ਦਵੋ ਚੰਗੀ ਗੱਲ ਹੈ ਬੇਬੇ ਅੰਦਰ ਹੈ ਮੈਂ ਭੇਜ ਰਹੀ ਹਾਂ ਹੁਣ ਕੀ ਤਕਲੀਫ ਹੋ ਗਈ ਆਪਣੇ ਵੱਲੋਂ ਮੁਤਾਸਰ ਕਰਦੇ ਪਏ ਜੇ ਮੈਂ ਬੁੱਢੀਆਂ ਤੋਂ ਮੁਤਾਸਰ ਨਹੀਂ ਹੁੰਦੀ ਅੱਛਾ ਬੁੱਢੀਆਂ ਤੋਂ ਮੁਤਾਸਰ ਨਹੀਂ ਹੁੰਦੀ ਖੰਘ ਨਾਲ ਬੋੜ ਜਾਨੀ ਤੇਰੀ ਖੈਰ ਹੋਵੇ ਸਦਕੇ ਜਾਵਾਂ ਤੇਰੇ ਇਹ ਉੱਠ ਕੇ ਬੈਠੋਗੇ ਸਾਰਾ ਡਰਾਮਾ ਤਕਾ ਲਿਤਾ ਜੀ ਤੁਸੀਂ ਕੀ ਹਾਲ ਹੈ ਤੇਰਾ ਹਾਂ ਠੀਕ ਹੈ ਬੜੀ ਸ਼ਰੀਰ ਲੜਕੀ ਹੈ ਤੂੰ ਤੇਰੀ ਵਾਲਦਾ ਨਾਲ ਇੱਕ ਗੱਲ ਕਰਨੀ ਸੀ ਮੈਂ ਉਹਨਾਂ ਨੂੰ ਭੇਜਣੀ ਹੈ ਉਹਨਾਂ ਨਾਲ ਗੱਲ ਕਰਨੀ
ਗੱਲ ਤੁਹਾਡੀ ਕਰਨੀ ਸੀ ਤੁਹਾਡੀ ਨਾਲ ਹੀ ਕਰ ਲਈ। ਅੱਛਾ ਅੱਛਾ ਹੁਣ ਮੈਨੂੰ ਯਾਦ ਆਇਆ ਤੁਸੀਂ ਫੈਸਲੇ ਦੀ ਗੱਲ ਕਰਨੀ ਹੈ ਨਾ, ਹੁਣ ਗੱਲ ਕੁਛ ਨਹੀਂ ਹੋ ਸਕਦੀ ਕਿਉਂਕਿ ਗੱਲ ਇੱਥੋਂ ਤੱਕ ਪਹੁੰਚ ਗਈ। ਇਹ ਤੇਰੀ ਮੇਰੀ ਗੱਲ ਵੀ ਉੱਥੋਂ ਤੱਕ ਪਹੁੰਚ ਗਈ, ਕੀ ਮਤਲਬ ਹੈ? ਛਾਤੀ ਕਰਾ ਲੈ ਤੇਰੀ ਮਿਹਰਬਾਨੀ। ਮੈਂ ਤੇਰੀ ਪ੍ਰਵੀਨ ਦੀ ਉਮਰ ਜਿਹੜੀਆਂ ਬਕਵਾਸ ਬੰਦ ਤੇ ਉਮਰ ਦਾ ਵਿਆਹ ਨਾਲ ਕੀਤਾ ਲੱਗੇ। ਜਿਹੜਾ ਤੁਸੀਂ ਜਵਾਨ ਲੜਕੀਆਂ ਨੇ ਬਜ਼ੁਰਗਾਂ ਦੇ ਖਿਲਾਫ ਮੁਹਿੰਮ ਚਲਾਈ, ਇਹ ਨਾ ਬਹੁਤ ਬੁਰੀ ਗੱਲ। ਹੁਣ ਕਿਸੇ ਬਾਬੇ ਦੀ ਮਾਈ ਮਰ ਜੇ ਤੇ ਉਹ ਵਿਚਾਰਾ ਹੁਣ 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 ਸਾਰੀ ਜ਼ਿੰਦਗੀ ਸੁੱਖ ਨਾਲ ਗੁਜ਼ਾਰੇਂਗੀ। ਨੀ ਕੱਟੀ ਤੇਰੇ ਕੋਲ, ਪੈਸਾ ਤੇਰੇ ਕੋਲ, ਕੋਠੀ ਤੇਰੇ ਕੋਲ, ਜਨਰਲ ਸਟੋਰ ਵੀ ਜੀ, ਸਾਰੀ ਜਾਇਦਾਦ ਗਿਣਾ ਹੋ ਜਾ। ਨਹੀਂ ਬੇਬੇ ਨਹੀਂ, ਤੈਨੂੰ ਮੇਰੀ ਜਵਾਨੀ ਤੇ ਮੇਰੇ ਜਜ਼ਬਾਤ ਦਾ ਸੌਦਾ ਕਰਨ ਦਾ ਕੋਈ ਹੱਕ ਨਹੀਂ। ਇਹ ਨਹੀਂ ਸੌਦਾ ਕਰਨ ਦੇ, ਮੈਂ ਕੋਲੋਂ ਕਰਾਉਣ ਦੇ ਆ। ਨਹੀਂ ਉਹ ਨਿਸਾਰ, ਉਹ ਨਿਸਾਰ ਇੱਕ ਕਲਰਕ ਨਹੀਂ, ਉਹ ਤੈਨੂੰ ਦੇ ਕੀ ਦੇਵੇਗਾ? ਆ ਕਲਰਕ ਆਦਮੀ ਨਾ ਮਰਾਦ, 800 ਰੁਪਈਆ ਤਨਖਾਹ ਉਹਦੀ, ਘਰ ਪਹੁੰਚਣ ਤੱਕ 50 ਰੁਪਈਏ ਜੇਬ ਚ ਰਹਿ ਜਾਣ। 150 ਦੀ ਤੁਹਾਡੀ ਸੁਰਖੀ ਆਉਂਦੀ ਹੈ, 100 ਨਾਲ ਦੇ ਕੋਲੋਂ ਫੜ ਕੇ ਲਾਓ ਕਰੋਗੀ? ਸਾਡੇ ਨਾਲ ਸ਼ਾਦੀ ਕਰੋ, 2 ਦਰਜਨ ਸੁਰਖੀਆਂ, ਵੱਖਰੇ ਵੱਖਰੇ ਕਲਰ, ਉਤਲਾ ਬੋਲ ਲਾਲ ਕਰ ਲਓ, ਥੱਲੇ ਵਾਲਾ ਪੀਲਾ ਕਰ ਲਓ। ਵਾਹ ਬੇਬੇ, ਬੇਬੇ ਮੇਰੀ ਗੱਲ ਸੁਣ। ਲੋਕੀ ਕਹਿਣ ਵਾਹ ਰੇ ਵਾਹ, ਉਤੋਂ ਆਲੂ ਬਾਰਾ ਖਾਧਾ, ਇਧਰੋਂ ਅੰਬ ਖਾਧਾ, ਮੌਜਾਂ ਲੱਗੀਆਂ। ਬੇਬੇ ਜਵਾਨੀ ਬਾਰ ਬਾਰ ਨਹੀਂ ਆਉਂਦੀ। ਇਹ ਗੱਲ ਵੈਸੇ ਬੱਚੀ ਠੀਕ ਕਰਦੀ ਹੈ ਜੀ, ਇਹਨੇ ਉਹਨੇ ਧੱਕਾ ਦਿੱਤਾ ਤੇ ਮੈਨੂੰ ਵੀ ਅਹਿਸਾਸ ਹੋਇਆ ਜੀ। ਮੈਨੂੰ ਤੁਸੀਂ ਦੋਵੇਂ, ਮੈਂ ਠੀਕ ਆ, ਮੈਂ ਖੁਸ਼ ਆ, ਤੁਸੀਂ ਦੋਵੇਂ ਕਰ ਲੋ। ਦੇਖੋ ਕਰੋੜਾਂ ਦੀ ਗੱਲ ਹੋਣ ਡਈ ਏ, ਔਰ ਸਾਡੇ ਹੱਥ ਕੀ ਫੜਾਉਣ ਡਏ ਨੇ? ਦੱਸੋ ਬੇਬੇ, ਨਹੀਂ ਗੁੱਤ ਪੁੱਟ ਕੇ ਤੇਰੇ ਹੱਥ 'ਚ ਫੜਾ ਦਿਆਂਗੇ। ਇਹਦੇ ਹੱਥ 'ਚ ਨਾ ਫੜਾਣਾ, ਮੈਨੂੰ ਫੜਾਣਾ, ਮੈਂ ਜੂਆਂ ਕਰਦਾ ਰਹਾਂਗਾ ਬੈਠ। ਬੇਬੇ ਆਪਾਂ ਨਹੀਂ, ਚੱਲ ਤੂੰ ਵੱਡੀ ਛਮਕ ਛੱਲਾ ਆਈ ਮੈਨੂੰ ਕੁਝ ਦੱਸਣ ਵਾਲੀ, ਚੱਲ ਵੇ ਮੰਨਿਆ, ਵੇਖਣੀ ਆ ਕਿੰਨੀ ਮਾਰਦੀ ਨੀ ਤੂੰ। ਜਾ ਪਰੇ, ਉਹ ਚੱਲ ਜਾ ਕੰਮ ਕਰ, ਉਹ ਵੱਡੀਆਂ ਪਾਰਟੀਆਂ ਸਾਡੇ ਨਾਲ ਨੇ। ਮੈਂ ਕਿਹਾ ਜ਼ਿਆਦਾ ਨਾ ਰੋਵੋ, ਥੋੜਾ ਜਿਹਾ ਰੋਣਾ ਬਚਾ ਲਵੋ, ਫਿਰ ਵਿਆਹ ਵਾਲੇ ਦਿਨ ਵੀ ਇਹੋ ਸਿਆਪਾ ਵਿਆਹ ਹੁੰਦਾ ਜੀ। ਰੋਂਦੀ ਰਹਿਸਲ ਕਰ ਰਹੀ ਹੈ ਜਾਂ ਸੱਚੀ ਮੁੱਚੀ ਅੱਖਾਂ ਜਾਂ ਤੂੰ? ਤੈਨੂੰ ਕੀ ਲੱਗੇ? ਤੈਨੂੰ ਕੀ ਲੱਗੇ? ਨਾ ਤੇਰੇ ਰੋਣ ਦਾ ਪਤਾ ਲੱਗਦਾ, ਨਾ ਤੇਰੇ ਹੱਸਣ ਦਾ ਪਤਾ ਲੱਗਦਾ। ਓ ਬੇਬੇ, ਮੇਰਾ ਵਿਆਹ ਮੰਨੇ ਨਾਲ ਕਰਨਾ ਚਾਹੁੰਦੀ ਏ। ਤੇਰਾ ਵਿਆਹ ਮੰਨੇ ਨਾਲ ਕਰਾਉਣਾ ਚਾਹੁੰਦੀ? ਕਰਾ ਲਾ, ਮੈਂ ਫਿਰ ਬਾਅਦ ਚ ਕਰਾ ਲਾਂਗਾ। ਵੇ ਤੂੰ ਤਾਂ ਮੇਰਾ ਪਿਆਰ ਕਰਨਾ ਏ। ਦੁਨੀਆ 'ਚ ਪਿਆਰ ਹੀ ਨਹੀਂ ਸਾਰਾ ਕੁਛ ਹੈਗਾ, ਸਮਝੀਏ? ਮੇਰੇ ਪਿਓ ਦੇ ਸਿਰ ਤੇ ਕਾਫੀ ਸਾਰਾ ਕਰਜ਼ਾ ਹੈ, ਮੈਂ ਪਹਿਲਾਂ ਉਹ ਲਾਵਾਂਗਾ, ਫਿਰ ਕੁਛ ਸੋਚਾਂ ਨਾ ਵਿਆਹ ਮੁਤਲਕ। ਭਾਵੇਂ ਉਹਨਾਂ 'ਚ ਮੇਰੀ ਜਾਨ ਨਿਕਲ ਜਾਵੇ। ਜਾਨ ਨਹੀਂ ਨਿਕਲਦੀ ਤੇਰੀ, ਤੂੰ ਚੰਗੀ ਭਲੀ ਹੁਣ ਫਨਕਾਰਾ ਬਣ ਗਈ ਹੈ, ਠੀਕ ਠਾਕ ਕੱਪੜੇ ਪਾਉਣੀ ਪਈ ਹੈ, ਜਿਹਦੇ ਨਾਲ ਮਰਜ਼ੀ ਵਿਆਹ ਕਰਾ। ਇਹਦਾ ਮਤਲਬ ਇਹ ਵੇ ਕਿ ਤੇਰਾ ਪਿਆਰ ਕਰਕੇ ਮੈਂ ਬਹੁਤ ਵੱਡੀ ਭੁੱਲ ਕੀਤੀ ਹੈ। ਇੱਕ ਭੁੱਲ ਸਾਡੇ ਕੋਲੋਂ ਵੀ ਹੋਈ ਸੀ ਜੀ, ਅਸੀਂ ਵੀ ਤੁਹਾਡੇ ਨਾਲ ਪਿਆਰ ਕਰ ਬੈਠੇ ਸਾਂ, ਮੈਂ ਕਿ ਮੈਂ ਉਹਨੇ ਠੁੱਡੇ ਮਾਰ ਕੇ ਕੱਢਦਾ ਸਾਨੂੰ, ਵੀ ਜੇ ਇਹੋ ਜਿਹਾ ਗੰਦ ਪਾਉਣਾ ਤਾਂ ਨਿਕਲ ਇੱਥੋਂ, ਤੇ ਤੁਸੀਂ ਸਾਨੂੰ ਘਾ ਹੀ ਨਹੀਂ ਪਾਇਆ। ਇਹ ਆਖਰੀ ਵਾਰੀ ਮੇਰੇ ਕੋਲ ਤੁਹਾਡੀ ਨੌਕਰੀ ਨਹੀਂ ਹੁੰਦੀ ਜਨਾਬ, ਇਹ ਰੋਜ਼ ਵੇਖ ਵੇਖ ਕੇ ਤੁਹਾਨੂੰ ਤਰਸਿਆ ਨਹੀਂ ਜਾਂਦਾ ਮੇਰੇ ਕੋਲੋਂ, ਇਹ ਆਖਰੀ ਮੇਰਾ ਮਾਹੀਆ ਕਬੂਲ ਕਰੋ। ਗੰਨਿਆਂ ਵਿੱਚ ਰਸ ਕੋਈ ਨਾ, ਗੰਨਿਆਂ ਵਿੱਚ ਰਸ ਕੋਈ ਨਾ, ਮੈਂ ਸਿਰਫ
इतला देनी सी गन्या विच रस कोई मेरा शरीर धो के मुखालफ पार्टी ना जाके रख गया तुसी की कर रहे थे तू ही करन दे हो किन्नी बेहयाई फैल गई कंट्री जवान लड़के ते लड़कियां चौंक च खलो गए करन दे बुजुर्ग पीछे बैठे आखर प्यो नहीं शुरू तो भी मैं ही प्यो था आहो चल सीधा चल 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 के चाची हम भी तेरे बचना करने चलो चल चलो करीबो हाँ करीबो करीबो बड़े करीबो गरीब आदमी कुड़ी नाले फिर पैदल फिरन दे मेरे को थकी है किथे पियो जा रो उधरे आओ पियो जा रो वेच के को मां जा रो दा बंदोबस्त कर काय तुसी अमीर हो गरीब आदमी लटकी नाले बेवकूफा गड्डी च बाज नु वारस रोड ते जा नजमी ब्यूटी पार्लर तो दा मेकअप करवा को खूबसूरत लगे गरीब आदमी गरीब आदमी गरीब आदमी एसन माइकल दा पजामा है ना गरीब वाली खान मलेशिया नु सेंट माइकल कहंदे गरीब बात ओए इधर आओ हां जी बेटा हट्टी बंद कर दो कल 12 बजे खोलेंगे क्यों जी तुसी सुबह चाची दी कब्र ते फूल पाण जाणे ने फजूल खर्च एक औरत मर गई है मैं कद नहीं फूलां दे पैसे आया करगी बेवकूफा सवेरे फैसले की तारीख है अच्छा जिसके हक में फैसला होगा वो जुलूस कटेंगे बिल्कुल जब जुलूस निकलेगा इटे चलेंगी तो हट्टी के सारे शीशे टूट जाएंगे जेड़े महीने बाद लुआने ने फिर मैं जी कहना दुकान अंदर ही सोए ना उस्ताद जी हां जी मैं दुकान अंदर सोए जाना अंदर की नाल तोप रख के सोने तू बंद कर दी बेवकूफ जब जुलूस निकलता है इटे चलती हैं इट पुड़पड़ी में बजती है बंदा पुजे डेक पड़ता है उतो जुलूस लंघ जाता है फिर पुलिस की गड्डी लाश चुकने आती है कार वाले नहीं आते ਫੇਰ ਤੁਸੀਂ ਨਾ ਸਵੇਰ ਘਰੋਂ ਹੀ ਨਾ ਨਿਕਲਣਾ ਉਸਤਾਦ ਜੀ ਘਰੋਂ ਬਾਹਰ ਤੇ ਨਿਕਲਣਾ ਪੈਣਾ ਜਿਹੜੀ ਪਾਰਟੀ ਜਿੱਤੇਗੀ ਉਹਦੇ ਨਾਲ ਰਲ ਕੇ ਨਾਰੇ ਨਹੀਂ ਲਾਣੇ ਉਸਤਾਦ ਜੀ ਪਰ ਨਾਰੇ ਕਿਉਂ ਲਾ ਲੈਣੇ ਉਹ ਜਿੱਤ ਚੁਕੇ ਤੇ ਫਿਰ ਉਹਨਾਂ ਨਾਲ ਰਲ ਜਾਓ ਬਸ ਉਸਤਾਦ ਜੀ ਮੁਨਾਫਕ ਤੁਹਾਡਾ ਹੀ ਮਾਨ ਬਣ ਗਈ ਬੇਵਕੂਫਾ ਸੱਚੇ ਬੰਦੇ ਨੂੰ ਅਗਲੇ ਫੱਟੇ ਤੇ ਚਾੜ ਦਿੰਦੇ ਭਾਵੇਂ ਸੱਚੇ ਬੰਦੇ ਨੂੰ ਫੱਟੇ ਤੇ ਚਾੜ ਦਿੰਦੇ ਨੇ ਪਰ ਉਹਨਾਂ ਦਾ ਨਾਮ ਹਮੇਸ਼ਾ ਜ਼ਿੰਦਾ ਰਹਿੰਦਾ ਏ ਨਾ ਜ਼ਿੰਦਾ ਰਹਿਣ ਦਾ ਕੀ ਫਾਇਦਾ ਨਾ ਸਾਹ ਲੈਂਦਾ ਨਹੀਂ ਨਾ ਪੈਸੇ ਖਰਚਦਾ ਨਹੀਂ ਨਾ ਇਸ਼ਕ ਕਰਦਾ ਨਹੀਂ ਨਾ ਕੋਈ ਹੋਰ ਕੰਮ ਕਰਦਾ ਨਹੀਂ ਤੇ ਨਾ ਜਿੰਦਾ ਰਹੇ ਤੇ ਕੀ ਫਾਇਦਾ ਹੋਏ ਅਗਰ ਉਸਤਾਦ ਜੀ ਕੱਲ ਛੁੱਟੀ ਕਰਨੀ ਹੈ ਨਾ ਤੇ ਮੈਂ ਪਿੰਡ ਆਲੇ ਆਦਰ ਸਾਹਿਬ ਨੂੰ ਮਿਲਾਂ ਵਾ ਪਿੰਡਾਂ ਚ ਸਲਾਬ ਆਇਆ ਮੱਝ ਦੀ ਪੂਛਲ ਫੜ ਕੇ ਨਹਿਰੋਂ ਨਹਿਰ ਸ਼ਾਹ ਹੋਰਾਂ ਕੋਲ ਪਹੁੰਚੇਗਾ ਕੀ ਫਾਇਦਾ ਮੈਂ ਮਾਂ ਨੂੰ ਪੈਸੇ ਦੇਣ ਵੀ ਆਵਾਂਗਾ ਨਾ ਬਸ ਫਜ਼ੂਲ ਖਰਚ ਮਾਂ ਯਾਦ ਆ ਰਹੀ ਹਾਂਜੀ ਬੀਬੇ ਕੋ ਮਿਲਣਾ ਹੈ ਹਾਂਜੀ ਪੈਸੇ ਵੀ ਦੇਣੀ ਬਿਲਕੁਲ ਬੇਟਾ ਬਚਤ ਕਰੋ ਉਹ ਕਿਵੇਂ इधर अखा बंद करके लम्बे पै जाओ अच्छा जी मां को याद करते करते सो जाओ खाब च मां नु मिल भी लवो खाब च पैसे दियो पैसे भी बच जाएंगे मां नाल मुलाकात भी हो जाएगी उस्ताद जी बड़ी कंजूसी दिया गल्ला दस रहे हो क्यों तुसी किते शेख ते नहीं खबरदार जे मेरे नाल बोलिया ते ਅੱਲਾ ਨੇ ਜੁਆਈ ਵੀ ਉਹ ਦਿੱਤਾ ਜਿਹੜਾ ਦੁਲਤੀਆਂ ਮਾਰਦਾ ਨਾ ਤੀ ਜੀ ਖਚਰਾਂ ਦੇ ਘਰ ਇਹੋ ਜਿਹੀ ਕੰਮ ਹੁੰਦਾ ਕੇ ਲਿਖੋ 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 ਬੇਟਾ ਮੈਨੂੰ ਮਾਫ ਕਰ ਦੇ ਮੇਰਾ ਕਾਦੀ ਮਾਫੀ ਬੇਟਾ ਮਾਫੀ ਦੇ ਦੇ ਮੇਰੀ ਧੀ ਹੈ ਪੁੱਤਰ ਆਹੋ ਤੇਰੀ ਧੀ ਹੈ ਆਹੋ ਤੇ ਮੈਂ ਤੇਰਾ ਜੁਆਈ ਹਾਂ ਆਹ ਤੇ ਲਿਖ ਨਾ ਲਿਖ ਬੇਟਾ ਸ਼ਰਾਚ ਕਾਦੀ ਸ਼ਰਮੇ ਮੇਰਾ ਪੁੱਤਰ ਮਾਫ ਕਰ ਦੇ ਤੂੰ ਤੇਰੀ ਮਿਹਰਬਾਨੀ ਮੇਰੀਆਂ ਗਲਤੀਆਂ ਮਾਫੀ ਦੇ ਮੈਂ ਕਹਿਣਾ ਕਾਦੀ ਮਾਫੀ ਜਾ ਕੇ ਬਸਤੀ ਵਾਲੇ ਕੋਲ ਮਾਫੀ ਮੰਗ ਬੇਟਾ ਮੈਂ ਜਿਹੇ ਹੀ ਬਣਾਇਆ ਬੱਚੀ ਆਸਤੇ ਜੇਵਰ ਬਣਾਇਆ ਉਹ ਲੈ ਲਵੋ ਮੇਰਾ ਆਪਣੀ ਹਰਾਮ ਦੀ ਕਮਾਈ ਦਾ ਜਹੇ ਸਾਨੂੰ ਦੇ ਕੇ ਤੇ ਸਾਡਾ ਰਿਸ਼ਤਾ ਨਾ ਹਰਾਮ ਕਰ ਦੇ ਪੁੱਤਰ ਚਾਰ ਪੰਜ ਮੂੰਡੇ ਮੈਂ ਹਲਾਲ ਦੀ ਕਮਾਈ ਦੇ ਬਣਾਏ ਨੇ ਉਹਨਾਂ ਤੇ ਬੈਠ ਤੇ ਜਾ ਕੇ ਹਲਾਲ ਹੋ ਨਹੀਂ ਮਾਫੀ ਕੋਈ ਮਾਫੀ ਨਹੀਂ ਤੇ ਮਿਹਰਬਾਨੀ ਕੋਈ ਮਾਫੀ ਨਹੀਂ ਬੱਚ ਬੇਲ ਕਦਮਾਂ ਨਹੀਂ ਨਾਮ ਰਾਤ ਬਤਮੀਜੀ ਕਰਨ ਦੇ ਐਲਾਨ ਸੀ
मैं कान ढिले करते टेंड थले डिग पैनी थी। इच्छा मेरा पुत्र मैनू माफी ला दे, तेरी मेहरबानी हो, लानती ते मनन नहीं दे। अब्बा जी मैं हूं कुछ नहीं कह सकती। मेरे वाल की वेना सेट है सेट है। ओ ते सेट है, तू क्यों उतो आप सेट हो? मैं जानी जी तुहाडे घर गई है। माफी ला दे मेरा पुत्र, तेरी मेहरबानी है मेरा। अब्बा जी सानू तुहाडी कोई चीज नहीं चाहिए। जा परे मरना अमरा, मैनू तेरे ते ही बड़ा गुस्सा। अपने फैशन वेख ते अपने शौक वेख। फैशन वेख ते शौक वेख जो भी है तुहाडे ते काम आउंदे है ना। साडे की काम आउंदे, असी कन्ना तो फड़ के कपड़े इस्त्री करने आ। बस तुहाडे पुत्र बन गए, जो मर्जी करो हुण साडे नाल। मेरा पुत्र माफी दे, माफी लै दे बेटा। लांती पागल जिहा मुंडे नाल विआह कर लै। पागल जिहा नाल, इह ते साल बाद पता लगेगा ना तुहानूं। बेटा तू ही माफ कर दियो, ते गल साल से पान दे है पुत्र। ए चार साल ते भी पै सकदी है। अब्बा जी माफी ले दे मेरा पुत्र। अब्बा जी जिन्ना दियां दे पियो थाडे वरगे लालची ते खुदगर्ज दे रहे ना, ओना दियां नूं पता नहीं केड़ियां केड़ियां कुर्बानियां देनियां पैंदियां। ओ केड़ियां कुर्बानियां दित्तियां कि सदके वाला लेला ही देता ही ना। अब्बा अब्बा मैनू माफ कर दे बेटा, नहीं तो मैं क्या कह दी चाचा माफी। जा अपना काम कर, ऐसा वे पजामा वे दो माना आटा आ जाता बेच। ते हाथ मान नहीं खड़ना होंगे, एक पहुंचा तू ही ले आओ। असी कुलचे खाने कुलचे। मैनू माफी दे दे, मैं नासा च वड़ जाने तेरी। मेरी नासा ना हो भी, मैं हराम चीजा नहीं सुंगदा। ते ना सुंगी मैं कान नाल बाहर आ जाऊंगा। माफी दे दे अपना काम कर। मैनू माफ कर दे मेरा पुत्र, मैनू माफ कर दे तेरी मेहरबानी। कोई माफी नहीं मिलेगी। मैनू वाहिद भट्ट साहब माफी दे दियो, तुहाडी मेहरबानी। कोई वाहिद भट्ट नहीं। मुबारक होवे, मुबारक मुबारक होण ही लगी सी, नहीं होई यार। मुबारक होवे, मुबारक होवे जे थोड़ी जिनी गैरत होवे। तुसी दुआ करो मुंडा होवे। वेरी गुड, असी मुकदमा जीत लिया सी। अहमद अली असी मुकदमा जीत लिया, असी जीतिया। असी जीत लिया, तू कित्थों आ गया? असी च असी च मैं वी आं। असी जीतिया हुण गया ना, सच सच हुंदा ई। मैं ते पहले कहिंदा हां, तू नहीं सी कहिंदा। ए असी कहिंदे सा बारी बरसी खटण गया ते। सच्चे चाचा वजा मर्जी मेरी। बारी बरसी खटण गया ते खट के ले आंदा चीता। चीता बंदा तेरी मां नूं पुछे दस पहला है की कीता है। आवाज़ कर दे बस, और नाम राधा मार देगा मैंनू। ये सारे डांस कर देने, तुम डांस सुकान लग बैठा हो। नहीं नहीं ऐसी लिखी है ये हाथों में। बारी बरसी कटन गया ते ये उन रिवाज पे आ गया, काम ही कुत्ता है दफा करावा। बारी बरसी कटन गया ते छेती जाओ और मेला में बादे बद से यो कटन गया ते। बारी बरसी कटन गया ते खट के ल्यांदा बींदा। अशके भाई जो आना अशके। बारी बरसी खटन गया ते खट के ल्यांदा बींदा। अल्लाह मियां दे कम वेख लो। हां शादी कराउंदा टींडा बैंदा। बेटा उसे मना कर दिया।
ਮੇਰਾ ਪੁੱਤਰ ਉਹਨੂੰ ਤੇ ਆਦਤ ਪਈ ਹੈ ਤੂੰ ਜਿਉਣੀ ਵਾ ਜਾਂਦਾ ਵੇ ਉਹਦਾ ਕੱਲਾ ਕੱਲਾ ਪੁੱਤਰ ਹੈ ਢੋਲਕੀ ਚਲਾ ਕੇ ਨਾ ਮਾਰਦੇ ਅੱਛਾ ਬਾਰੀ ਬਰਸੀ ਵਾਹ 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 ਬਾਰੀ ਬਰਸੀ ਤੂੰ ਕੁੜੀਆਂ ਨੂੰ ਵੇਖ ਕੇ ਤਰਸੀ ਚੱਲ ਬਈ ਥੋੜੀ ਜਿਹੀ ਹਿੰਮਤ ਕਰਦੇ ਤੇ ਮੇਰੀ ਅੱਜ ਇਹ ਬੇਇੱਜ਼ਤੀ ਨਾ ਹੁੰਦੀ ਚੰਗਾ ਭਲਾ ਟੱਗਾ ਆਇਆ ਬਾਹਰੋਂ ਘਾਹ ਕਿਉਂ ਨਹੀਂ ਚੁਗਦਾ ਬਾਰੀ ਬਰਸੀ ਖੱਟਣ ਗਿਆ ਤੇ ਬਾਰੀ ਬਰਸੀ ਖੱਟਣ ਗਿਆ ਤੇ ਜਦੋਂ ਵੀ ਤੂੰ ਖੱਟਣ ਜਾਣ ਲੱਗਦਾ ਪਿੱਛੋਂ ਤੈਨੂੰ ਕੀ ਮੌਤ ਪੈਂਦੀ ਉਚਕਲ ਕਿਸ ਤਰ੍ਹਾਂ ਨਾ ਦੇ ਮਗਰੋਂ ਵਜਾਏਗਾ ਨੀ ਤੇ ਅੱਗੋਂ ਖੱਟਣਗੇ ਕਿਸ ਤਰ੍ਹਾਂ ਬਾਰੀ ਬਰਸ ਖੱਟਣ ਗਿਆ ਪੁੱਤਰ ਜਿੱਡੀ ਜੀਦਾਰੀ ਦਾ ਇੰਜ ਕਰਨਾ ਕਿਸੇ ਦੇ ਬੰਦਾ ਉੱਤੇ ਹੀ ਰਹਿ ਜਾਂਦਾ ਸੀ ਬਾਰੀ ਬਰਸੀ ਖੱਟਣ ਗਿਆ ਤੇ ਲੈ ਵੀ ਹੋਰ ਤਾਂ ਗੱਲਾਂ ਦੀਆਂ ਗੱਲਾਂ ਤੂੰ ਇਸ ਫੈਮਿਲੀ ਨੂੰ ਖੱਟਣ ਕਿਉਂ ਦੇਣਾ ਬਾਰੀ ਬਰਸੀ ਖੱਟਣ ਗਿਆ ਤੇ ਖੱਟ ਕੇ ਲਿਆਂਦੀ ਤੋਰੀ ਆਹਾ ਮੈਂ ਤੁਹਾਡੇ ਸਾਰਿਆਂ ਤੇ ਲਾਨਤ ਪਾਨਾ ਮੈਨੂੰ ਚੁਕਾਓ ਜਾਮਣੂਆਂ ਦੀ ਬੋਰੀ ਫੜੋ ਹਾਂ ਕਣਕ ਦੀ ਬੋਰੀ ਇਹ ਪਾਕਿਸਤਾਨੀ ਨੇ ਘਰ ਦੀ ਕਣਕ ਨਹੀਂ ਅਮਰੀਕਾ ਦੇਵੇ ਤੇ ਸਿਰ ਮੱਥੇ ਤੇ ਵਾਰੀ ਬਰਸੀ ਖੱਟਣ ਗਿਆ ਤੇ ਖੱਟ ਕੇ ਲਿਆਂਦੀ ਤੋਰੀ ਅੱਛਾ ਅੱਛਾ ਹਰ ਵਾਰੀ ਤੇਰੇ ਬੰਦੇ ਖੱਟਣ ਗਏ ਆ ਕੀ ਗੱਲ ਵਾਰੀ ਬਰਸੀ ਖੱਟਣ ਗਿਆ ਤੇ ਖੱਟ ਕੇ ਲਿਆਂਦੀ ਤੋਰੀ ਉਹ ਕਣਕ ਇੱਥੇ ਪੂਰੀ ਕੋਈ ਨਹੀਂ ਕੋਈ ਅੱਧੀ ਕਰ ਗਿਆ ਚੋਰੀ ਬਈ ਥੋੜੇ ਜਿਹਾ ਪੱਤਰ ਨੇ ਇੱਧਰ ਬਾਗ ਉੱਜੜ ਗਏ ਬਾਗ ਉੱਜੜਿਆ ਮਾਲੀ ਦਾ ਕਸੂਰ ਹੈ ਕਿਸੇ ਪਾਸੇ ਸੀ ਰੰਬਾ ਕਿਤੇ ਮਾਰਦਾ ਰਿਹਾ ਲੋ ਵੀ ਬਾਰੀ ਬਰਸੀ ਫੇਰ ਬਾਰੀ ਬਰਸੀ ਬਾਰੀ ਬਰਸੀ ਖੱਟਣ ਗਿਆ ਤੇ ਖੱਟ ਕੇ ਲਿਆਂਦਾ ਵੱਟਾ ਵਾਰੇ ਵਾਹ ਸਿੱਖਾਂ ਦਾ ਮੁੰਡਾ ਲੱਗਾ ਯਾਰ ਅੱਬਾ ਜੀ ਆਪਣੇ ਭਰਾ ਹੁੰਦੇ ਨੇ ਕੀ ਹੋ ਗਿਆ ਚਾਚਾ ਉਹਨੇ ਤੈਨੂੰ ਸਿੱਖ ਗਿਆ ਨਾ ਸਰਦਾਰ ਤੇ ਤੂੰ ਸਰਦਾਰ ਹੋ ਹੀ ਨਹੀਂ ਸਕਦਾ ਵਜਾ ਤੇਰਾ ਚੂੰਡਾ ਹੀ ਨਹੀਂ ਬਾਦ ਆ ਜਾਓ ਮਸ਼ਕਰੀਆਂ ਬੰਦ ਕਰ ਦਿਓ ਚੱਲ ਬਈਓ ਬਾਈ ਮਾਫ਼ ਕਰ ਦਿਓ ਖੁਸ਼ੀ ਦਾ ਮੌਕਾ ਹੈ ਬਾਰੀ ਬਰਸੀ ਖੱਟਣ ਗਿਆ ਤੇ ਹੱਸ ਕੇ ਬਈ ਜਵਾਨਾ ਹੱਸ ਕੇ ਅੱਜ ਖੁਸ਼ੀ ਦਾ ਮੌਕਾ ਹੈ ਬੇਟੇ ਮਾਰ ਦਈਏ ਤੈਨੂੰ ਨਹੀਂ ਮੈਂ ਕਹਿੰਦੇ ਇਸ ਗੱਲ ਨੂੰ ਛੱਡੋ ਉਹ ਸੋਹਣੀ ਬਰਸੀ ਖੱਟਣ ਗਿਆ ਤੇ ਚਾਰ ਸਾਲ ਤੇਰਾ ਪਿਓ ਨਾਲ ਹੋਣਾ ਮੇਰੇ ਨਾਲ ਕੋਈ ਨਹੀਂ ਸੀ ਬਾਰੀ ਬਰਸੀ ਖੱਟਣ ਗਿਆ ਤੇ ਖੱਟ ਕੇ ਲਿਆਂਦਾ ਹਾਥੀ ਲੋ ਜਾਓ ਇਹ ਹਾਥੀ ਖੱਟ ਤੇ ਲਿਆ ਲੱਦ ਕੇ ਕਿਤੇ ਤੇ ਆਉਂਦਾ ਹਾਂ
ਤੁਹਾਨੂੰ ਯਾਦ ਹੀ ਨਹੀਂ ਖੁਦਾ ਦਾ ਵਾਸਤਾ ਉਹਨਾਂ ਦਿਨਾਂ 'ਚ ਤੁਹਾਡਾ ਅੱਬਾ ਪਾਂਡੀ ਹੁੰਦਾ ਹੁੰਦਾ ਸੀ। ਬਾਰੀ ਬਰਸੀ ਖੱਟਣ ਗਿਆ ਤੇ ਖੱਟ ਕੇ ਲਿਆਂਦਾ ਹਾਥੀ, ਆਹਾ ਓਏ ਆਓ ਸਾਰੇ ਰਲ ਮਿਲ ਕੇ ਇਹ ਮਨਾਓ ਜਸ਼ਨ ਅਤਾ।